ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਦਾ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 10:10 ਹੋਏ ਨੇ ਅਤੇ 11 July ਦਾ ਦਿਨ ਹੈ, ਬੜਾ 2023 ਦਾ ਮੰਗਲਵਾਰ ਹੈ। 27 ਹਾੜ ਨਾਨਕ ਸ਼ਹਿ ਸਮਤ 555 ਨਿੱਘਾ ਹਾਰਦਿਕ ਸਵਾਗਤ ਹੈ ਜੀ। ਚੱਲਾਂਗੇ ਪੰਜਾਬ ਨੂੰ, ਦੇਸ਼ ਪੰਜਾਬ ਦੇ ਝਰੋਖੇ 'ਚੋਂ ਸਰਦਾਰ ਨਵਕਿਰਨ ਸਿੰਘ ਪੱਤੀ ਨਾਲ ਕਰਾਂਗੇ ਗੱਲਬਾਤ। ਦੋ ਵਿਸ਼ੇ ਨੇ ਤੁਹਾਡੇ ਨਾਲ ਭੰਗ ਦੇ ਬਾਰੇ। ਇੱਕ ਮਨੋਵਿਗਿਆਨੀ ਨੇ ਮੈਡੀਕਲ ਜਰਨਲ ਦੇ ਵਿੱਚ ਕੁਛ ਛਾਪਿਆ, ਜਿਹੜਾ ਕੂਲ ਕੂਲ ਦਾ ਰੌਲਾ ਪਾ ਰਹੇ ਨੇ ਨਾ ਭੰਗ ਨੂੰ ਪੀਣ ਵਾਲੇ, ਉਹਦਾ ਸਮਾਂ ਮੂਹਰਲਾ ਜਦ ਕਿਹੋ ਜਿਹਾ ਆਉਣਾ, ਜਦ ਉਹਦੀ ਅਡਿਕਸ਼ਨ ਹੁੰਦੀ ਆ ਤਾਂ ਕਿੱਥੇ ਜਾ ਕੇ ਗੱਲ ਖੜ੍ਹਦੀ ਹੈ। ਮੈਡੀਸਨਲ ਜੂਜ ਜਿਹੜੀ ਵਰਤੋਂ ਹੈ ਉਹ ਅਲੱਗ ਹੈ, ਦਰਦ ਹੋ ਰਿਹਾ ਕੋਈ ਮਨੁੱਖੀ ਬੰਦਾ ਕਿਸੇ ਕਰੋਨਿਕ ਪੇਨ ਦੇ ਵਿੱਚ ਆ, ਨਾ ਇਲਾਜ ਇਲਾਜ ਬਿਮਾਰੀ ਹੈ, ਡਿਪਰੈਸ਼ਨ ਹੈ, ਉਹ ਚੀਜ਼ਾਂ ਕੁਛ ਹੋ ਸਕਦੀਆਂ ਨੇ। ਜਿਹੜਾ ਕੂਲ ਕਹਿ ਕੇ ਸ਼ੁਰੂ ਹੋਇਆ ਹੋਇਆ ਇਹ ਕੂਲ ਹੌਟ ਕਦ ਹੋ ਜਾਣਾ, ਇਹਦੇ ਬਾਰੇ ਗੱਲਬਾਤ ਕਰਾਂਗੇ। ਅਤੇ ਹੁਣ ਦਾ ਜਿਹੜਾ ਸਮਾਂ ਹੈ, ਇਹ ਜਿਹੜਾ ਥਰਡ ਵਰਲਡ ਆਰਡਰ ਹੈ ਇਹ ਕਿੱਧਰ ਨੂੰ ਜਾ ਰਿਹਾ, ਗਾਂਹ ਵਾਲੇ ਸਮੇਂ ਦੇ ਵਿੱਚ ਵਸੋਂ ਆ ਜਿਹੜੀ ਉਹ ਕਿਵੇਂ ਵਧੇਗੀ, ਇਹਨਾਂ ਦੇਸ਼ਾਂ ਦੇ ਵਿੱਚ ਵਸੋਂ ਜਿਹੜੀ ਘੱਟ ਹੈ ਉਹਨੂੰ ਵਧਾਉਣ ਦੇ ਲਈ ਕਿੱਥੋਂ ਲੋਕ ਆਉਣਗੇ, ਸਮਾਂ ਕਹਿ ਜਿਹਾ ਹੋਏਗਾ, ਕੌਣ ਕੰਟਰੋਲ ਕਰ ਰਿਹਾ ਦੁਨੀਆ ਨੂੰ, ਪਿੱਛੇ ਕੌਣ ਬੈਠੇ ਨੇ, ਕਿਹੜੀਆਂ ਗੱਲਾਂ ਚੱਲ ਰਹੀਆਂ ਨੇ। ਇਹ ਗ੍ਰੀਨ ਇਨੀਸ਼ੀਏਟਿਵ ਦੇ ਥੱਲੇ ਧਨਾੜ ਕਿਵੇਂ ਅਮੀਰ ਹੋ ਰਹੇ ਨੇ, ਵੱਡੀਆਂ ਕੰਪਨੀਆਂ ਕਿਵੇਂ ਪੈਸੇ ਕਮਾ ਰਹੀਆਂ ਨੇ, ਇਹ ਕੁਛ ਚੀਜ਼ਾਂ ਨੇ ਜਿਹੜੀਆਂ ਪਹਿਲੇ ਘੰਟੇ ਦੇ ਵਿੱਚ ਆਪਾਂ ਵਿਚਾਰਾਂਗੇ। ਦੂਸਰੇ ਘੰਟੇ ਦੇ ਵਿੱਚ ਡਰਾਈਵਿੰਗ ਦਾ ਬਹੁਤ ਵੱਡਾ ਇਸ਼ੂ ਹੋ ਰਿਹਾ, ਰੋਡ ਰੇਜ ਜਿਹੜੀ ਹੈ ਉਹ ਬਹੁਤ ਖਤਰਨਾਕ ਹੋ ਰਹੀ ਹੈ। ਕੱਲ੍ਹ ਟੋਰਾਂਟੋ ਦੇ ਡਾਊਨ ਟਾਊਨ ਦੇ ਵਿੱਚ ਜੰਗ ਸਟਰੀਟ ਦੇ ਨੇੜੇ ਇੱਕ ਸੜਕੀ ਗੁੱਸੇ ਦੇ ਵਿੱਚ ਮਰਨ ਮਾਰਨ ਦੀਆਂ ਗੱਲਾਂ ਚੱਲ ਪਈਆਂ। ਸੋ ਇਹ ਅੱਜ ਮੈਂ ਗੱਲ ਤੁਹਾਡੇ ਨਾਲ ਕਰਨੀ ਚਾਹੁੰਦਾ ਵੀ ਡਰਾਈਵਿੰਗ ਆ ਜਿਹੜੀ ਉਹ ਇੱਕ ਕਲਾ ਜਾਂ ਮਜਬੂਰੀ ਹੈ। ਇੱਕ ਆ ਡਰਾਈਵਿੰਗ ਕਰਨੀ ਜਿਵੇਂ ਸਵਾਦ ਨਾਲ ਗੱਡੀ ਚੱਲਦੀ ਹੈ, ਕਿਵੇਂ ਬ੍ਰੇਕ ਲਾਉਣੇ ਨੇ, ਕਿਵੇਂ ਰੋਕਣੀ ਆ, ਕਿਵੇਂ ਸਾਈਡ ਬਦਲਣੀ ਆ, ਕਿਹੜੀ ਲੇਨ 'ਚ ਜਾਣਾ ਅਤੇ ਕਿਸ ਤਰ੍ਹਾਂ ਜਿਹੜਾ ਵਧੀਆ ਤਰੀਕੇ ਨਾਲ ਇੱਕ ਸੱਭਿਅਕ ਹੋ ਕੇ ਸੜਕਾਂ 'ਤੇ ਵਿਚਰਨ। ਅਤੇ ਹੈਵੀ ਡਿਊਟੀ ਜਿਹੜੇ ਟਰੱਕਸ ਨੇ, ਹੁਣ ਰਿਚਮੰਡ ਪੁਲਿਸ ਨੇ ਇੱਕ ਟਵੀਟ ਕੀਤਾ, 125 ਕਿਲੋਮੀਟਰ ਦੇ ਉੱਪਰ ਇੱਕ ਡੰਪ ਟਰੱਕ 'ਤੇ ਟਰਾਂਸਫਰ ਪਿੱਛੇ ਪਾਇਆ ਜਾ ਰਿਹਾ ਸੀ ਜਿੱਥੇ 50 ਦਾ ਜ਼ੋਨ ਸੀ। ਕਮਾਲ ਦੀ ਕਹਾਣੀ ਹੈ, 3 ਬਲਾਕਾਂ ਦੇ ਵਿੱਚ ਰੁਕਣਾ, ਉਹ 125 ਕਿਲੋਮੀਟਰ 'ਤੇ ਭੱਜਿਆ ਹਜੇ ਲੋਡ ਹੋਵੇ। ਕਿੱਧਰ ਨੂੰ ਚੱਲਿਆ ਸੀ ਇਹ ਤੇਜ਼ੀ ਸਾਡੀ, ਇਹਦੇ ਪਿੱਛੇ ਕਾਰਨ ਕੀ ਹੈ, ਸਮਾਂ ਲੈ ਕੇ ਨਹੀਂ ਚੱਲਦੇ ਜਾਂ ਸਮਾਂ ਘੱਟ ਗਿਆ, ਅਤੇ ਮੁਸ਼ਕਲਾਂ ਕੀ ਨੇ, ਇਸ ਦੇ ਬਾਰੇ ਕੀ ਕਲਾ ਇੱਕ ਡਰਾਈਵਿੰਗ ਜਾਂ ਮਜਬੂਰੀ ਹੈ, ਗਲ ਪਿਆ ਢੋਲ ਵਜਾਉਣਾ ਜਾਂ ਫਿਰ ਨੱਚਣਾ ਜਿਵੇਂ ਮੋਰ ਪੈਲ ਆਪ ਪਾਉਂਦਾ, ਇਸ 'ਤੇ ਅੱਜ ਗੱਲਬਾਤ ਕਰਾਂਗੇ। ਸੜਕਾਂ ਜਿਹੜੀਆਂ ਨੇ ਸੁਰੱਖਿਅਤ ਨਹੀਂ ਰਹੀਆਂ, ਗੋਲੀ ਚੱਲਣ ਦੀ ਤਾਂ ਗੱਲ ਅਲੱਗ ਹੈ, ਹਲੇ ਤਾਂ ਸੜਕ 'ਤੇ ਗੱਡੀਆਂ ਚਲਾਉਣ ਵਾਲੇ ਅੱਖਾਂ ਕੱਢਦੇ ਨੇ, ਵਿੱਚ ਡਾਂਗਾਂ ਰੱਖੀ ਬੈਠਾ, ਕੋਈ ਕਿਰਪਾਨਾਂ ਰੱਖੀ ਬੈਠਾ, ਹੋ ਸਕਦਾ ਕਿਸੇ ਕੋਲ ਹਥਿਆਰ ਵੀ ਹੋਵੇ ਹੋਰ ਡੱਬ ਦਾ, ਪਤਾ ਨਹੀਂ। 604-204-0600 'ਤੇ ਕਾਲੀਆਂ ਐਨਕਾਂ ਲਾਈ ਬੈਠਾ ਨਾਲ ਬੰਦਾ ਨੂਜੀ ਕ ਲੇਨ 'ਚ ਖੜ੍ਹਾ, ਉਹਦੇ ਕੋਲ ਕੀ ਹੈ, ਉਹਦੇ ਵੱਲ ਝਾਕਣਾ ਚਾਹੀਦਾ ਨਹੀਂ ਝਾਕਣਾ ਚਾਹੀਦਾ, ਸਟੇਅਰਿੰਗ ਕਰਨਾ ਚਾਹੀਦਾ, ਸੈਟ ਆਫ ਲਾਈਟਸ 'ਤੇ ਕਿਸੇ ਦੀ ਗੱਡੀ 'ਚ ਝਾਕਣਾ ਉੱਚੀ ਜਗ੍ਹਾ 'ਤੇ ਬੈਠੇ ਜਾਂ ਨਹੀਂ, ਇਹ ਵੀ ਗੱਲ ਨਾਲ ਕਰਾਂਗੇ। 6042040600 ਆਉਣੇ ਆ ਨੰਬਰ ਹੈ, ਅਤੇ 604-7291224 ਵਟਸਐਪ 'ਤੇ ਟੈਕਸਟ ਲਈ ਮੇਰਾ ਨੰਬਰ ਹੈ 6047291224। ਫੁੱਲ ਨੀ ਗੁਲਾਬ ਜੈਸਾ, ਹੌਸਲਾ ਸ਼ਰਾਬ ਜੈਸਾ, ਚਾਨਣ ਮਹਿਤਾਬ ਜੈਸਾ, ਹੁੰਦਾ ਮਨਮੋਹਣਾ ਨੀ, ਹੁਨਰ ਬੰਗਾਲ ਜੈਸਾ, ਰੂਪ ਝੰਗ ਸਿਆਲ ਜੈਸਾ, ਕੂੜਾ ਮਹੀਵਾਲ ਜੈਸਾ, ਜਣੇ ਖਣੇ ਢੋਣਾ ਨੀ, ਸ਼ਹਿਰ ਨੀ ਭੰਭੋਰ ਜੈਸਾ, ਗਲਾ ਸੋਹਣਾ ਮੋਰ ਜੈਸਾ, ਹਾਰ ਜਾਨੀ ਚੋਰ ਜੈਸਾ, ਕਿਸੇ ਨੇ ਪਰੋਣਾ ਨੀ, ਸੂਰਮਾ ਨੀ ਸ਼ੇਰ ਜੈਸਾ, ਭੰਡਾਰੀ ਨੀ ਕਮੇਰ ਜੈਸਾ, ਅਤੇ ਭਗਤ ਸਿਉਂ ਦਲੇਰ ਜੈਸਾ, ਦਲੇਰ ਪੈਦਾ ਹੋਣਾ ਨਹੀਂ, ਧੁੱਪ ਮੁਲਤਾਨ ਜਿੰਨੀ, ਆਕੜ ਸ਼ੈਤਾਨ ਜਿੰਨੀ, ਸ਼ਾਹੀ ਸੁਲੇਮਾਨ ਜਿੰਨੀ, ਯੂਸਫ ਜਿੰਨਾ ਸੋਹਣਾ ਨਹੀਂ, ਬਾਲੀ ਜਿੰਨਾ ਜਬਰ, ਲੰਕੇਸ਼ ਜਿੰਨਾ ਟੱਬਰ, ਅਯੂਬ ਜਿੰਨਾ ਸਬਰ, ਯਕੂਬ ਜਿੰਨਾ ਰੋਣਾ ਨਹੀਂ, ਹੇਖ ਮਿੱਠੀ ਪਿੱਕ ਤੋਂ, ਬਿਮਾਰੀ ਤਪ ਦਿੱਕ ਤੋਂ, ਅਤੇ ਬਣੀ ਦਾ ਹਰੇਕ ਤੋਂ, ਨਿਸ਼ਾਨ ਚੀ ਦਰੋਣਾ ਨਹੀਂ, ਸੂਰਮਾ ਨੀ ਸ਼ੇਰ ਜੈਸਾ, ਭੰਡਾਰੀ ਨੀ ਕਮੇਰ ਜੈਸਾ, ਅਤੇ ਭਗਤ ਸਿੰਘ ਦਲੇਰ ਜੈਸਾ, ਦਲੇਰ ਪੈਦਾ ਹੋਣਾ ਨਹੀਂ, ਜੰਗ ਕੁਰਸ਼ੇਤਰ ਜੈਸਾ, ਨਾਗਨੀ ਜਮੇਤਰ ਜੈਸਾ, ਰੇਸ਼ਮ ਚੀਨੋ ਵੇਤਰ ਜੈਸਾ, ਬਰਮਾ ਜਿਹਾ ਸਨਕੋਣਾ ਨਹੀਂ, ਦਿਨ ਚੰਗਾ ਈਦ ਜੈਸਾ, ਫਕਰ ਫਰੀਦ ਜੈਸਾ, ਗੰਗੂ ਅਤੇ ਜਜੀਦ ਜੈਸਾ, ਮਾੜਾ ਬੀਜ ਬੋਣਾ ਨਹੀਂ,
ਔਜ ਕੈਸਾ ਕਾਠ ਰਾਜਾ ਨਿੱਘ ਨਹੀਂ ਬਰਾਠ ਜੈਸਾ ਮਾਲ ਦੁੱਲੇ ਰਾਠ ਜੈਸਾ ਕਿਸੇ ਨੇ ਲੁਕਾਉਣਾ ਨਹੀਂ ਸੂਰਮਾ ਨਹੀਂ ਸ਼ੇਰ ਜੈਸਾ ਭੰਡਾਰੀ ਨਹੀਂ ਕਮੇਰ ਜੈਸਾ ਅਤੇ ਭਗਤ ਸਿਉਂ ਦਲੇਰ ਜੈਸਾ ਦਲੇਰ ਪੈਦਾ ਹੋਣਾ ਨਹੀਂ ਪਿਆਰ ਭਾਈ ਭੈਣ ਜੈਸਾ ਅਤੇ ਵੈਦ ਨਹੀਂ ਸਖੈਨ ਜੈਸਾ ਸੰਦੇਸ਼ਣਾ ਨਹੀਂ ਨੈਣ ਜੈਸਾ ਕਿਸੇ ਨੇ ਸੀਸ ਧੋਣਾ ਨਹੀਂ ਤਿੱਖਾ ਬੋਲ ਬਿੰਡੇ ਜੈਸਾ ਸਵਾਦ ਨਹੀਂ ਚਰਿੰਡੇ ਜੈਸਾ ਟੇਸ਼ਣ ਬਠਿੰਡੇ ਜੈਸਾ ਮਿਲਦਾ ਖੜੋਣਾ ਨਹੀਂ ਕਿਲ੍ਹਾ ਨਹੀਂ ਚਤੌੜ ਜੈਸਾ ਕੌਲ ਨਹੀਂ ਭਦੌੜ ਜੈਸਾ ਡਾਕੂ ਜਿਉਣੇ ਮੌੜ ਜੈਸਾ ਕਿਸੇ ਦੇਸ਼ ਹੋਣਾ ਨਹੀਂ ਸੂਰਮਾ ਨਹੀਂ ਸ਼ੇਰ ਜੈਸਾ ਭੰਡਾਰੀ ਨਹੀਂ ਕਮੇਰ ਜੈਸਾ ਅਤੇ ਭਗਤ ਸਿੰਘ ਦਲੇਰ ਜੈਸਾ ਦਲੇਰ ਪੈਦਾ ਹੋਣਾ ਨਹੀਂ ਬਾਬੂ ਜੀ ਉਹ ਲਿਖ ਸਕਦੇ ਰੇ ਰਜਬਲੀ ਜੀ ਕੁੱਦਾ ਸਿਉਂ ਯਾਦ ਆ ਗਿਆ ਇਸ ਗੱਲ ਤੋਂ ਆਹਾ ਪੜ੍ਹਦੇ ਪੜ੍ਹਦੇ ਕਹਿੰਦਾ ਤਾਇਆ ਲੱਤਾਂ ਲਮਕਾਈ ਬੈਠਾ ਬਿੱਡਾਂ 'ਤੇ ਬਿੱਡੇ ਲਿਖੇ ਹੋਏ ਸੀ ਉਹਨੇ ਤਾਈ ਕਹਿੰਦਾ ਖੇਸ ਲਈ ਬੈਠੀ ਉੱਪਰ ਮੂਹਰੇ ਸੀਰੀਅਲ ਚੱਲੇ ਸੀਰੀਅਲ ਦੇ ਵਿੱਚ ਬੰਦਾ ਆ ਕੇ ਘਰ ਵਾਲੀ ਨੂੰ ਕਹਿੰਦਾ ਬੇਟਾ ਔਰ ਨੂੰਹ ਰਾਣੀ ਕਹਾਂ ਗਏ ਹੈ ਉਹ ਕਹਿੰਦੀ ਉਹ ਤਾਂ ਜੀ ਹਨੀਮੂਨ ਪੇ ਗਏ ਹੈ ਤਾਈ ਬੈਠੀ ਕਹਿੰਦਾ ਪਿੱਛੇ ਨੂੰ ਤਾਏ ਵਾਰ ਨੂੰ ਗਰਦਨ ਘੁਮਾ ਕੇ ਕਹਿੰਦੀ ਇਹ ਹਨੀਮੂਨ ਕੀ ਹੁੰਦਾ ਜੀ ਕਹਿੰਦਾ ਤਾਇਆ ਟਰੱਕ ਸਾਡਾ ਚਲਾਉਂਦਾ ਰਿਹਾ ਉਹਨੂੰ ਕੋਈ ਹੋਰ ਤਾਂ ਆਉੜੀ ਨਹੀਂ ਉਹ ਕਹਿੰਦਾ ਮੱਸਿਆਂ ਨੂੰ ਇਕੱਠ ਹੁੰਦਾ ਇੱਥੋਂ 11-12 ਘੰਟੇ ਦਾ ਸਫ਼ਰ ਹੈ ਲੋਕ ਉੱਥੇ ਮੱਥਾ ਟੇਕਣ ਜਾਂਦੇ ਨੇ ਉੱਥੇ ਗਏ ਹੋਣਗੇ ਕਹਿੰਦਾ ਵਧੀਆ ਲਿਖਦਾ ਹੁੰਦਾ ਸੀ ਜਿਉਂ ਪਰਬਤ ਰੋਹੀ ਬਣਿਆ ਜਿਉਂ ਰੇਲਾਂ 'ਤੇ ਚੜ੍ਹਦਾ ਜਿਉਂ ਸਾਈਕਲ 'ਤੇ ਚੜ੍ਹਦਾ ਲਿਖਣੋਂ ਹੀ ਹਟ ਗਿਆ ਸੁਨੇਹਾ ਦਿਓ ਯਾਰ ਘੁੱਦੇ ਨੂੰ ਲਿਖਿਆ ਕਰੇ ਲਓ ਜੀ ਚੱਲੀਏ ਫਿਰ ਪੰਜਾਬ ਨੂੰ ਉਡੀਕ ਦਿਓ ਤੁਸੀਂ ਨੌਕਰਨ ਸਿੰਘ ਪੱਤੀ ਬੈਠੇ ਨੇ ਪੱਤੀ ਸੇਖਵਾਂ 11 ਵਜਿਆ ਰਾਤ ਦੇ ਟਿੱਕੀ ਰਾਤ ਹੋਣੀਆਂ ਪਿੰਡਾਂ ਦੇ ਵਿੱਚ ਅਤੇ ਚਲੋ ਹਲੇ ਤਾਂ ਅਟਕ ਕੇ ਸੌਂਦੇ ਆ ਠੰਡ ਦੇ ਵਿੱਚ ਤਾਂ 6 ਵਜੇ ਨੂੰ ਰਜਾਈ ਦੱਬ ਲੈਂਦਾ ਕਹਿੰਦਾ ਹਨੇਰਾ ਹੋ ਗਿਆ ਪੈ ਜਾਓ ਕਹਿੰਦਾ ਬਸ ਉੱਥੇ ਹਨੇਰੇ ਹੋਣ ਦਾ ਮਤਲਬ ਹੈ ਵੀ ਸੌਂ ਜਾਓ ਇੱਥੇ ਹਨੇਰੇ ਹੋਣ ਦਾ ਮਤਲਬ ਕਹਿੰਦੇ ਬਾਹਰ ਨੂੰ ਨਿਕਲੋ ਸਰ ਨਵਕਿਰਨ ਸਿੰਘ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ ਗਿੱਲ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜੀ ਗਿੱਲ ਸਾਹਿਬ ਪੰਜਾਬ 'ਚ ਹੜੱਲੂ ਦਾ ਕੀ ਹਾਲ ਹੈ ਕੀ ਕਹਿੰਦਾ ਜਿੱਧਰ ਦੇਖਦੇ ਹਾਂ ਕਿਤੇ ਡੰਗਰ ਮਰੇ ਪਏ ਨੇ ਸੰਗਲਾਂ ਨਾਲ ਗਲ ਫਰਾਏ ਸੰਗਲਾਂ ਨਾਲ ਆ ਗਏ ਦੇਖ ਕੇ ਇੰਨਾ ਮਨ ਖਰਾਬ ਹੋ ਗਿਆ ਖੁਰਲੀ ਦੇ ਉੱਪਰਲੇ ਪਾਸੇ ਦੀ ਡੰਗਰ ਆਏ ਹੋਏ ਸੀ ਕਿਤੇ ਜਵਾਕ ਕੱਢੇ ਜਾ ਰਹੇ ਨੇ ਕਿਤੇ ਬਿਲਡਿੰਗਾਂ ਡਿੱਗ ਰਹੀਆਂ ਨੇ ਇਹ ਹੋ ਕੀ ਰਿਹਾ ਇਹ ਪਰਲੋ ਨਹੀਂ ਤਾਂ ਹੋਰ ਕੀ ਹੈ ਕੀ ਸਥਿਤੀ ਹੈ ਜੀ ਗਿੱਲ ਸਾਹਿਬ ਵਾਕਈ ਪੰਜਾਬ ਦੇ ਵਿੱਚ ਹਾਲਾਤ ਨੇ ਜਿਹੜੇ ਕਾਫੀ ਅਣਸਖਾਵੇਂ ਹੋਏ ਹੋਏ ਨੇ ਦਰਅਸਲ ਪੰਜਾਬ ਦੇ ਵਿੱਚ ਇੰਨਾ ਜ਼ਿਆਦਾ ਮੀਂਹ ਨਹੀਂ ਪਿਆ ਮੀਂਹ ਪਿਆ ਹਿਮਾਚਲ ਪ੍ਰਦੇਸ਼ ਦੇ ਵਿੱਚ ਵੱਧ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਪਾਣੀ ਹੈ ਜਿਹੜਾ ਉਹ ਮੋਸਟਲੀ ਪੰਜਾਬ ਦੇ ਵਿੱਚ ਆਇਆ ਗਾ ਔਰ ਪੰਜਾਬ ਦੇ ਵਿੱਚ ਕਈ ਜ਼ਿਲ੍ਹੇ ਨੇ ਜਿਹੜੇ ਖਾਸ ਕਰਕੇ ਇਹਦੇ ਵਿੱਚ ਮੇਨਲੀ ਪੁਆਧ ਦਾ ਇਲਾਕਾ ਨਾ ਜਿਹੜਾ ਜਿਵੇਂ ਅੱਜ ਕੱਲ੍ਹ ਮਾਝਾ ਮਾਲਵਾ ਦੁਆਬੇ ਦੇ ਤੌਰ ਦੇ ਉੱਤੇ ਬਣਦੇ ਆ ਆਪਾਂ ਜਿਹਨੂੰ ਕਹਾਂ ਅੱਗੇ ਲੈਬੋਰੇਟ ਕਰੀਏ ਤਾਂ ਪੁਆਧ ਦੇ ਇਲਾਕੇ ਦਾ 90% ਹਿੱਸਾ ਗਾ ਜਿਹੜਾ ਉਹ ਅਸਲ ਦੇ ਵਿੱਚ ਹੜਾਂ ਦੀ ਮਾਰ ਥੱਲੇ ਆਇਆ ਹੋਇਆ ਗਾ ਇਹਦੇ 'ਚ ਅੰਬਾਲਾ ਰਾਜਪੁਰਾ ਘਨੌਰ ਦੇਵੀਗੜ੍ਹ ਸਨੌਰ ਸਮਾਣਾ ਚੀਕਾ ਭੇਵਾ ਪਟਿਆਲਾ ਪੂਰਬੀ ਡਕਾਲਾ ਇਹ ਜਿਹੜੇ ਇਲਾਕੇ ਨੇ ਜਾਂ ਰੋਪੜ ਆਨੰਦਪੁਰ ਸਾਹਿਬ ਨੰਗਲ ਚਮਕੌਰ ਸਾਹਿਬ ਮੋਰਿੰਡਾ ਖਾੜ ਕਰਾਲੀ ਮੋਹਾਲੀ ਇਹ ਇਲਾਕਾ ਅਸਲ ਦੇ ਵਿੱਚ ਜਿਹੜਾ ਗਾ ਉਹ ਹੜਾਂ ਦੀ ਮਾਰ ਦੇ ਹੇਠਾਂ ਆਇਆ ਗਾ ਜਾਂ ਦੁਆਬੇ ਦਾ 10-15% ਹਿੱਸਾ ਗਾ ਜਿਹੜਾ ਸਤਲੁਜ ਦਰਿਆ ਦੇ ਆਸ ਪਾਸ ਦਾ ਏਰੀਆ ਪੈਂਦਾ ਗਾ ਇਹ ਹਾਲਾਤ ਨੇ ਜਿਹੜੇ ਗਿੱਲ ਸਾਹਿਬ ਉਹ ਇਹ ਬਣੇ ਹੋਏ ਨੇ ਕਿ ਪੰਜਾਬ ਦੇ ਵਿੱਚ ਸਥਿਤੀ ਵੱਧ ਤੋਂ ਬਦਤਰ ਬਣੀ ਹੋਈ ਆ ਹੁਣ ਤੱਕ ਪੰਜਾਬ ਦੇ ਵਿੱਚ 8 ਮੌਤਾਂ ਹੋਈਆਂ ਨੇ ਦਰਜਨਾ ਪਸ਼ੂ ਮਰੇ ਨੇ 9 ਜ਼ਿਲ੍ਹਿਆਂ 'ਚ ਰੈੱਡ ਅਲਰਟ ਜਾਰੀ ਕੀਤਾ ਗਿਆ ਪੰਜਾਬ ਦੇ 100 ਤੋਂ ਵੱਧ ਪਿੰਡ ਖਾਲੀ ਕਰਵਾਏ ਜਾ ਚੁੱਕੇ ਨੇ ਮੌਸਮ ਵਿਗਿਆਨੀਆਂ ਨੇ 13 ਤੇ 14 ਜੁਲਾਈ ਨੂੰ ਮੁੜ ਮੀਂਹ ਦੀ ਪੇਸ਼ਨਗੋਈ ਕੀਤੀ ਹੋਈ ਹੈ ਫਲੌਰ ਦੀ PAP ਅਕੈਡਮੀ ਦੇ ਵਿੱਚ ਪਾਣੀ ਭਰਿਆ ਹੋਇਆ ਉੱਥੇ ਕਈ ਵਾਹਨ ਵੀ ਡੁੱਬੇ ਹੋਏ ਨੇ ਰੋਪੜ ਮੋਹਾਲੀ ਪਟਿਆਲਾ ਦਾ ਕੁਛ ਹਿੱਸਾ ਸੰਗਰੂਰ ਦਾ ਮੋਗੇ ਦਾ ਕੁਛ ਹਿੱਸਾ ਤੇ ਲੁਧਿਆਣਾ ਜ਼ਿਲ੍ਹਿਆਂ ਦੇ ਵਿੱਚ ਫਸਲਾਂ ਦਾ ਨੁਕਸਾਨ ਹੋਇਆ ਸੂਬੇ ਦੇ ਕਈ ਦਰਿਆਵਾਂ ਦੇ ਵਿੱਚ ਜਿਹੜਾ ਪਾਣੀ ਹੈ ਉਹ ਚੜ ਚੁੱਕਿਆ ਲੋਕ ਡਰੇ ਹੋਏ ਨੇ ਸਹਿਮੇ ਹੋਏ ਨੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਸਤਲੁਜ ਦਰਿਆ ਵਹਿ ਰਿਹਾ ਲੁਧਿਆਣਾ ਜ਼ਿਲ੍ਹੇ ਦੇ ਵਿੱਚੋਂ ਦੀ ਲੰਘਦਾ ਸਤਲੁਜ ਦਰਿਆ ਗਾ ਜਿਹੜਾ ਉਹਨੇ ਲੋਕਾਂ ਦੀ ਨੀਂਦ ਉਡਾਈ ਹੋਈ ਹੈ ਕਈ ਪਿੰਡਾਂ ਨੂੰ ਖਾਲੀ ਕਰਾਇਆ ਗਿਆ 24 ਘੰਟੇ ਸਥਿਤੀ ਦੇ ਉੱਤੇ ਲੋਕ ਆਪਣੇ ਪੱਧਰ ਤੇ ਵੀ ਨਿਗਾਹ ਜਿਹੜੀ ਉਹ ਰੱਖ ਰਹੇ ਨੇ ਇਸ ਤੋਂ ਇਲਾਵਾ ਦੂਸਰੇ ਵੀ ਜਿਹੜੇ ਕੁਛ ਗਿੱਲ ਸਾਹਿਬ ਡਰੇਨਾਂ ਨੇ ਗੰਦੇ ਨਾਲੇ ਵੀ ਕਹਿ ਦਿੰਦੇ ਆਪਾਂ ਉਹਨਾਂ ਦੇ ਵਿੱਚ ਵੀ ਸਾਫ਼ ਸਫਾਈ ਉਵੇਂ ਨਹੀਂ ਹੋਈ ਜਿਹਦੇ ਕਰਕੇ ਉੱਥੇ ਵੀ ਹਾਲਾਤ ਨੇ ਜਿਹੜੇ ਉਹ ਇਹ ਬਣੇ ਹੋਏ ਪਤਾ ਨੀ ਕਿੱਥੋਂ ਟੁੱਟ ਜੇ ਟੁੱਟੀ ਵੀ ਜਾਂਦੇ ਨੇ ਓਵਰਫਲੋ ਵੀ ਹੋਈ ਜਾਂਦੇ ਨੇ ਉਹ ਵਿੱਚੋਂ ਬੂਟੀ ਜੀ ਨੀ ਕੱਢੀ ਹਰੀ ਜੀ ਹੋਰ ਤਾਂ ਗੱਲਾਂ ਦੀਆਂ ਗੱਲਾਂ ਇਸ ਤੋਂ ਇਲਾਵਾ ਹਰਿਆਣਾ ਦੇ ਨਾਲ ਲੱਗਦਾ ਜਿਹੜਾ
ਦਾ ਖਤਰਾ ਗਾ ਜਿਹੜਾ ਉਹ ਵੀ ਬਣਿਆ ਹੋਇਆ ਗਾ। ਉਹ ਹਾਲਾਤ ਸਥਿਤੀ ਹੈ ਜਿਹੜੀ ਉਹ ਤਾਂ ਤਣਾਅਪੂਰਨ ਬਣੀ ਹੋਈ ਹੈ। ਪਰ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਸਾਨੂੰ ਇਹਦੇ ਤੋਂ ਸਿੱਖਣੀਆਂ ਪੈਣਗੀਆਂ। ਇੱਕ ਤਾਂ ਇਹ ਲੀਡਰ ਐਂ ਤੁਰੇ ਫਿਰਦੇ ਨੇ, ਉਹਨਾਂ ਕੋਲੇ ਹੋਰ ਪਤਾ ਨੀ ਕੁਛ ਹੈਗਾ, ਪਤਾ ਨੀ ਨਾ ਹੈਗਾ, ਕੈਮਰੇ ਜ਼ਰੂਰ ਚੱਕੀ ਫਿਰਦੇ ਨੇ ਨਾਲ। ਵਿਆਹ ਦੇਖੋ ਜੀ, ਸੁਖਬੀਰ ਬਾਦਲ ਟਰੈਕਟਰ ਤੇ ਚੜਿਆ ਫਿਰਦਾ, ਦੇਖੋ ਜੀ ਆਮ ਆਦਮੀ ਪਾਰਟੀ ਦਾ ਫਲਾਨਾ MLA ਪਾਣੀ ਚ ਬੜਿਆ ਫਿਰਦਾ ਗੋਡੇ ਗੋਡੇ ਚ। ਮਤਲਬ ਇਹ ਜਿਹੜੀ ਹੈਗੀ ਹੈਗੀ ਵੀ ਦਿਖਾਵਾ ਵੱਧ ਹੋ ਰਿਹਾ, ਪ੍ਰੈਕਟੀਕਲੀ ਉਹਨਾਂ ਕੰਮਾਂ ਗਾ ਜਿਹੜਾ ਉਹ ਨੀ ਹੋ ਰਿਹਾ। ਦੂਸਰਾ ਜਿਹੜਾ ਪੁਆਇੰਟ ਸਾਨੂੰ ਸਮਝਣਾ ਚਾਹੀਦਾ, ਕਿਉਂਕਿ ਜਿਹੜਾ ਰਿਪੇਰੀਅਨ ਸਿਧਾਂਤ ਆ, ਰਿਪੇਰੀਅਨ ਸਿਧਾਂਤ ਅੰਤਰਰਾਸ਼ਟਰੀ ਪੱਧਰ ਦਾ ਸਿਧਾਂਤ ਆ, ਉਹ ਇਹ ਕਹਿੰਦਾ ਵੀ ਹੜ੍ਹਾਂ ਦੀ ਮਾਰ, ਪਾਣੀ ਦੀ ਮਾਰ ਜਿਸ ਇਲਾਕੇ ਦੇ ਵਿੱਚ ਸਭ ਤੋਂ ਵੱਧ ਹੋਊਗੀ, ਪਾਣੀ ਤੇ ਹੱਕ ਵੀ ਉਹਦਾ ਵੱਧ ਹੋਊਗਾ। ਹੁਣ ਕਿਤੇ ਤਾਂ ਹਿਮਾਚਲ ਵਾਲੇ ਕਹਿ ਦਿੰਦੇ ਨੇ, ਅੱਜ ਸਮਝਣ ਦੀ ਲੋੜ ਹੈ ਇਸ ਗੱਲ ਨੂੰ, ਅੱਜ ਹੀ ਸਮਝੀ ਜਾ ਸਕਦੀ ਹੈ ਇਹ, ਕਿ ਹਿਮਾਚਲ ਵਾਲੇ ਕਹਿ ਦਿੰਦੇ ਨੇ ਨਹੀਂ ਜੀ ਪਾਣੀ ਤਾਂ ਅਸੀਂ ਸਿੱਧਾ ਦੇ ਦਿਆਂਗੇ ਹਰਿਆਣੇ ਨੂੰ, ਅਸੀਂ ਪਾਣੀ ਤਾਂ ਦਿੱਲੀ ਨੂੰ ਦੇ ਦਿਆਂਗੇ। ਕਦੇ ਗਿੱਲ ਸਾਹਿਬ ਹਰਿਆਣਾ ਕਹਿੰਦਾ, ਕਦੇ ਦਿੱਲੀ ਕਹਿੰਦਾ ਕਿ ਪਾਣੀਆਂ ਤੇ ਸਾਡਾ ਹੱਕ ਆ। ਦੇਖੋ ਅੱਜ ਜਦੋਂ ਹਿਮਾਚਲ ਦਾ ਪਾਣੀ ਤਬਾਹੀ ਮਚਾ ਰਿਹਾ ਤਾਂ ਪੰਜਾਬ ਦੀ ਮਚਾ ਰਿਹਾ, ਤੇ ਕੱਲ ਨੂੰ ਜਦੋਂ ਹੱਕਾਂ ਦੀ ਗੱਲ ਹੋਈ ਉਦੋਂ ਕਹਿ ਦੇਣਗੇ ਪੰਜਾਬ ਦਾ ਭਿੱਖੀ ਹੈ। ਔਰ ਦੂਸਰਾ ਪੁਆਇੰਟ, ਰਾਜਸਥਾਨ ਵਾਲੀ ਉਹ ਨਹਿਰ ਨਾ ਜਿਹੜੀ ਪੱਕੀ ਕਰਦੇ ਸੀ, ਅੱਜ ਵੀ ਸੁੱਕੀ ਪਈ ਆ, ਵੱਡੀ ਗੱਲ ਆ ਇਹ, ਛੋਟੀ ਗੱਲ ਨੀ ਹੈਗੀ। ਪਾਣੀ ਰਾਜਸਥਾਨ ਨੂੰ ਕਿਉਂ ਨੀ ਛੱਡਿਆ ਜਾ ਰਿਹਾ? ਉਹ ਕਹਿੰਦੇ ਸਾਨੂੰ ਹੁਣ ਲੋੜ ਨੀ। ਜਦੋਂ ਲੋੜ ਹੁੰਦੀ ਆ, ਸਾਨੂੰ ਲੋੜ ਹੁੰਦੀ ਆ, ਉਦੋਂ ਤੁਹਾਨੂੰ ਲੋੜ ਹੁੰਦੀ ਆ, ਉਦੋਂ ਤੁਸੀਂ ਕਹਿ ਦਿੰਦੇ ਸਾਨੂੰ ਪਾਣੀ ਦੇ ਦਿਓ ਰਾਜਸਥਾਨ ਵਾਲੇ। ਸੋ ਇਹ ਜਿਹੜੇ ਚੀਜ਼ਾਂ ਨੇ, ਇਹ ਚੀਜ਼ਾਂ ਤੇ ਚੋਂ ਸਮਝੀਆਂ ਜਾ ਸਕਦੀਆਂ। ਅਗਲੀ ਗੱਲ ਇਹ ਆ, ਦੇਖੋ ਹੜਾਂ ਦੇ ਪ੍ਰਨੀਤ ਕੌਰ ਨੇ ਤੇ ਉਹਦੀ ਧੀ ਨੇ ਉੱਥੇ ਨੱਥ ਤੇ ਚੂੜੀਆਂ, ਹੋਰ ਮਤਲਬ ਚੀਜ਼ਾਂ ਨੇ ਜਿਹੜੀਆਂ ਉਹ ਨਦੀ ਚ ਭੇਂਟ ਕੀਤੀਆਂ, ਉੱਥੇ ਖਾਤੂ ਪੂਜਾ ਕੀਤੀ ਗਈ ਵੀ ਦੇਖੋ ਜੀ ਇਹਦੇ ਨਾਲ ਪਾਣੀ ਘੱਟ ਜਾਊ। ਅਸਲ ਦੇ ਵਿੱਚ ਜਿਹੜਾ ਪਾਣੀ ਵਧਿਆ ਉਹਦਾ ਕਾਰਨ ਇਹ ਆ, ਇੱਕ ਤਾਂ ਡਰੇਨਾਂ ਦੀ ਸਫਾਈ ਨੀ ਕਰਾਈ ਸਰਕਾਰਾਂ ਨੇ ਪਿਛਲੀਆਂ ਨੇ, ਸੈਕਿੰਡ ਪੁਆਇੰਟ ਜਿਹੜਾ ਡਰੇਨਾਂ ਦੇ ਨਹਿਰਾਂ ਦੇ ਪਾਸੇ ਕੰਢੇ ਸੀ ਉਹ ਮਜ਼ਬੂਤ ਕਰਨ ਦੀ ਲੋੜ ਸੀ, ਉਹ ਮਜ਼ਬੂਤ ਨਹੀਂ ਕੀਤੇ ਗਏ। ਤੀਜਾ ਪੁਆਇੰਟ ਆ ਖਨਣ ਮਾਫੀਆ ਗਾ ਜਿਹੜਾ, ਜਿੱਥੋਂ ਜੀ ਕਰਦਾ ਮਤਲਬ ਜਾ ਕੇ ਬਰੇਤੀ ਕੱਢਣ ਲੱਗ ਗਏ, ਜਿੱਥੋਂ ਜੀ ਕਰਦਾ ਬਜਰੀ ਕੱਢਣ ਲੱਗ ਗਏ, ਮਹਿੰਗੇ ਭਾਅ ਵੇਚਣ ਲੱਗ ਗਏ। ਜਿਹੜਾ ਪੰਜਾਬ ਦੇ ਵਿੱਚ ਖਨਣ ਮਾਫੀਆ ਨੇ ਇਹਦਾ ਮੂੰਹ ਮੋੜਤਾ ਪਾਣੀ ਦਾ, ਜਿੱਧਰੋਂ ਜਿੱਧਰ ਨੂੰ ਮਰਜ਼ੀ ਕੱਢ ਦਿਓ, ਐਂ ਥੋੜੀ ਹੁੰਦਾ ਗਾ, ਇਹ ਕੁਦਰਤੀ ਮਤਲਬ ਪਾਣੀ ਹੈ, ਜਿੱਧਰ ਨੂੰ ਇਹਦਾ ਬਹਾਅ ਉੱਧਰ ਨੂੰ ਤੁਰੂਗਾ। ਇੱਕ ਨਜਾਇਜ਼ ਕਬਜ਼ੇ ਬਹੁਤ ਹੋਏ ਹੋਏ ਨੇ, ਜਦੋਂ ਸਰਕਾਰ ਨਾਲ ਜਿਹਦੀ ਲੋਟ ਆ ਉਹਨੇ ਜਿੱਥੇ ਜੀ ਕਰਦਾ ਹੋਟਲ ਬਣਾ ਲਿਆ, ਜਿੱਥੇ ਜੀ ਕਰਦਾ ਉਹਨੇ ਮਤਲਬ ਨਜਾਇਜ਼ ਕਬਜ਼ਾ ਕਰ ਲਿਆ, ਪਾਣੀ ਦਾ ਬਹਾਅ ਮੂਹਰੋਂ ਮੋੜਤਾ। ਇਹ ਸਾਰੇ ਜਿਹੜੇ ਪੁਆਇੰਟ ਨੇ, ਇਹ ਪੁਆਇੰਟ ਅਸਲ ਦੇ ਵਿੱਚ ਗਿੱਲ ਸਾਹਿਬ ਸਮਝਣ ਦੀ ਲੋੜ ਹੈ। ਇਹ ਨੀ ਹੈਗਾ ਕੁਦਰਤੀ ਆਫਤ, ਦੇਖੋ ਆਉਂਦੀ ਹੈ ਕੁਦਰਤੀ ਆਫਤ ਹੈਗੀ ਆ, ਪਰ ਕੁਦਰਤੀ ਆਫਤ ਤੋਂ ਵੱਡੀ ਜਿਹੜੀ ਹੈਗੀ ਉਹ ਸਾਡੇ ਪ੍ਰਬੰਧ ਵੱਲੋਂ ਪੈਦਾ ਕੀਤੀ ਹੋਈ ਆਫਤ ਆ, ਜਿਹੜੀ ਲੋਟ ਹੋ ਸਕਦੀ ਸੀ। ਇੰਨਾ ਕੋਈ ਬਾਹਲਾ ਮੀਂਹ ਨੀ ਪਿਆ ਪੰਜਾਬ ਦੇ ਵਿੱਚ, ਤੇ ਜਿਹੜਾ ਪਾਣੀ ਬਾਹਰੋਂ ਆ ਰਿਹਾ ਇਹ ਪਾਣੀ ਠੀਕ ਹੈ ਕਿ ਵੱਧ ਮਾਰ ਪੰਜਾਬ ਦੀ ਕਰਦਾ, ਪਰ ਪੰਜਾਬ ਦੇ ਜੇ ਸੂਏ ਨਾਲੇ ਕੱਸੀਆਂ ਪੰਜਾਬ ਦੇ ਜਿਹੜੇ ਮਤਲਬ ਬਰਸਾਤੀ ਚੋਆਂ ਨੇ ਉਹ ਸਾਰੇ ਚੱਲਦੇ ਹੁੰਦੇ, ਉਹ ਸਾਰੇ ਸਹੀ ਹਾਲਤ ਚ ਹੁੰਦੇ, ਬੰਨ ਸਹੀ ਹੁੰਦੇ, ਜੇ ਉਹਦੇ ਮਤਲਬ ਕੰਢੇ ਸਹੀ ਹੁੰਦੇ ਤਾਂ ਐਡੀ ਨੌਬਤ ਨੀ ਸੀ ਆਉਣੀ। ਹੁਣ ਕਿਤੇ ਧੁੱਸੀ ਬੰਨ ਟੁੱਟ ਗਿਆ, ਕਿਤੇ ਮਤਲਬ ਓਵਰਫਲੋ ਹੋ ਗਿਆ, ਇਹ ਕੁਦਰਤੀ ਆਫਤ ਹੈਗੀ ਹੈਗੀ, ਪਰ ਜੇ ਸਾਰਾ ਕੁਛ ਮਜ਼ਬੂਤ ਕੀਤਾ ਹੁੰਦਾ, ਜਿਹੜਾ ਪੈਸਾ ਇਸ਼ਤਿਹਾਰਾਂ ਤੇ ਲਾਇਆ ਹੈ, ਅਖਬਾਰਾਂ ਦੇ ਅਖਬਾਰ ਭਰੇ ਆਉਂਦੇ ਨੇ ਪੁਰਾਣਿਆਂ ਦੇ, ਅਕਾਲੀਆਂ ਵੇਲੇ ਵੀ, ਕਾਂਗਰਸੀਆਂ ਵੇਲੇ, ਜਿੰਨਾ ਪੈਸਾ ਇਸ਼ਤਿਹਾਰਾਂ ਤੇ ਲਾਇਆ ਤੇ ਉਹਨਾਂ ਨਹਿਰਾਂ ਦਰਿਆਵਾਂ ਸੂਇਆਂ ਦੇ ਕੰਢਿਆਂ ਤੇ ਲਾਇਆ ਹੁੰਦਾ, ਅੱਜ ਪੰਜਾਬ ਡੁੱਬਦਾ ਨਾ। ਸੋ ਇਹ ਪੁਆਇੰਟ ਨੇ ਅਸਲ ਦੇ ਵਿੱਚ ਜਿਹੜੇ ਅੱਜ ਨਾਲ ਦੀ ਨਾਲ ਸਮਝਣ ਦੀ ਲੋੜ ਹੈ, ਠੀਕ ਹੈ, ਉਹਨਾਂ ਦੀ ਮਦਦ ਵੀ ਕਰਨ ਦੀ ਲੋੜ ਹੈ, ਇਹ ਕੁਦਰਤੀ ਆਫਤ ਨਾਲ ਨਜਿੱਠਣ ਦੀ ਵੀ ਲੋੜ ਹੈ। ਜੋ ਸਰਕਾਰ ਪ੍ਰਬੰਧ ਕਰ ਰਹੀ ਹੈ ਚੰਗੀ ਗੱਲ ਹੈ, ਸ਼੍ਰੋਮਣੀ ਕਮੇਟੀ ਵੀ ਕਰ ਰਹੀ ਹੈ, ਵੱਖ ਵੱਖ NGOs ਵੀ ਕਰ ਰਹੀਆਂ ਨੇ, ਸਿੱਖ ਸੰਸਥਾਵਾਂ ਵੀ ਕਰ ਰਹੀਆਂ, ਔਰ ਬਹੁਤ ਸਾਰੇ ਮਤਲਬ ਤਰ੍ਹਾਂ ਦੇ ਤਬਕੇ ਦੇ ਜਿਹੜੇ ਲੋਕ ਨੇ ਉਹ ਵੀ ਪ੍ਰਬੰਧ ਕਰ ਰਹੇ ਨੇ, ਪਰ ਇਹ ਸਾਰੇ ਕਿਸੇ ਨੂੰ ਸਮਝਣਾ ਵੀ ਸਾਨੂੰ ਚਾਹੀਦਾ ਜੀ। ਹਾਂ, ਮਾਫੀਏ ਨੇ, ਰੇਤੇ ਬਜਰੀ ਵਾਲੀ ਨੇ, ਜਿਹੜਾ ਕੁਛ ਇਹਨਾਂ ਨੇ ਉਜਾੜਿਆ, ਇੱਕ ਤਾਂ ਹੁੰਦਾ ਪਟਣਾ, ਪਟਣਾ ਦਾ ਹੁੰਦਾ ਉੱਪਰੋਂ ਉੱਪਰੋਂ, ਇਹਨਾਂ ਨੇ ਤਾਂ ਖੁਰ ਲਿਆ ਪੰਜਾਬ, ਖੁਰ ਲਿਆ, ਐਨ ਖੁਰਲ ਖੁਰਲ ਕੇ ਛੱਡਿਆ ਕੱਖ ਨਹੀਂ ਇਹਨਾਂ ਨੇ ਤਾਂ, ਇਹਨਾਂ ਵੱਲ ਨੂੰ ਕਿਸੇ ਨੇ ਨਹੀਂ ਝਾਕਣਾ ਨਵਕਿਰਨ, ਨਾ ਪਹਿਲੀਆਂ ਸਰਕਾਰਾਂ ਨੇ ਨਾ ਹੋਣ ਵਾਲੀਆਂ ਨੇ, ਇਹ ਕੰਟਰੋਲ ਨਹੀਂ ਹੋਣੇ। ਅੱਛਾ, ਹਿਮਾਚਲ ਪ੍ਰਦੇਸ਼ ਦੀ ਕੀ ਸਥਿਤੀ ਹੈ? ਉੱਥੇ ਵੀ ਨੁਕਸਾਨ ਹੋਇਆ ਜੀ? ਉੱਥੇ ਵੀ ਬਹੁਤ ਨੁਕਸਾਨ ਹੋ ਰਿਹਾ ਜੀ। ਉੱਥੇ ਤਾਂ ਗਿੱਲ ਸਾਹਿਬ ਕੱਲ੍ਹ ਤੱਕ ਹੀ ਜਿਹੜਾ ਹਿਮਾਚਲ ਪ੍ਰਦੇਸ਼ ਦੇ ਵਿੱਚ ਉਹ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਿਆ ਸੀਗਾ, ਕਿਉਂਕਿ ਆਪਣੇ ਜਿਹੜਾ ਪਾਣੀ ਮੋਸਟਲੀ ਉਹ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਹੀ ਆਇਆ ਗਾ, ਔਰ ਹਿਮਾਚਲ ਪ੍ਰਦੇਸ਼ ਦੇ ਪਾਣੀ ਨੇ ਹੀ ਆਪਣੇ ਮਾਰ ਕੀਤੀ ਹੈ। ਹੁਣ ਹਿਮਾਚਲ ਪ੍ਰਦੇਸ਼ ਦੇ ਵਿੱਚ ਜੇ ਗੱਲ ਕਰਨੀ ਹੋਵੇ
ਤਾਂ ਉੱਥੇ ਵੀ ਬਿਆਸ ਸਤਲੁਜ ਰਾਵੀ ਚਨਾਬ ਜਮਨਾ ਮਤਲਬ ਜਿੰਨੀਆਂ ਵੀ ਉੱਥੋਂ ਨਦੀਆਂ ਨਿਕਲਦੀਆਂ ਨੇ ਸਾਰੀਆਂ ਓਵਰਫਲੋ ਨੇ ਔਰ ਸਾਰਿਆਂ ਨੇ ਤਬਾਹੀ ਮਚਾਈ ਹੋਈ ਹੈ ਹਿਮਾਚਲ ਪ੍ਰਦੇਸ਼ 'ਚ। ਮੰਡੀ ਤੋਂ ਮਨਾਲੀ ਤੱਕ ਦਾ ਹਾਈਵੇ ਕਈ ਥਾਵਾਂ ਤੋਂ ਬੰਦ ਹੈ, ਸੜਕ ਦੇ ਕਈ ਹਿੱਸੇ ਟੁੱਟ ਗਏ ਔਰ ਉੱਥੇ ਵੀ ਇਹ ਪਤਾ ਲੱਗਿਆ ਕਿ ਪਿਛਲੇ 60 ਘੰਟਿਆਂ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ 20 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। 29 ਜਗ੍ਹਾ ਦੇ ਉੱਤੇ ਖਨਨ ਹੋਈ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ, ਜ਼ਮੀਨ ਬਹਿ ਗਈ। 24 ਜਗ੍ਹਾ ਦੇ ਉੱਤੇ ਹਿਮਾਚਲ ਪ੍ਰਦੇਸ਼ 'ਚ ਹੜ੍ਹ ਆਏ ਨੇ। 825 ਸੜਕਾਂ ਦਾ ਨੁਕਸਾਨ ਹੋਇਆ ਔਰ 4597 ਲਾਈਨਾਂ ਜਿਹੜੀਆਂ ਬਿਜਲੀ ਦੀਆਂ ਖਰਾਬ ਹੋਈਆਂ ਨੇ। 800 ਦੇ ਲਗਭਗ ਪਾਣੀ ਵਾਲੇ ਪਾਈਪ ਟੁੱਟ ਚੁੱਕੇ ਨੇ। ਉਹ ਹਿਮਾਚਲ ਪ੍ਰਦੇਸ਼ ਦੀ ਤਬਾਹੀ ਹੈ ਜਿਹੜੀ, ਉਹ ਬਹੁਤ ਵੱਡੀ ਹੈ। ਉੱਥੇ ਵੀ ਅਸਲ 'ਚ ਮਾਫੀਆ ਗਾ, ਉੱਥੇ ਤਾਂ ਜਿੱਧਰ ਨੂੰ ਜੀ ਕਰਦਾ ਸੁਰਗ ਕੱਢਤੀ, ਜਿੱਧਰ ਨੂੰ ਜੀ ਕਰਦਾ ਹੋਟਲ ਬਣਾਤਾ। ਮਤਲਬ ਉੱਥੇ ਵੀ ਜਿਹੜਾ ਹੈਗਾ ਅਸਲ ਦੇ ਵਿੱਚ ਇਹਨੂੰ ਸੋ ਕਾਲ ਜਿਹੜਾ ਵਿਕਾਸ ਕਿਹਾ ਜਾਂਦਾ, ਇਹ ਵਿਕਾਸ ਨਹੀਂ ਅਸਲ 'ਚ ਵਿਨਾਸ਼ ਹੈ। ਜਿਹੜਾ ਵੀ ਜਿੱਥੇ ਜੀ ਕੀਤਾ ਫੈਕਟਰੀ ਲਾ ਦਿਓ, ਜਿੱਥੇ ਜੀ ਕੀਤਾ ਉੱਥੋਂ ਨਾਲਾ ਬੂਹੇ ਬੰਦ ਕਰਕੇ ਉੱਥੇ ਕੁਛ ਬਣਾ ਦਿਓ, ਇੱਥੇ ਐਂ ਕਰੋ ਵੀ ਪਬਲਿਕ ਪਲੇਸ ਬਣਾ ਦਿਓ, ਇੱਥੇ ਪਾਰਕ ਬਣਾ ਦਿਓ। ਜਿਹੜਾ ਇਹ ਕੁਦਰਤ ਨਾਲ ਖਿਲਵਾੜ ਕੀਤਾ ਨਾ ਮਨੁੱਖ ਨੇ, ਉਹਦਾ ਨਤੀਜਾ ਅੱਜ ਹਿਮਾਚਲ ਵੀ ਭੁਗਤ ਰਿਹਾ ਗਾ। ਜੀ ਗੱਲ ਸਰ, ਹੁਣ ਸਮਾਂ ਇਹ ਵੀਡੀਓਜ਼ ਜਿਹੜੀਆਂ ਨੇ ਬਣਾਉਣ ਦਾ ਪੰਜਾਬ ਦਾ, ਅਤੇ ਜਿੱਦਣ ਪੰਜਾਬ ਪਾਣੀਆਂ ਦੀ ਰਾਖੀ ਕਰੇ ਉੱਦਣ ਦਿਖਾਇਓ ਕਿ ਇਹਨੂੰ ਰਿਪੇਰੀਅਨ ਲਾ ਕਹਿੰਦੇ ਨੇ। ਪੰਜਾਬ ਦੀ ਮਾਰ ਦੇ ਨਾਲ, ਪਾਣੀ ਦੀ ਮਾਰ ਨਾਲ ਜਿਹੜੀ ਧਰਤੀ ਉੱਜੜਦੀ ਆ ਉਹਦਾ ਹੀ ਹੱਕ ਹੁੰਦਾ ਪੰਜਾਬ ਦੇ ਪਾਣੀਆਂ 'ਤੇ। ਇਹ ਸਮਾਂ ਹੈ, ਇਸ ਸਮੇਂ 'ਚ ਆਏ ਔਖਾ ਸਮਾਂ ਹੈ, ਪਰ ਇਹ ਸਾਂਭਣ ਦਾ ਸਮਾਂ ਹੈ। ਇਹ ਜਿਹੜਾ ਕਾਗਜ਼ ਅਤੇ ਕਲਮ ਬੰਦ ਕਰਨ ਦਾ ਸਮਾਂ ਹੈ ਹੁਣ। ਅੱਛਾ, ਜਾਖੜ ਉਹਨਾਂ ਨੇ ਕੀ ਕਿਹਾ ਪ੍ਰਧਾਨ ਬਣਦੇ ਹੀ ਅਕਾਲੀ ਦਲ ਬਾਰੇ? ਅੱਜ ਸੁਨੀਲ ਜਾਖੜ ਨੇ ਪ੍ਰਧਾਨ ਦੀ ਕੁਰਸੀ ਦੇ ਉੱਤੇ ਬਹਿ ਗਿਆ ਜੀ। ਅੱਜ ਉਹਦੀ ਤਾਜਪੋਸ਼ੀ ਹੋਈ, ਭਾਵੇਂ ਪੁਰਾਣਾ ਪ੍ਰਧਾਨ ਅਸ਼ਵਨੀ ਸ਼ਰਮਾ ਉੱਥੇ ਪਹੁੰਚਿਆ ਨਹੀਂ, ਲੇਕਿਨ ਸੁਨੀਲ ਕੁਮਾਰ ਜਾਖੜ ਨੂੰ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਪੂਰਾ ਜਿਹੜਾ ਗਾ ਉਹ ਮਾਣ ਸਤਿਕਾਰ ਨਾਲ ਪ੍ਰਧਾਨ ਦੀ ਕੁਰਸੀ ਤੇ ਬਿਠਾਇਆ। ਜਾਖੜ ਵੀ ਲਿਬਰਲ ਚਿਹਰਾ ਸੀਗਾ, ਪਰ ਅੱਜ ਪੂਰਾ ਹਿੰਦੂਤਵ ਦੇ ਰੰਗ 'ਚ ਰੰਗਿਆ ਨਜ਼ਰ ਆਇਆ। ਪੂਰਾ ਭਗਵਾਂ ਰੰਗ ਜਾਖੜ ਨੂੰ ਵੀ ਚੜਿਆ ਹੋਇਆ ਸੀ। ਔਰ ਉੱਥੇ ਅਕਾਲੀ ਦਲ ਵਾਲੇ ਜਿਹੜੀ ਸਟੇਟਮੈਂਟ ਜਾਖੜ ਨੇ ਦਿੱਤੀ ਆ, ਉਹ ਇਹ ਦਿੱਤੀ ਆ ਕਿ ਉਹਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਵੀ ਸਾਡੀ ਗੱਲ ਨਹੀਂ ਚੱਲ ਰਹੀ, ਇਹਨਾਂ ਦੀ ਆਪਸ ਵਿੱਚ ਗੱਲ ਚੱਲ ਰਹੀ ਆ, ਸੀਟਾਂ ਦੀ ਵੰਡ ਦਾ ਰੌਲਾ ਹੈ। ਜਾਖੜ ਨੇ ਕਿਹਾ ਗਿਆ ਕਿ ਇਹ ਜਿਹੜਾ ਛੋਟੇ ਭਾਈ ਵਾਲਾ ਸਿੰਡਰਮ ਹੈ ਉਹ ਛੱਡਣ ਅਸਲ ਦੇ ਵਿੱਚ। ਉਹ ਕਹਿੰਦਾ ਵੀ ਜਾਣੀ ਕਿ ਜਾਖੜ ਦੀ ਸਟੇਟਮੈਂਟ ਤੋਂ ਸਾਫ਼ ਤੇ ਸਪਸ਼ਟ ਹੈ ਕਿ ਬੀਜੇਪੀ ਵੱਧ ਸੀਟਾਂ ਭਾਲਦੀ ਆ ਅਕਾਲੀਆਂ ਤੋਂ, ਜਾਂ ਘੱਟੋ ਘੱਟ ਬਰਾਬਰ ਤੇ ਭਾਲਦੇ ਆ। ਮਤਲਬ ਪਹਿਲਾਂ ਇਹ 23 ਸੀਟਾਂ ਵਿਧਾਨ ਸਭਾ ਦੀਆਂ ਅਕਾਲੀਆਂ ਨੂੰ ਦੇ ਦਿੰਦੇ ਸੀ, 117 ਕਾਂਗਰਸ ਇਹਨਾਂ ਨੂੰ ਭਾਜਪਾ ਵਾਲਿਆਂ ਨੂੰ ਦੇ ਦਿੰਦੇ ਸੀ, ਬਾਕੀ ਅਕਾਲੀ ਕਹਿੰਦੇ ਸੀ ਸਾਡੀਆਂ। ਹੁਣ ਉਹ ਕਹਿੰਦੇ ਨਾ ਨਾ 23 ਨਹੀਂ। ਜਾਖੜ ਦੀ ਸਟੇਟਮੈਂਟ ਅੱਜ ਦੀ ਆ ਵੀ ਇਹ ਐਂ ਨਹੀਂ ਵੀ ਵੱਡੇ ਛੋਟੇ ਵਾਲੀ ਗੱਲ, ਹੁਣ ਅਸੀਂ ਵੀ ਬਰਾਬਰ ਹਾਂ। ਤੇ ਦੂਜਾ ਇਹ 13 ਸੀਟਾਂ ਦੇ ਵਿੱਚੋਂ ਵੀ ਅਗਲੇ 7 ਮੰਗਦੇ ਨੇ ਭਾਜਪਾ ਵਾਲੇ। ਤੋ ਜਾਖੜ ਦੀ ਅੱਜ ਦੀ ਮਤਲਬ ਜਿਹੜੀ ਅਕਾਲੀ ਦਲ ਦੇ ਬਾਰੇ ਸਟੇਟਮੈਂਟ ਆ ਉਹਦੇ ਤੋਂ ਸਾਫ਼ ਜ਼ਾਹਰ ਆ ਦੋਨਾਂ ਦੀ ਗੱਲ ਚੱਲ ਰਹੀ ਹੈ, ਦੋਨਾਂ ਦੇ ਗੱਠਜੋੜ ਹੋ ਸਕਦਾ। ਪਰ ਭਾਜਪਾ ਘੱਟੋ ਘੱਟ ਬਰਾਬਰ ਦੇ ਉੱਤੇ ਆ ਕੇ ਮਤਲਬ ਜਿਹੜਾ ਗਾ ਉਹ ਗੱਠਜੋੜ ਕਰੂ, ਜਿਵੇਂ ਇਹਨਾਂ ਨੇ ਸ਼ਿਵ ਸੈਨਾ ਵਾਲਿਆਂ ਨਾਲ ਕਰਿਆ, ਚਟਾਲਿਆਂ ਨਾਲ ਕਰਿਆ, ਜਿਵੇਂ NCP ਨਾਲ ਕੀਤਾ, ਜਿਵੇਂ ਬਾਕੀ ਪਾਰਟੀਆਂ ਨਾਲ ਗੱਠਜੋੜ ਕਰਕੇ ਖੂੰਜੇ ਲਾਈਆਂ ਨੇ, ਉਹ ਉਵੇਂ ਕਰਨਗੇ ਅਸਲ ਦੇ ਵਿੱਚ। ਹਜੇ ਵੀ ਅਕਾਲੀਆਂ ਨੂੰ ਸਮਝਣਾ ਚਾਹੀਦਾ, ਪਰ ਇਹ ਮੈਨੂੰ ਸਮਝਦੇ ਨਹੀਂ ਜੀ। CM ਦਾ ਚਿਹਰਾ ਭਾਜਪਾ ਦਾ ਹੋਊਗਾ, ਅਤੇ ਹੁਣ ਛੋਟਾ ਭਾਈ ਜਿਹੜਾ ਹੈ ਉਹ ਸਿੱਖ ਚਿਹਰਾ ਕੋਈ ਹੋਊਗਾ। ਇੱਧਰ ਨੂੰ ਜਾਊਗੀ ਗੱਲ ਇਹ 27 ਵਾਲੀ, ਅਤੇ ਅਗਲੀਆਂ ਚੋਣਾਂ ਦੇ ਵੇਲੇ MP ਦੀਆਂ ਚੋਣਾਂ ਵੇਲੇ ਰਲੇਵਾਂ ਹੋ ਜਾਣਾ, ਇਹ ਗੱਲ ਨੇੜੇ ਲੱਗ ਗਈ, ਇਹ ਪਤਾ ਲੱਗਿਆ ਅੰਦਰੋਂ। ਲਾਰੈਂਸ ਬਿਸ਼ਨੋਈ ਦੇ ਕਿੱਥੇ ਦਰਦ ਹੋਇਆ ਢਿੱਡ 'ਚ ਜਿਹਦੇ ਕਰਕੇ ਦਾਖਲ ਕਰਾਇਆ? ਫਰੀਦਕੋਟ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਵਿੱਚ ਉਹਨੂੰ ਦਾਖਲ ਕਰਵਾਇਆ ਗਿਆ ਫਰੀਦਕੋਟ। ਉਹਨੂੰ ਗਿੱਲ ਸਾਹਿਬ ਕਹਿੰਦੇ ਡੇਂਗੂ ਹੋ ਗਿਆ, 105 ਬੁਖਾਰ ਸੀਗਾ ਔਰ ਅੱਧੀ ਰਾਤ ਤੋਂ ਲਿਜਾ ਕੇ ਜਿਹੜਾ ਗਾ ਉਹ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚ ਦਾਖਲ ਕਰਾਇਆ ਗਿਆ। ਹੁਣ ਆਮ ਜਿਹੜੇ ਕੈਦੀ ਨੇ ਉਹਨਾਂ ਨੂੰ ਤਾਂ ਮਤਲਬ ਜੇਲ੍ਹ ਦੇ ਵਿੱਚ ਦਰਦ ਵੀ ਹੁੰਦਾ, ਤੜਫਦੇ ਵੀ ਨੇ, ਉਹ ਛੇਤੀ ਕੀਤੇ ਨਹੀਂ ਲੈ ਕੇ ਜਾਂਦੇ। ਕਹਿੰਦੇ ਜੇਲ੍ਹ ਦੇ ਵਿੱਚ ਇੱਕ ਡਾਕਟਰ ਹੁੰਦਾ, ਇੱਕ ਫਾਰਮਾਸਿਸਟ ਹੁੰਦਾ, ਜੇਲ੍ਹ 'ਚ ਛੋਟੀ ਜਿਹੀ ਡਿਸਪੈਂਸਰੀ ਹੁੰਦੀ, ਇੱਥੇ ਦਵਾਈ ਲੈ ਲਾ। ਲਾਰੈਂਸ ਬਿਸ਼ਨੋਈ ਨੂੰ ਤਾਂ ਲੈ ਕੇ ਗਏ ਨੇ ਜੀ, ਔਰ ਸਪੈਸ਼ਲ ਡਾਕਟਰਾਂ ਦਾ ਪ੍ਰਬੰਧ ਕੀਤਾ, ਸਪੈਸ਼ਲ ਉਹਦੇ ਲਈ ਵਾਰਡ ਹੈ, ਸਪੈਸ਼ਲ ਉੱਥੇ ਗਾਰਡ ਤੈਨਾਤ ਕੀਤੀ ਹੋਈ ਹੈ ਜੀ। ਨਾਲ ਜੀ ਇਹ ਦੱਸਿਓ ਬਈ ਪਾਕਿਸਤਾਨ ਵਾਲੀ ਜਿਹੜੀ ਲੜਕੀ ਆਈ ਆ ਇੱਧਰ, ਜ਼ਮਾਨਤਾਂ ਹੋ ਗਈਆਂ, ਹੁਣ ਦੋਨੇ ਖੁਸ਼ ਨੇ? ਮੈਂ ਕਿਹਾ ਜੀ ਪੁੱਛੋ ਨਾ, ਹੁਣ ਤਾਂ
जमानत भी बड़ी छेती होगी, जमानत का छेती होगी, यह भी सानू समझना चाहिए। हुण तां दे गल च राधे राधे का दुपट्टा पाया होया, मंगल सूत्र पाया होया, हाथ च लाल चूड़िया, मत्थे ते बिंदी लगी हुई है, और वो जिहड़ी सीमा है गुलाम हैदर, वो कहिंदी मैं तां हिंदू धर्म ग्रहण कर लिया, हुण नहीं मैं पाकिस्तान जाणा। हुण तां इह जिहड़ा मेरा प्रेमी है सचिन मीना, हुण तां मेरा पति है, कहिंदी मैं तां इहदे कोल ही रहूं, चारे जवाक मेरे इत्थे रहणगे। ਉਹ ਦੂਜਾ ਜਿਹੜਾ ਪਾਕਿਸਤਾਨ ਦਾ ਸਾਊਦੀ ਅਰਬ ਬੈਠਾ, ਉਹ ਉੱਥੋਂ ਬੈਠਾ ਵੀਡੀਓ ਪਾਈ ਜਾਂਦਾ, ਮੈਨੂੰ ਮੇਰੇ ਜਵਾਕ ਦੇ ਦਿਓ, ਮੇਰੇ ਘਰ ਵਾਲੀ ਵਾਪਸ ਮੋੜ ਦਿਓ, ਇਹਨੂੰ ਗੁਮਰਾਹ ਹੋ ਗਈ ਪਬਜੀ ਗੇਮ ਤੇ। ਉਹ ਕਹਿੰਦੀ ਮੈਂ ਕੋਈ ਗੁਮਰਾਹ ਨਹੀਂ ਹੋਈ, ਮੈਂ ਤਾਂ ਉਹਦੀ ਮਰਜ਼ੀ ਨਾਲ ਆਈ ਹਾਂ। 27 ਸਾਲਾਂ ਦੀ ਇਹਦੀ ਉਮਰ ਹੈ, ਇਹਦੀ ਚਾਰ ਜਵਾਕਾਂ ਦੀ ਮਾਤਾ ਗਈ, ਔਰ ਇਹਨੂੰ ਪਿਛਲੇ ਦਿਨੀ ਗ੍ਰਿਫਤਾਰ ਕੀਤਾ ਗਿਆ ਸੀਗਾ। ਇਹਨੂੰ ਦਰਅਸਲ ਪਬਜੀ ਗੇਮ ਖੇਡਦੇ ਖੇਡਦੇ ਆਪਣੇ ਉੱਤਰ ਪ੍ਰਦੇਸ਼ ਦੇ ਇੱਕ ਮੁੰਡੇ ਸਚਿਨ ਮੀਨਾ ਦੇ ਨਾਲ ਪਿਆਰ ਹੋਇਆ ਸੀਗਾ, ਔਰ ਉਸ ਤੋਂ ਬਾਅਦ ਇਹਨੇ ਹੱਲ ਕੱਢਿਆ ਸੀ ਮਿਲਣ ਦਾ ਨੇਪਾਲ ਦੇ ਵਿੱਚ। ਇਹ ਉੱਥੋਂ ਵੀਜ਼ਾ ਲੈ ਕੇ ਨੇਪਾਲ ਆਈ ਸੀ, ਨੇਪਾਲ 'ਚ 5-7 ਦਿਨ ਰਹੇ, ਉਦੋਂ ਬਾਅਦ ਉਹ ਵਾਪਸ ਪਾਕਿਸਤਾਨ ਮੁੜ ਗਈ ਸੀ। ਫਿਰ ਦੁਬਾਰੇ ਆਪਦੇ ਜਵਾਕ ਚਾਰੇ ਲੈ ਕੇ ਨੇਪਾਲ ਆਈ, ਨੇਪਾਲ ਤੋਂ ਬਿਨਾਂ ਵੀਜ਼ੇ ਤੋਂ ਭਾਰਤ ਐਂਟਰ ਹੋ ਗਈ ਸੀ। ਭਾਰਤ ਦੇ ਵਿੱਚ ਇਹ ਦੋਨੇ 1.5-2 ਮਹੀਨੇ ਲੁੱਕ ਕੇ ਰਹਿੰਦੇ ਰਹੇ ਇੱਕ ਕਿਰਾਏ ਦੇ ਕਮਰੇ ਦੇ ਵਿੱਚ। ਉਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੋਇਆ ਸੀ, ਫਿਰ ਇਹਨੂੰ ਗ੍ਰਿਫਤਾਰ ਕਰ ਲਿਆ ਸੀ। ਉਦੋਂ ਤਾਂ ਇਹ ਲੱਗਦਾ ਸੀਗਾ ਵੀ ਛੇਤੀ ਕੀਤੇ ਜੇਲ੍ਹ ਤੋਂ ਬਾਹਰ ਨਹੀਂ ਆਉਂਦੇ, ਕਿਉਂਕਿ ਜੇ ਆਮ ਪਾਕਿਸਤਾਨ ਤੋਂ ਕੋਈ ਭਾਰਤ ਦੇ ਵਿੱਚ ਬਗੈਰ ਵੀਜ਼ੇ ਤੋਂ ਇਸ ਢੰਗ ਦੇ ਨਾਲ ਗੈਰ ਕਾਨੂੰਨੀ ਤੌਰ ਦੇ ਉੱਤੇ ਫੜਿਆ ਜਾਵੇ, ਤਾਂ ਸਭ ਤੋਂ ਪਹਿਲਾਂ ਸ਼ੱਕ ਜ਼ਾਹਰ ਕੀਤਾ ਜਾਂਦਾ ਕਿ ਕਿਸੇ ਉੱਥੋਂ ਦੀ ਏਜੰਸੀ ਦੇ ਲਈ ਨਾ ਕੰਮ ਕਰਦਾ ਹੋਵੇ, ਔਰ ਉਸ ਤੋਂ ਬਾਅਦ ਉਹ ਜੇਲ੍ਹ ਦੇ ਵਿੱਚ ਸੜਦਾ। ਪਰ ਇਹ ਤਾਂ ਦੋਨੇ ਛੇਤੀ ਵੀ ਬਾਹਰ ਆ ਗਏ ਕੁਛ ਹੀ ਦਿਨਾਂ ਦੇ ਬਾਅਦ, ਔਰ ਹੁਣ ਰਾਧੇ ਰਾਧੇ ਦਾ ਦੁਪੱਟਾ ਪਾ ਕੇ ਮੰਗਲ ਸੂਤਰ ਸਜਾ ਕੇ ਉਹ ਲਗਾਤਾਰ ਉਹ ਇੰਟਰਵਿਊਆਂ ਦੇ ਰਹੀ ਹੈ, ਉਹਦੇ ਕੋਲ ਚੈਨਲ ਵਾਲੇ ਜਾ ਰਹੇ ਨੇ, ਔਰ ਉਹ ਗੱਲ ਕਰ ਰਹੀ ਹੈ ਕਿ ਮੈਂ ਤਾਂ ਧਰਮ ਚੇਂਜ ਕਰ ਲਿਆ, ਹੁਣ ਤਾਂ ਮੈਂ ਭਾਰਤ ਦੇ ਵਿੱਚ ਹੀ ਰਹਿਣਾ, ਮੈਂ ਨਹੀਂ ਦੁਬਾਰੇ ਜਾਣਾ ਉੱਥੇ ਜੀ। ਧੁਨੀ ਚ ਤੀਰ ਵੱਜ ਰਿਹਾ ਨਾ ਆਲੇ ਦੁਆਲੇ, ਉਹਦੇ ਕਰਕੇ ਹੋ ਰਿਹਾ ਸਾਰਾ ਕੁਝ, ਤਾਂ ਜਮਾਨਤਾਂ ਹੋਈਆਂ ਨੇ, ਗੱਲ ਵਿਨ ਵਿਨ ਸਿਚੁਏਸ਼ਨ ਹੋ ਗਈ। ਮੀਨੇ ਨੂੰ ਘਰ ਵਾਲੀ ਮਿਲ ਗਈ, ਇਹ ਦੇਸ਼ ਨੂੰ ਐਂ ਹੋ ਗਿਆ ਵੀ ਉਹਨੇ ਧਰਮ ਛੱਡਤਾ, ਉਹ ਢੋਲਾ ਜਿਹੜਾ ਸਾਊਦੀ ਅਰਬ 'ਚ ਲਾਉਂਦਾ ਦਿਹਾੜੀਆਂ ਕਹਿ ਲਾਈ ਚੱਲ। ਅੱਛਾ, ਰਾਜਪਾਲ ਨੂੰ ਚਿੱਠੀ ਫੇਰ ਲਿਖਤੀ ਭਗਵੰਤ ਮਾਨ, ਉਹਨਾਂ ਨੇ ਹੁਣ ਕੀ ਲਿਖਤਾ ਇਸ ਪ੍ਰੇਮ ਪਟਾਰੀ 'ਚ? ਹੁਣ ਜਿਹੜੀ ਗਵਰਨਰ ਨੂੰ ਚਿੱਠੀ ਲਿਖੀ ਹੈ ਭਗਵੰਤ ਮਾਨ ਹੋਰਾਂ ਨੇ, ਉਹਦੇ 'ਚ ਉਹਨਾਂ ਨੇ ਕਿਹਾ ਗਾ ਕਿ ਅਸੀਂ ਨੈਸ਼ਨਲ ਪਾਰਟੀ ਬਣ ਗਏ, ਹੁਣ ਸਾਨੂੰ ਚੰਡੀਗੜ੍ਹ ਦੇ ਵਿੱਚ ਪਾਰਟੀ ਲਈ ਦਫ਼ਤਰ ਦਿਓ। ਉਹ ਕਹਿੰਦੇ ਜਿਹੜੀਆਂ ਬਾਕੀ ਨੈਸ਼ਨਲ ਪਾਰਟੀਆਂ ਨੇ, ਚਾਹੇ ਭਾਜਪਾ ਹੈ ਚਾਹੇ ਕਾਂਗਰਸ ਹੈ, ਉਹਨਾਂ ਨੂੰ ਇੱਥੇ ਦਫ਼ਤਰ ਮਿਲੇ ਹੋਏ ਨੇ ਚੰਡੀਗੜ੍ਹ ਦੇ ਵਿੱਚ, ਤਾਂ ਸਾਨੂੰ ਵੀ ਕਹਿੰਦੇ ਥਾਂ ਦਿਓ, ਅਸੀਂ ਵੀ ਦਫ਼ਤਰ ਬਣਾਉਣਾ ਆਮ ਆਦਮੀ ਪਾਰਟੀ ਦਾ, ਸਾਡੀ ਵੀ ਨੈਸ਼ਨਲ ਪਾਰਟੀ ਬਣ ਗਈ। ਉਹਨਾਂ ਨੇ ਗਵਰਨਰ ਸਾਹਿਬ ਨੂੰ ਚਿੱਠੀ ਲਿਖੀ ਆ, ਚਿੱਠੀਆਂ ਪਿਛਲੇ ਸਮਿਆਂ ਦੇ ਵਿੱਚ ਵੀ ਲਿਖੀਆਂ। ਗਵਰਨਰ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਆਪਸ ਦੇ ਵਿੱਚ ਕਲੇਸ਼ ਹੈਗਾ, ਜਿਹੜਾ ਖਾਸਾ ਵਧਿਆ ਰਿਹਾ, ਖਾਸਾ ਆਪਸ ਦੇ ਵਿੱਚ ਮਾਹੌਲ ਗਰਮਾਇਆ ਰਿਹਾ। ਲੇਕਿਨ ਹੁਣ ਉਹਨਾਂ ਦੇ ਵੱਲੋਂ ਦੁਬਾਰੇ ਜਿਹੜੀ ਮੰਗ ਚਿੱਠੀ ਲਿਖ ਕੇ ਕੀਤੀ ਗਈ ਹੈ ਕਿ ਉਹਨਾਂ ਨੂੰ ਦਫ਼ਤਰ ਦਿੱਤਾ ਜਾਵੇ ਜੀ। ਸੁਰਿੰਦਰ ਸ਼ਿੰਦਾ, ਉਹਨਾਂ ਬਾਰੇ ਬੜੀਆਂ ਅਫਵਾਹਾਂ ਫੈਲੀਆਂ, ਉਹਦੇ ਮੁੰਡੇ ਮਨਿੰਦਰ ਸ਼ਿੰਦੇ ਨੇ ਕਿਹਾ ਬਾਪੂ ਮੇਰਾ ਠੀਕ ਠਾਕ ਹੈ, ਢਿੱਲੇ ਨੇ ਸੁਰਿੰਦਰ ਸ਼ਿੰਦੇ ਹੁਣੀ ਜੀ? ਗੱਲ ਸਾਹਿਬ ਉਹ ਬਿਮਾਰ ਹੈ, ਲੁਧਿਆਣਾ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ, ਪਰ ਚੱਲਦੇ ਇਲਾਜ ਦੇ ਦੌਰਾਨ ਹੀ ਅਫਵਾਹਾਂ ਫੈਲਾਤੀਆਂ ਲੋਕਾਂ ਨੇ। ਉਸ ਤੋਂ ਬਾਅਦ ਉਹਦੇ ਮੁੰਡੇ ਨੂੰ ਲਾਈਵ ਹੋਣਾ ਪਿਆ ਸੋਸ਼ਲ ਮੀਡੀਆ ਦੇ ਉੱਤੇ, ਫੇਸਬੁੱਕ ਦੇ ਉੱਤੇ ਲਾਈਵ ਹੋ ਕੇ ਉਹਨੇ ਕਿਹਾ ਮੇਰਾ ਬਾਪੂ ਠੀਕ ਹੈ, ਹਜੇ ਇਲਾਜ ਚੱਲ ਰਿਹਾ, ਅਫਵਾਹਾਂ ਨਾ ਫੈਲਾਓ। ਔਰ ਤੁਸੀਂ ਦੇਖੋ ਗਿੱਲ ਸਾਹਿਬ ਕਿ ਇੱਕ ਪਾਸੇ ਤਾਂ ਬੰਦੇ ਦਾ ਪਰਿਵਾਰ ਆ ਜਿਹੜਾ, ਉਹ ਕਿੰਨੀ ਸਮੱਸਿਆ ਚੋਂ ਗੁਜ਼ਰ ਰਿਹਾ ਹੁੰਦਾ ਗਾ, ਇਲਾਜ ਕਰਾ ਰਿਹਾ, ਉਹ ਬੰਦਾ ਬਿਮਾਰ ਹੈ, ਉਹਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਲਗਾਤਾਰ ਡਾਕਟਰ ਉਹਦਾ ਇਲਾਜ ਕਰ ਰਹੇ ਨੇ। ਪਿਛਲੇ ਦਿਨ ਉਹਦਾ ਆਪਰੇਸ਼ਨ ਹੋਇਆ ਸੀ, ਇਨਫੈਕਸ਼ਨ ਫੈਲਣ ਦੇ ਨਾਲ ਉਹਨੂੰ ਦੁਬਾਰੇ ਹੋਸਪਿਟਲ ਦਾਖਲ ਕਰਾਉਣਾ ਪਿਆ। ਹੁਣ ਦੂਜੇ ਪਾਸੇ ਅਫਵਾਹਾਂ ਫੈਲਾ ਕੇ ਉਹ ਫੋਨ ਰਿਸ਼ਤੇਦਾਰਾਂ ਦੇ, ਦੋਸਤਾਂ ਮਿੱਤਰਾਂ ਦੇ ਵੱਜਣ ਲੱਗ ਜਾਂਦੇ ਨੇ ਵੀ ਆਹ ਸਾਨੂੰ ਖਬਰ ਮਿਲੀ ਹੈ, ਕੀ ਇਹ ਸੱਚੀ ਹੈ। ਹੁਣ ਇੱਕ ਪਾਸੇ ਪਰਿਵਾਰ ਪਹਿਲਾਂ ਹੀ ਸਮੱਸਿਆ 'ਚ ਹੁੰਦਾ, ਉਦੋਂ ਬਾਅਦ ਦੁਬਾਰੇ ਸਮੱਸਿਆ 'ਚ ਪਾਉਂਦੇ ਨੇ। ਇਹ ਸਮੱਸਿਆ 'ਚ ਪਾਉਣ ਵਾਲੇ ਉਹ ਚੈਨਲ ਨੇ ਜਿਹੜੇ ਕਹਿੰਦੇ ਨੇ ਵੀ ਸਭ ਤੋਂ ਪਹਿਲਾਂ ਸਾਡੇ ਕੋਲੇ ਜਾਣਕਾਰੀ ਆ, ਲਓ ਜੀ ਸਾਨੂੰ ਪਤਾ ਲੱਗ ਗਿਆ, ਹੋਰ ਤਾਂ ਕਿਸੇ ਨੂੰ ਪਤਾ ਨਹੀਂ ਲੱਗਿਆ, ਸਾਡੇ ਸੂਤਰਾਂ ਨੇ ਸਾਨੂੰ ਦੱਸਤਾ। ਸੂਤਰ ਪਤਾ ਨੀ ਕਿਹੜੇ ਸੂਤਰ ਨੇ, ਉਦੋਂ ਬਾਅਦ ਪਰਿਵਾਰ ਨੂੰ ਜਾ ਕੇ ਸਪਸ਼ਟੀਕਰਨ ਦੇਣੇ ਪੈਂਦੇ ਨੇ, ਕਈ ਕੇਸਾਂ 'ਚ ਹੋ ਗਿਆ। ਸੋ ਹਜੇ ਤੱਕ ਸ਼ਿੰਦਾ ਜੀ ਠੀਕ ਨੇ, ਉਹਨਾਂ ਦਾ ਇਲਾਜ ਚੱਲ ਰਿਹਾ ਹੈਗਾ, ਆਸ ਉਮੀਦ ਕਰਦਿਆਂ ਅਰਦਾਸ ਕਰਦਿਆਂ ਕਿ ਉਹ ਤੰਦਰੁਸਤ ਹੋਣ, ਸਿਹਤ ਯਾਬ ਹੋਣ, ਤੇ ਜਿਹੜੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਇਸ ਤਰ੍ਹਾਂ ਦੀਆਂ, ਉਹ ਬੰਦ ਹੋਣੀਆਂ ਚਾਹੀਦੀਆਂ ਨੇ ਜੀ। ਆਸ਼ੀਸ਼ ਮਿਸ਼ਰਾ ਲਖੀਮਪੁਰ ਖੀਰੀ ਮਾਮਲੇ ਵਾਲਾ, ਤੇ ਉਹਨੂੰ ਹਾਲੇ ਜਮਾਨਤ ਉਹਦੀ ਵਧਾ ਦਿੱਤੀ ਫਿਰ?
जी गल साहब, ਇਹ ਤੁਸੀਂ ਦੇਖੋ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਉਸ ਵਕਤ ਦੇ ਦਾ ਮੁੰਡਾ ਆਸ਼ੀਸ਼ ਮਿਸ਼ਰਾ, ਇਹਨੇ ਕਿਸਾਨਾਂ ਦੇ ਉੱਤੇ ਗੱਡੀ ਚੜਾਉਣ ਦੇ ਇਲਜ਼ਾਮ ਨੇ ਕਿ ਆਪਦੀ ਮਹਿੰਗੀ ਗੱਡੀ ਥੱਲੇ ਕਿਸਾਨਾਂ ਨੂੰ ਕੁਛ ਲਿਆ ਗਿਆ, ਸ਼ਹੀਦ ਕੀਤਾ ਗਿਆ। ਔਰ ਇਹਦੀ ਜ਼ਮਾਨਤ ਹੈਗੀ ਜਿਹੜੀ ਉਹ ਲਗਾਤਾਰ ਵੱਧ ਰਹੀ ਹੈ। ਸੁਪਰੀਮ ਕੋਰਟ ਨੇ ਸਾਲ 2021 ਦੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੇ ਮੁਲਜ਼ਮ ਆਸ਼ੀਸ਼ ਮਿਸ਼ਰਾ ਦੀ ਅੰਤਰਿਮ ਜ਼ਮਾਨਤ ਆ ਜਿਹੜੀ ਹੁਣ 26 ਸਤੰਬਰ ਤੱਕ ਵਧਾ ਦਿੱਤੀ ਹੈ। ਕੇਂਦਰੀ ਮੰਤਰੀ ਅਜੇ ਕੁਮਾਰ ਮਿਸ਼ਰਾ ਦਾ ਇਹ ਪੁੱਤਰ ਆਸ਼ੀਸ਼ ਮਿਸ਼ਰਾ 2021 ਦੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਦਾ ਮੁਲਜ਼ਮ ਹੈ। ਇਹਦੇ ਚ 8 ਜਾਨਾਂ ਗਈਆਂ ਸੀਗੀਆਂ ਔਰ ਅੱਜ ਸੁਪਰੀਮ ਕੋਰਟ ਨੇ ਇਹ ਵਧਾਈ ਆ। ਦੂਜੇ ਪਾਸੇ ਜਿਹੜੇ ਕਿਸਾਨਾਂ ਦੇ ਉੱਤੇ ਕੇਸ ਦਰਜ ਹੋਏ ਸੀ ਦਿੱਲੀ, ਜਦੋਂ ਆਪਣੇ ਇੱਥੋਂ ਕਿਸਾਨ ਗਏ ਸੀ ਉਹਨਾਂ ਦੇ ਉੱਤੇ ਦਿੱਲੀ ਪੁਲਿਸ ਨੇ ਕੇਸ ਦਰਜ ਕਰ ਲਏ ਸੀ। ਉਦੋਂ ਬਾਅਦ ਜਦੋਂ ਕਿਸਾਨ ਅੰਦੋਲਨ ਸਮਾਪਤ ਹੋਇਆ ਸੀ ਤਾਂ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਸੀ ਵੀ ਅਸੀਂ ਤੁਹਾਡੇ ਕੇਸ ਆ ਜਿਹੜੇ ਉਹ ਵਾਪਸ ਲਵਾਂਗੇ, ਲੇਕਿਨ ਉਹ ਬਹੁਤ ਸਾਰੇ ਕਿਸਾਨਾਂ ਨੂੰ ਹੋ ਗਏ ਸਾਡੇ ਕੇਸ ਵਾਪਸ ਹੋ ਗਏ। ਮੇਰੀ ਅੱਜ ਹੀ ਇੱਕ ਕਿਸਾਨ ਦੇ ਨਾਲ ਗੱਲ ਹੋਈ ਹੈ, ਗੁਰਪ੍ਰੀਤ ਸਿੰਘ ਆ ਮੁੰਡੇ ਦਾ ਨਾਂ, ਮਹਿਲ ਕਲਾਂ ਖੇਤਰ ਦੇ ਵਿੱਚ। ਉਹ ਕਹਿੰਦਾ ਜੀ ਮੈਨੂੰ ਸੰਮਨ ਆ ਗਏ ਵੀ ਆ ਕੋਰਟ ਦੇ ਵਿੱਚ ਤੇਰੇ ਤੇ ਤਾਂ ਕੇਸ ਚੱਲਦਾ ਉਦੋਂ ਦਾ। ਹੁਣ ਕਿਸਾਨਾਂ ਨੂੰ ਸੰਮਨ ਵੀ ਆਉਣ ਲੱਗ ਗਏ। ਸਵਾਲ ਇਹ ਖੜਾ ਹੁੰਦਾ ਹੈਗਾ ਕਿ ਜਦੋਂ ਸਰਕਾਰ ਨੇ ਕਹਿ ਦਿੱਤਾ ਸੀ ਕਿ ਕਿਸਾਨ ਅੰਦੋਲਨ ਦੇ ਕੇਸ ਵਾਪਸ ਲਵਾਂਗੇ ਤਾਂ ਵਾਪਸ ਕਿਉਂ ਨੀ ਲੈ ਗਏ, ਤੇ ਹੁਣ ਸੰਮਣ ਕੇ ਆਉਣ ਲੱਗੇ? ਹੁਣ ਇੱਕ ਪਾਸੇ ਤਾਂ ਉਹਨਾਂ ਕਿਸਾਨਾਂ ਨੂੰ ਸੰਮਣ ਆ ਰਹੇ ਨੇ, ਦੁਬਾਰੇ ਉਹਨਾਂ ਦੇ ਕੇਸ ਖੋਲੇ ਜਾ ਰਹੇ ਨੇ, ਦੂਜੇ ਪਾਸੇ ਲਖੀਮਪੁਰ ਖੀਰੀ ਦੇ ਮਸਲੇ ਦੇ ਵਿੱਚ ਜਿਹੜਾ ਮੁਲਜ਼ਮ ਆ ਉਹਦੀ ਜ਼ਮਾਨਤ ਲਗਾਤਾਰ ਵੱਧ ਰਹੀ ਹੈ ਜੀ। ਅੱਛਾ ਜੀ, ਨਾਲ ਇਹ ਦੱਸਿਓ ਬਈ ਉਜੜੇ ਬਾਗਾਂ ਦੇ ਕਾਟੇ ਪਟਵਾਰੀ, ਅਮਰੂਦਾਂ ਦੇ ਬਾਗ ਜਿਹੜੇ ਨੇੜੇ ਆਪਣੇ ਮੋਹਾਲੀ ਦੇ ਪਿੰਡ ਦੇ ਵਿੱਚ ਲਾਏ ਸੀ, ਉਹਦੇ 'ਚ ਕੋਈ ਹੋਰ ਕੋਈ ਫੜਿਆ? ਮੈਂ ਕਿਹਾ ਜੀ ਪਟਵਾਰੀ ਨੂੰ ਫੜ ਲਿਆ। ਪੰਜਾਬ ਵਿਜੀਲੈਂਸ ਬਿਊਰੋ ਨੇ ਅਮਰੂਦਾਂ ਦੇ ਬੂਟਿਆਂ ਦੇ ਮੁਆਵਜ਼ੇ ਦੇ ਵਿੱਚ ਜਿਹੜਾ ਇਹ ਬਹੁਤ ਕਰੋੜੀ ਘਟਾਲਾ ਹੋਇਆ ਉਹਦੇ 'ਚ ਗਮਾਡਾ ਦੇ ਰਿਟਾਇਰਡ ਪਟਵਾਰੀ ਸੁਰਿੰਦਰਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ। ਘਟਾਲੇ ਸਮੇਂ ਪਟਵਾਰੀ ਆ ਜਿਹੜਾ ਇਹ ਪਟਵਾਰੀ ਉੱਥੇ ਸੀਗਾ ਜੀ, ਇਹ ਜ਼ਿਆਦਾ ਪਟਵਾਰੀ ਵੀ ਦੱਸਦੇ ਹੁੰਦੇ ਆ। ਔਰ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਹੁਣ ਤੱਕ 18 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਗਾ ਔਰ ਇਸ ਸੰਬੰਧੀ ਵਿਜੀਲੈਂਸ ਨੇ ਥਾਣਾ ਮੋਹਾਲੀ ਦੇ ਵਿੱਚ ਕੇਸ ਦਰਜ ਕੀਤਾ ਸੀਗਾ। ਔਰ ਇਹ ਜਿਹੜਾ ਪਟਵਾਰੀ ਹੈ ਇਹਦੇ ਤੇ ਗਲਤ ਤਰੀਕੇ ਦੇ ਨਾਲ ਅਯੋਗ ਲਾਭਪਾਤਰੀਆਂ ਨੂੰ ਮੁਆਵਜ਼ੇ ਦਾ ਲਾਭ ਦਿਵਾਉਣ ਦੀ ਸੂਚਨਾ ਦੇਣ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਦਾ ਦੋਸ਼ ਹੈ। ਬਾਗਬਾਨੀ ਵਿਭਾਗ ਨੇ ਮੁਆਵਜ਼ੇ ਦੀ ਵੰਡ ਦੇ ਲਈ ਜਿਹੜਾ ਅਮਰੂਦਾਂ ਦੇ ਬੂਟਿਆਂ ਦੀ ਮਾਰਕੀਟ ਕੀਮਤ ਦਰਸਾਉਂਦਿਆਂ ਇੱਕ ਰਿਪੋਰਟ ਭੇਜੀ ਸੀਗੀ, ਪਰ ਮਾਲ ਰਿਕਾਰਡ ਅਨੁਸਾਰ ਇਹ ਰਿਪੋਰਟ 'ਚ ਕੁੱਝ ਜ਼ਮੀਨ ਮਾਲਕਾਂ ਦੇ ਨਾਂ ਤੇ ਜ਼ਮੀਨ ਦਾ ਹਿੱਸਾ ਸਹੀ ਨਹੀਂ ਦਰਸਾਇਆ ਔਰ ਸਾਰੇ ਕਾਸੇ ਦਾ ਸੂਤਰਧਾਰ ਇਹ ਪਟਵਾਰੀ ਦੱਸਦੇ ਆ। ਤਹਿਸੀਲਦਾਰ ਉਹ ਜਿਹੜਾ IAS ਦੀਆਂ ਪਤਨੀ ਉਹ ਗਾਹਾਂ ਉਦੋਂ ਗਾਹ ਲਈਆਂ ਗੱਲਾਂ ਨੇ, ਗੱਲ ਪਟਵਾਰੀ ਤੋਂ ਤੁਰਦੀ ਹੁੰਦੀ ਆ। ਉਹਨੇ ਪਟਵਾਰੀ ਫੜ ਲਿਆ ਜੀ। ਵੈਸੇ ਇਸ ਕੇਸ ਦੇ ਵਿੱਚ ਪੈਸੇ ਵੀ ਵਾਪਸ ਖਜ਼ਾਨੇ ਦੇ ਵਿੱਚ ਜਮ੍ਹਾਂ ਹੋ ਰਹੇ ਨੇ, ਹੁਣ ਜਿਹੜੇ ਤਕੜੇ ਨੇ ਉਹ ਪੈਸੇ ਜਮ੍ਹਾਂ ਕਰਾ ਕੇ ਕੜਾ ਛਡਾਉਣ ਨੂੰ ਫਿਰਦੇ ਨੇ ਜੀ। ਅਖੀਰਲੀ ਖਬਰ ਇਹ ਦੱਸਿਓ ਬਈ OP ਸੋਨੀ ਢਿੱਲਾ ਜੀ ਗੱਲ ਸਾਹਿਬ, ਇਹਨੂੰ ਪਰਸੋਂ ਗ੍ਰਿਫਤਾਰ ਕੀਤਾ ਸੀਗਾ ਵਿਜੀਲੈਂਸ ਨੇ। ਇਹਦੇ ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਨੇ। ਇਹ ਸਾਬਕਾ ਉਪ ਮੁੱਖ ਮੰਤਰੀ ਰਿਹਾ, ਉਦੋਂ ਸਿਹਤ ਮੰਤਰੀ ਵੀ ਰਿਹਾ ਔਰ ਜਦੋਂ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਉਦੋਂ ਬਾਅਦ ਕੋਰਟ 'ਚ ਪੇਸ਼ ਕੀਤਾ, ਇਹਦਾ 2 ਦਿਨ ਦਾ ਮਿਲ ਗਿਆ ਰਿਮਾਂਡ। ਰਿਮਾਂਡ ਮਿਲਦੇ ਹੀ ਇਹ ਤਾਂ ਕਹਿੰਦਾ ਜੀ ਮੈਂ ਤਾਂ ਬਿਮਾਰ ਹਾਂ ਔਰ ਉਸ ਤੋਂ ਬਾਅਦ ਇਹਨੂੰ ਸਿਹਤ ਵਿਗੜ ਗਈ, ਚੱਕ ਕੇ ਜਿਹੜਾ ਪ੍ਰਾਈਵੇਟ ਹਸਪਤਾਲ ਖਾਸਾ ਮਹਿੰਗਾ ਹਸਪਤਾਲ ਜਿਹੜਾ ਵੱਜਦਾ ਗਾ ਉਹਦੇ 'ਚ ਦਾਖਲ ਕਰਾਉਣਾ ਪਿਆ। ਉਦੋਂ ਬਾਅਦ ਉੱਥੇ ਕਾਂਗਰਸ ਦੇ ਰਾਜਾ ਬੜਿੰਗ ਪ੍ਰਤਾਪ ਬਾਜਵਾ ਸਮੇਤ ਲੀਡਰਸ਼ਿਪ ਪਹੁੰਚ ਗਈ ਦਾ ਪਤਾ ਲੈਣ। ਹੁਣ ਇੱਕ ਪਾਸੇ ਵਿਜੀਲੈਂਸ ਨੇ ਕੇਸ ਦਰਜ ਕੀਤਾ ਹੋਇਆ ਗਾ ਤੋਂ ਪੁੱਛ ਪੜਤਾਲ ਕਰਨੀ ਆ, ਦੂਜੇ ਪਾਸੇ ਤਾਂ ਕਹਿੰਦਾ ਜੀ ਮੈਂ ਤਾਂ ਬਿਮਾਰ ਹਾਂ, ਉਦੋਂ ਡਾਕਟਰ ਕਹਿੰਦੇ ਤਾਂ ਖਾਸਾ ਸੀਰੀਅਸ ਆ। ਔਰ ਅੱਜ ਇਹਦੀ ਹਾਲਤ ਹੋਰ ਵਿਗੜ ਗਈ, ਇਹਨੂੰ ICU 'ਚ ਸ਼ਿਫਟ ਕੀਤਾ ਗਿਆ ਗਾ ਤੇ ਵਿਜੀਲੈਂਸ ਵਾਲੇ ਵਾਰਡ 'ਚ ਬੈਠੇ ਵੀ ਜਦੋਂ ਡਾਕਟਰ ਕਹੇ ਭਾਈ ਠੀਕ ਆ ਅਸੀਂ ਲਿਜਾ ਕੇ ਤੋਂ ਪੁੱਛਗਿੱਛ ਕਰੀਏ ਜੀ। ਆਖਰੀ ਖਬਰ ਸੁਣਾ ਦਿਓ ਜੀ, ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀਆਂ ਹਲੇ ਸਮੱਸਿਆਵਾਂ ਨਿਬੜ ਗਈਆਂ, ਜਿੱਤ ਗਿਆ ਜਾਂ ਹਾਰ ਗਿਆ ਭਲਵਾਨਾਂ ਦੇ ਸਰੀਰਕ ਸ਼ੋਸ਼ਣ ਦੇ ਵੇਲੇ? ਇਹ ਦੇਖੋ ਜੀ ਇਹਦੀਆਂ ਸਮੱਸਿਆਵਾਂ ਵਧਣ ਗਈਆਂ, ਪਹਿਲਾਂ ਤਾਂ ਪ੍ਰਧਾਨਗੀ ਦੀ ਕੁਰਸੀ ਜਾ ਰਹੀ ਆ, ਆਉਣ ਵਾਲੇ ਦਿਨਾਂ ਦੇ ਵਿੱਚ ਵੋਟਾਂ ਪੈਣੀਆਂ ਨੇ ਦੁਬਾਰੇ ਪ੍ਰਧਾਨਗੀ ਦੀ ਕੁਰਸੀ ਦੇ ਲਈ ਔਰ ਇਹ ਉਹਦੇ 'ਚ ਦਾਅਵੇਦਾਰ ਹੈ ਨਹੀਂ ਗਾ, ਸਭ ਤੋਂ ਪਹਿਲੀ ਗੱਲ ਇਹਦੀ ਕੁਰਸੀ ਖੁੱਸੂਗੀ। ਸੈਕਿੰਡ ਪੁਆਇੰਟ ਇਹ ਆ ਕਿ ਦਿੱਲੀ ਪੁਲਿਸ ਦੇ ਵੱਲੋਂ ਜਿਹੜੀ ਚਾਰਜਸ਼ੀਟ ਦਾਖਲ ਕੀਤੀ ਗਈ ਆ ਉਹਦੇ ਤੇ ਇੱਕ ਅਦਾਲਤ ਨੇ ਉਹਨੂੰ 18 ਜੁਲਾਈ ਨੂੰ ਪੇਸ਼ ਆਉਣ ਦੇ ਲਈ ਸੰਮਨ ਜਾਰੀ ਕੀਤੇ ਨੇ ਔਰ ਇਹਦੇ ਤੇ
ਪਹਿਲਵਾਨ ਕੁੜੀਆਂ ਦਾ ਸ਼ੋਸ਼ਣ ਕਰਨ, ਤੰਗ ਪਰੇਸ਼ਾਨ ਕਰਨ, ਪਿੱਛਾ ਕਰਨ ਤੇ ਡਰਾਉਣ ਧਮਕਾਉਣ ਦੇ ਦੋਸ਼ ਲੱਗੇ ਨੇ। ਅਦਾਲਤ ਦੇ ਅਨੁਸਾਰ ਇਹਦੇ ਖਿਲਾਫ ਜਿਹੜੇ ਦੋਸ਼ ਲੱਗੇ ਨੇ ਉਹ 'ਚ ਕਾਫੀ ਸਬੂਤ ਨੇ ਔਰ ਇਹਨਾਂ ਪੀੜਿਤ ਜਿਹੜੀਆਂ ਖਿਡਾਰਨਾਂ ਨੇ ਉਹਨਾਂ ਨੇ ਭਾਵੇਂ ਹੁਣ ਜਿਹੜਾ ਕਾਨੂੰਨੀ ਕਾਰਵਾਈ ਦਾ ਰਾਹ ਚੁਣਿਆ ਗਾ, ਲੇਕਿਨ ਜਿੰਨਾ ਇਹਦੇ ਮਸਲੇ ਦੇ ਵਿੱਚ ਅਦਾਲਤ ਦੇ ਵਿੱਚ ਪਹੁੰਚ ਗਿਆ ਇਹਦੇ ਖਿਲਾਫ, ਲੱਗਦਾ ਕਿ ਇਹਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕਾਨੂੰਨੀ ਪ੍ਰਕਿਰਿਆ ਸਹੀ ਢੰਗ ਨਾਲ ਨੇਪਰੇ ਚੜ੍ਹਦੀ ਆ ਸਮੱਸਿਆਵਾਂ ਖਾਸੀਆਂ ਵੱਧ ਸਕਦੀਆਂ ਨੇ। ਜੀ ਲਓ ਜੀ, ਫਿਰ ਬਾਕੀ ਕੱਲ ਨੂੰ ਕਰਾਂਗੇ ਗੱਲਾਂ ਬਾਤਾਂ, ਤੇ ਆਪਣਾ ਖਿਆਲ ਰੱਖਿਓ, ਧੰਨਵਾਦ। ਸ਼ੁਕਰੀਆ ਜੀ ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ ਜੀ। ਸਰਦਾਰ ਨਵਕਿਰਨ ਸਿੰਘ ਪੱਤੀ ਪੱਤੀ ਸੇਖਵਾਂ ਬਰਨਾਲਿਓਂ ਕਰ ਰਹੇ ਸੀ। ਪੰਜਾਬ ਦੇ ਵਿੱਚ ਹੜ੍ਹਾਂ ਦੀ ਸਿਚੁਏਸ਼ਨ ਜਿਹੜੀ ਹੈ ਉਹਦੇ ਬਾਰੇ ਤੁਸੀਂ ਗੱਲਬਾਤ ਸੁਣ ਕੇ ਹਟੇ ਹੋ। ਬਹੁਤ ਕੁਝ ਜਿਹੜਾ ਉਹ ਸੋਸ਼ਲ ਮੀਡੀਆ ਦੇ ਉੱਪਰ ਤੁਰ ਫਿਰ ਰਿਹਾ, ਚੱਲ ਰਿਹਾ ਅਤੇ ਤੁਸੀਂ ਵੇਖ ਰਹੇ ਹੋ, ਪਰ ਇਸ ਕੁਦਰਤ ਦੇ ਨਾਲ ਖਿਲਵਾੜ ਇਨਸਾਨ ਨੂੰ ਕਿੰਨਾ ਮਹਿੰਗਾ ਪਵੇਗਾ ਇਹ ਤੁਸੀਂ ਜਿਹੜਾ ਸੁਣ ਕੇ ਹਟੇ ਹੋ। ਇੱਕ ਸਟਾਰ ਹਰਚਰਨ ਸਿੰਘ ਸੰਧੂ ਨੇ ਜਿਹੜੇ SDM ਰਿਟਾਇਰ ਹੋਏ ਨੇ ਅਤੇ ਕਈ ਵਾਰ ਸ਼ੋਅ ਉਹਨਾਂ ਨਾਲ ਕੀਤਾ, ਅੱਜ ਕੱਲ੍ਹ ਇੱਥੇ ਰਹਿੰਦੇ ਆ, ਉਹਨਾਂ ਨੇ ਲਿਖਿਆ ਵੀ ਕੁਦਰਤ ਦੇ ਨਾਲ ਜਿਹੜਾ ਖਿਲਵਾੜ ਆ ਉਹ ਕਿੰਨਾ ਮਹਿੰਗਾ ਪੈਂਦਾ। ਸਰ ਜਗਰੂਪ ਸਿੰਘ ਖੇੜਾ, ਉਹਨਾਂ ਨੇ ਇਹ ਕਵਿਤਾ ਭੇਜੀ ਆ, ਉਹ ਵੀ SDO ਰਿਟਾਇਰ ਹੋਏ ਨੇ। ਬੰਦਿਆ ਛੱਡ ਬੇਹੋਸ਼ੀ, ਤੈਨੂੰ ਹੋਸ਼ ਦਾ ਪੱਲਾ ਫੜਨਾ ਪੈਣਾ, ਛੇੜਛਾੜ ਕੁਦਰਤ ਨਾ ਕੀਤੀ ਤਾਂ ਖਮਿਆਜ਼ਾ ਭਰਨਾ ਪੈਣਾ। ਦੋਸ਼ ਨਹੀਂ ਕੁਦਰਤ ਦਾ ਇਹ, ਤੂੰ ਆਪ ਸੇੜੀ ਆਫਤ ਬੰਦੇ, ਜੈਸੀ ਕਰਨੀ ਵੈਸੀ ਭਰਨੀ ਯਾਦ ਦੁਬਾਰਾ ਕਰਨਾ ਪੈਣਾ। ਤਿੰਨ ਪੱਤਣਾਂ ਦਾ ਪਾਣੀ ਤਾਂ ਤੂੰ ਡੂੰਘੇ ਖੂਹ ਲਾ ਮਾਰ ਮੁਕਾਇਆ, ਹੁਣ ਉਲਾਂਭਾ ਤੇਰੇ ਘਰ ਆਇਆ ਉਹ ਤਾਂ ਮਿੱਤਰਾ ਜਰਨਾ ਪੈਣਾ। ਜ਼ਹਿਰਾਂ ਪਾ ਤੂੰ ਧਰਤੀ ਮਾਰ, ਪਵਨ ਗੁਰੂ ਨੂੰ ਦੂਸ਼ਿਤ ਕਰਤਾ, ਪੀਰ ਫਕੀਰਾਂ ਜੋ ਸਮਝਾਇਆ ਉਹ ਹੀਲਾ ਕਰਨਾ ਪੈਣਾ। ਪੁਲ ਤੇਰੇ ਕੀ ਡੈਮ ਜਾਂ ਸੜਕਾਂ ਇਹ ਖੜਾਉਣੇ ਕੁਦਰਤ ਮੂਹਰੇ, ਤੂੰ ਕਿਹੜੇ ਬਾਗਾਂ ਦੀ ਮੂਲੀ ਉਸ ਕਾਦਰ ਤੋਂ ਡਰਨਾ ਪੈਣਾ। ਦੂਜੇ ਦੇਵਤਿਆਂ ਤੋਂ ਡਰਦਾ ਥਾਂ ਥਾਂ ਮੱਥੇ ਰਗੜੀ ਜਾਂਦਾ, ਜਲ ਦੇਵਤੇ ਅੱਗੇ ਭਲਿਆ ਤੂੰ ਜਿੱਤਣਾ ਨਹੀਂ ਹਰਨਾ ਪੈਣਾ। ਸਭ ਨੂੰ ਇੱਕੋ ਨੂਰ ਜਾਣ ਕੇ ਇੱਕ ਦੂਜੇ ਦੀਆਂ ਬਾਹਾਂ ਬਣ ਕੇ ਸੱਚੇ ਦਿਲੋਂ ਹੌਸਲਾ ਕਰਕੇ ਤੈ ਭੈ ਸਾਗਰ ਨੂੰ ਤਰਨਾ ਪੈਣਾ। ਇਹ ਅਰਦਾਸ ਗੁਜ਼ਾਰੇ ਸੰਧੂ, ਹੇ ਅੱਲਾ ਹੇ ਰਾਮ ਵਾਹਿਗੁਰੂ, ਬੱਚਿਆਂ ਨੇ ਜੋ ਗਲਤੀ ਕਰ ਲਈ ਮਾਫ਼ ਪਿਤਾ ਜੀ ਕਰਨਾ ਪੈਣਾ। ਹਰਚਰਨ ਸੰਧੂ ਹੋਣਾ ਨੇ ਲਿਖਿਆ, ਗੱਲ ਸਹੀ ਇਹੀ ਹੈ। ਕੱਲ੍ਹ ਵੀ ਆਪਾਂ ਗੱਲਾਂ ਬਾਤਾਂ ਕਰਦੇ ਸੀ, ਖਿਲਵਾੜ ਹੈ ਜਿਹੜਾ ਉਹ ਬੰਦਾ ਤੇਜ਼ੀ 'ਚ ਬਹੁਤ ਜਿਹੜਾ ਉਸਨੂੰ ਇਹ ਲੱਗਦਾ ਬਈ ਅੱਜ ਦੀ ਜ਼ਿੰਦਗੀ ਜਿਉਣ ਦੇ ਲਈ ਕੁਛ ਕਰ ਲੈ। ਇਹ ਤਾਂ ਚਲੋ ਕੁਦਰਤ ਹੈ, ਇਨਸਾਨ ਇਨਸਾਨ ਦੇ ਹੱਕ ਮਾਰਨ ਨੂੰ ਕੀ ਸਮਝਦਾ। ਉਹ ਕਹਿੰਦਾ ਨਹੀਂ ਤੂੰ ਆਪਣਾ ਢਿੱਡ ਭਰ ਲਾ ਅਤੇ ਇਹਨੂੰ ਇਹਦਾ ਜਿਹੜਾ ਕੋਈ ਮਰਜ਼ੀ ਕਰਦੇ, ਜਿਹੜਾ ਮੂਹਰੇ ਖੜਾ ਇਹਨੂੰ ਠੱਗ ਲਾ, ਇਹਨੂੰ ਲੁੱਟ ਲਾ, ਇਹਨੂੰ ਭਲੱਚੇ 'ਚ ਲੈ ਲਾ, ਇਹਦੇ ਕੋਲ ਝੂਠ ਬੋਲ ਲੈ, ਤੂੰ ਆਪਣੀ ਜੇਬ ਗਰਮ ਕਰ ਲਾ, ਇਹਨੂੰ ਰਹਿਣ ਦੇ ਬਸ। ਨਹੀਂ, ਜੇ ਸਾਰਿਆਂ ਨੂੰ ਆਪਾਂ ਇੱਕ ਬਰਾਬਰ ਸਮਝੇ, ਪਾਰਟਨਰ ਪਾਰਟਨਰ ਦੇ ਨਾਲ ਧੋਖਾ ਕਰ ਸਕਦਾ, ਰਗੜ ਸਕਦਾ, ਜਾਂ ਕਾਮੇ ਨੂੰ ਉਹਦਾ ਹੱਕ ਮਾਲਕ ਕੰਮਾਂ ਵਾਲੇ ਰੋਕ ਸਕਦੇ ਨੇ ਜੇ ਬਰਾਬਰਤਾ ਦੀ ਗੱਲ ਚੱਲੇ, ਜੇ ਉਹਨੂੰ ਐਂ ਲੱਗੇ ਵੀ ਮੇਰਾ ਚੁੱਲ੍ਹਾ ਅਤੇ ਮੇਰੇ ਕਾਮੇ ਦਾ ਚੁੱਲ੍ਹੇ ਦਾ ਕੀ ਫਰਕ ਹੈ। ਪਰ ਨਹੀਂ, ਗੱਲ ਇੱਥੇ ਖੜ ਗਈ ਇੱਕ ਦੇ ਇੱਕ ਮੁੱਢਲੀਆਂ ਜ਼ਰੂਰਤਾਂ ਦੇ ਨਾਲ ਜਿਹੜਾ ਉਹ ਦੋ ਚਾਰ ਹੋ ਰਿਹਾ ਅਤੇ ਜਿਹੜਾ ਉਹਨੂੰ ਤਨਖਾਹ ਦੇ ਰਿਹਾ ਉਹ ਖਿਡਾਉਣਿਆਂ ਨਾਲ ਖੇਡ ਰਿਹਾ। ਉਹ ਕਹਿੰਦਾ ਲੱਖ ਦੋ ਲੱਖ ਦੀ ਚੀਜ਼ ਕੀ ਹੈ, 5-7 ਲੱਖ ਦੀ ਚੀਜ਼ ਚਾਹੀਦੀ ਜਿਹਦੇ 'ਤੇ ਚੜ੍ਹ ਕੇ ਜੋ ਬੈਠੀਏ। 5-7 ਮਿਲੀਅਨ ਦਾ ਘਰ ਚਾਹੀਦਾ, 15-18 ਹਜ਼ਾਰ ਸਕੁਅਰ ਫੁੱਟ ਜਿਹਦੇ 'ਚ ਇੱਕ ਕਮਰੇ 'ਚ ਦੂਜੇ ਕਮਰੇ ਤੱਕ ਆਵਾਜ਼ ਨਾ ਆਵੇ, ਗੱਭੇ ਕੌਣ ਸੁੱਤਾ ਪਿਆ ਪਤਾ ਹੀ ਨਾ ਲੱਗੇ, ਫਿਰ ਗੇੜਾ ਦਵਾਵਾਂ, ਲੈ ਕੇ ਆਵਾਂ, ਦੁਨੀਆ ਤੋਂ ਪ੍ਰਾਹੁਣੇ ਆਉਣ, ਦੁਨੀਆ ਨੂੰ ਦਿਖਾਵਾਂ ਆਹ ਮੇਰੇ ਕੋਲ ਹੈ। ਅਤੇ ਨਾਲ ਦੇ ਜਿਹਨੂੰ ਠੱਗਣਾ ਹੈ, ਕਿਉਂਕਿ ਉਹ ਕਹਿੰਦੇ ਵੀ ਕਿਹਦੂ ਗੇੜਾ ਕਿਹਦੇ 'ਤੇ ਚੜ੍ਹਨਾ, ਜਿਹੜਾ ਨਾਲ ਦਾ ਜਾਣਨ ਦਾ, ਹੋਰ ਤੀਜੇ ਨੇ ਤਾਂ ਆਉਣਾ ਨਹੀਂ, ਜਿਹੜਾ ਨਾਲ ਬੈਠਾ ਚਾਹ ਪਾਣੀ ਪੀਂਦਾ, ਸਤਿ ਸ਼੍ਰੀ ਅਕਾਲ ਫਤਿਹ ਬੁਲਾਉਂਦਾ, ਸਮਾਂ ਕੱਢਦਾ, ਮਾਂਜ ਤਾਂ ਉਹ ਹੋਣਾ। ਤੀਜੇ ਜਣੇ ਸੜਕ 'ਤੇ ਜਾਂਦੇ ਨੇ ਤਾਂ ਕਿਸੇ ਨੇ ਹੱਥ 'ਚ ਆਉਣਾ ਨਹੀਂ, ਪਰ ਕੁਦਰਤ ਤੋਂ ਇਨਸਾਨ ਡਰਦਾ ਨਹੀਂ। ਜਾਣਾ ਕਿੱਥੇ ਨੂੰ ਮੈਂ,
ਜੇ ਸੋਚੀਏ ਵੀ ਇਸ ਧਰਤ ਤੋਂ ਕੌਣ ਕੀ ਲੈ ਗਿਆ ਅਤੇ ਅਗਲਿਆਂ ਨੇ ਕੀ ਲੈ ਜਾਣਾ, ਹੱਥ ਖਾਲੀ ਇੱਥੋਂ ਤੁਰਨਾ, ਦਸ ਬੰਦੇ ਆ ਜਾਣਗੇ ਮੱਥਾ ਟੇਕ ਕੇ ਤੁਰ ਜਾਣਗੇ, ਚੱਕ ਕੇ ਸੰਸਕਾਰ ਕਰ ਦੇਣਾ, ਮੁੜ ਕੇ ਅੱਜ ਹੋਰ ਕੱਲ੍ਹ ਹੋਰ ਪਰਸੋਂ ਨੂੰ ਹੋਰ ਭੁੱਲ ਜਾਂਦਾ, ਕਿਸੇ ਦੇ ਯਾਦ ਨਹੀਂ ਰਹਿਣਾ, ਕਿਹੜਾ ਯਾਦ ਹੈ ਹੁਣ ਆਪਣੇ ਖੂਨ ਦੇ ਰਿਸ਼ਤੇ ਪੜਦਾਦੇ ਦਾਦੇ ਯਾਦ ਨੇ ਕਿਸੇ ਨੂੰ, ਤੁਰ ਗਏ ਉਹ ਨਾਂ ਵੀ ਨਹੀਂ ਲੈਂਦੇ ਆਪਾਂ ਰੋਜ਼ਮਰਾ ਦੀ ਜ਼ਿੰਦਗੀ 'ਚ। ਹਾਂ ਕਿਤੇ ਜਾਇਦਾਦ ਦੀ ਗੱਲ ਹੋਵੇ ਦੱਸਣਾ ਹੋਵੇ ਮੈਂ ਕਿਹਦਾ ਪੋਤਾ ਉਹ ਕਹਿ ਦਿੰਦੇ ਹੋ, ਉਹਦੇ 'ਚ ਵੀ ਜੇ ਪ੍ਰਾਈਡ ਵਾਲੀ ਗੱਲ ਹੋਵੇ, ਜੇ ਐਂ ਹੋਵੇ ਵੀ ਦਾਦਾ ਦਾਰੂ ਪੀ ਕੇ ਪੁੱਠੇ ਮੂੰਹ ਕਿਤੇ ਡਿੱਗੇ ਅਸੀਂ ਪੁੱਤ ਆਉਂ ਗਊ ਹੀ ਕਰ ਦਿੰਦੇ ਨੇ ਵੀ ਤੂੰ ਫਲਾਣੇ ਦਾ ਪੋਤਾ ਹੂੰ ਕਹਿ ਦਿੰਦੇ ਨਾ ਹਾਂ ਨਾ ਨਾ, ਉਹ ਵੀ ਉੱਥੇ ਹੋਵੇ ਵੀ ਕਿੱਲੇ ਕੁੱਲੇ ਹੋਣ, ਨਾ ਹੋਵੇ ਕੋਈ ਚੀਜ਼ ਹੋਵੇ ਜਿਹਦੇ ਕਰਕੇ ਦਾਦੇ ਨੂੰ ਸਮਝ ਆਉਣਾ ਫਿਰ ਕਹਿੰਦਾ ਫਲਾਣੇ ਦਾ ਪੋਤਾ ਮੈਂ। ਸੋ ਮਤਲਬ ਗੱਲ ਇਹ ਹੈ ਵੀ ਕੁਦਰਤ ਦੇ ਜਿੱਥੇ ਬਾਹਰਲੇ ਉਹਦੇ ਸਰੋਤਾਂ ਦੀ ਛੇੜਛਾੜ ਆ, ਕੁਦਰਤ ਦੇ ਜਣੇ ਹੋਏ ਇਨਸਾਨ ਦਾ ਹਿਰਦਾ ਅਤੇ ਇਨਸਾਨ ਦਾ ਸਤਿਕਾਰ ਅਤੇ ਪਿਆਰ, ਉਹਨੂੰ ਬਰਾਬਰਤਾ ਰੱਖ ਕੇ ਅਤੇ ਉਹਦੇ ਦੁੱਖਾਂ ਨੂੰ ਆਪਣਾ ਸਮਝ ਕੇ ਇਸ ਸੰਸਾਰ 'ਚ ਜਿਉਂਦੇ ਹਾਂ, ਕਿਉਂਕਿ ਅਸੀਂ ਸਰਵੋਤਮ ਸਮਝਦੇ ਹਾਂ ਆਪਣੇ ਆਪ ਨੂੰ ਵੀ ਸਾਡੇ ਕੋਲ ਸਾਰਾ ਕੁਛ ਆ, ਅਕਲ ਆ, ਸ਼ਕਲ ਆ, ਕੱਪੜਾ ਲੱਤਾ ਕੱਪੜਾ ਆਪਣੇ ਆਪ ਨੂੰ ਢੱਕ ਕੇ ਰੱਖਦੇ ਹਾਂ, ਅਸੀਂ ਜਾਨਵਰਾਂ ਤੋਂ ਅਲੱਗ ਹਾਂ, ਪਰ ਕਿਰਦਾਰ ਨੇ ਜਿਹੜੇ ਉਹ ਜਾਨਵਰਾਂ ਤੋਂ ਵੀ ਮਾੜੇ ਨੇ। ਚਿੜੀਆਂ ਆਲ੍ਹਣਿਆਂ ਦੇ ਵਿੱਚ 10 ਦਿਨਾਂ ਦਾ ਖਾਣਾ ਨਹੀਂ ਰੱਖਦੀਆਂ, ਸਵੇਰੇ ਜਾਂਦੀਆਂ ਨੇ ਚੁੱਗ ਚੱਕ ਕੇ ਜਵਾਕਾਂ ਜੋਗੇ ਆਪਣੇ ਵੋਟਾਂ ਜੋਗਾ ਲਿਆ ਕੇ, ਉਹ ਕਹਿੰਦੀ ਸੌਂ ਜਾਓ। ਪਰ ਸਾਡਾ ਤਾਂ ਹੁਣ ਇਹ ਆ ਵੀ ਆਹ ਵੀ ਛੱਡ, ਇੱਥੋਂ ਵੀ ਖਿੱਚ, ਆਹ ਵੀ ਖਿੱਚ, ਸਵੇਰੇ ਹੀ ਉੱਠਦੀ ਸਾਰ ਚਾਹ ਪੀਂਦੇ ਹੀ ਐਂ ਹੁੰਦਾ ਵੀ ਮਾਂਜਣਾ ਕਿਹੜਾ ਜੇ ਰਗੜਨਾ ਕਿਹੜਾ। ਅਤੇ ਇਨਸਾਨ ਇਨਸਾਨ ਦਾ ਵੈਰੀ ਚੰਗੇ ਭਲੇ ਦੋਸਤ ਵਰਤਦਿਆਂ ਦੇ ਵਿੱਚ ਖਲਲ ਪਾ ਕੇ ਜਾਂ ਤੀਜੇ ਚਾਰ ਬੰਦੇ ਮਿਲਣ ਲੱਗ ਗਏ ਤਾਂ ਮੰਨ ਲਓ ਤੁਸੀਂ ਤਿਆਰ ਹੋ ਜਾਓ ਵੀ ਤੁਸੀਂ ਗਏ ਹੁਣ ਨਵੇਂ ਜਗ੍ਹਾ ਲੈਣਗੇ, ਪਹਿਲਾਂ ਦਿਨ ਹੀ ਸਮਝ ਲਓ ਤੁਸੀਂ ਵੀ ਹੁਣ ਆ ਗਏ ਚੰਗੇ ਭਲੇ ਬੰਦੇ ਵੱਸਦੇ ਹੁੰਦੇ ਆ, ਜਿਉਂ ਲੂਤੀ ਵਾਲੇ ਆ ਜਾਂਦੇ ਨੇ ਚੂੰਡੀ ਦੇਣ ਵਾਲੇ ਅਤੇ ਬਸ ਹਰ ਵਕਤ ਹੱਥ ਦੇ ਵਿੱਚ ਉਹਨਾਂ ਦੇ ਲਾਈਟਰ ਹੁੰਦਾ, ਅਤੇ ਉਸ ਸਮੇਂ ਸਮਝ ਲੈਣਾ ਚਾਹੀਦਾ ਵੀ ਜਿਹੜਾ ਹੁਣ ਨਵਾਂ ਇੱਕ ਪੂਰ ਆਇਆ, ਜਿਹੜੇ ਹੁਣ ਆ ਸਾਡੇ 'ਚ ਬਹਿਣ ਲੱਗੇ ਨੇ ਅਤੇ ਤੁਹਾਡਾ ਕੰਮ ਗਿਆ, ਅਤੇ ਕੁਛ ਵੀ ਨਹੀਂ ਹੈ ਕੱਢਣ ਪਾਉਣ ਨੂੰ, ਕੱਖ ਨਹੀਂ ਹੈ। ਮਾੜੇ ਬੰਦੇ ਦੇ ਨਾਲ ਯਾਰੀ ਲਈ ਕੋਈ ਕਿਸੇ ਨੂੰ ਪਰਾਂ ਨਹੀਂ ਕਰਦਾ, ਚੰਗੇ ਨਾਲ, ਕਿਉਂਕਿ ਖੁਦ ਦੀ ਕੋਈ ਜਾਨ ਨਹੀਂ ਹੁੰਦੀ, ਖੁਦ 'ਚ ਕੋਈ ਪਰਸਨੈਲਿਟੀ ਨਹੀਂ ਹੁੰਦੀ, ਕਿਸੇ ਦਾ ਮੋਢਾ ਲਾ ਕੇ ਹੀ ਧਰਨਾ ਹੁੰਦਾ, ਆਪਣੇ ਕੋਲ ਤਾਂ ਦੱਸਣ ਨੂੰ ਕੁਛ ਹੁੰਦਾ ਹੀ ਨਹੀਂ। ਫਿਰ ਉੱਥੇ ਇਨਸਾਨ ਇੱਕ ਨੂੰ ਇਹਨੂੰ ਕਰ, ਅੱਗੇ ਕਰ, ਇਹਨੂੰ ਪਿੱਛੇ ਕਰ, ਉਹਨੂੰ ਜੇ ਕਰ, ਕੁਛ ਵੀ ਨਹੀਂ ਹੈ। ਜੇ ਤੁਸੀਂ ਦੇਖਦੇ ਹੋ ਸ਼ੀਸ਼ੇ 'ਚ ਖੜ ਕੇ ਇਨਸਾਨ ਆਪਣੇ ਆਪ ਨੂੰ ਸਵੇਰੇ ਨਹਾ ਧੋ ਕੇ ਸ਼ੀਸ਼ੇ 'ਚ ਖੜ ਕੇ ਦੇਖੇ ਵੀ ਨਿਆਈ ਕੀ ਆ ਤੂੰ ਯਾਰ, ਕਿਹੜੀਆਂ ਗੱਲਾਂ ਕਰਦਾ, ਤੇਰੇ ਨਾਲ ਤਾਂ ਟਿੱਡੀਆਂ ਪਪਲੀਆਂ ਚੰਗੀਆਂ, ਤੇਰੀ ਤਾਂ ਸਾਹ ਇੱਕ ਨਹੀਂ ਆਇਆ, ਉਹਦੇ ਤਾਂ ਭੋਰਾ ਕੁ ਸਰੀਰ ਆ, ਕੀ ਪਤਾ ਉਹਨੂੰ ਰੱਬ ਗਰਮੀ ਠੰਡ ਦੇ ਵਿੱਚ ਉਹੋ ਜਿਹਾ ਸਰੀਰ ਬਣਾਇਆ ਉਹ ਵਰਤ ਜਾਵੇ, ਤੈਂ ਤਾਂ ਝੱਲਣਾ ਹੀ ਕੱਖ ਨਹੀਂ। ਅਤੇ ਫਿਰ ਉਜਾੜ ਜੇ ਉੱਥੇ ਇੱਕ ਖਾਣਾ ਵਾਲਾ ਗਰੁੱਪ ਉਹਦੀ ਕੋਈ ਗੱਲ ਕਰੇ, ਕਹਿੰਦੇ ਪੈਸੇ ਉਹ ਵਾਈ ਵੇਟ ਚੱਕਦੇ ਆ, ਗਿਣਦੇ ਨਹੀਂ। ਫਿਰ ਮੈਂ ਕਿਹਾ ਉਹਨੂੰ ਹੱਸਣ ਲੱਗਿਆ, ਮੈਂ ਜਿੱਦਣ ਲੈ ਕੇ ਜਾਣਗੇ ਚਾਰ ਜਣੇ ਮੋਢਿਆਂ 'ਤੇ, ਉਹਨੂੰ ਕਿਹਾ ਵੀ ਨੋਟਾਂ ਨੂੰ ਵਿਛਾ ਦਿਓ ਅਤੇ ਉੱਪਰ ਪਾ ਦਿਓ, ਲੈ ਜਾਵੇ ਨਾਲ ਜਿਹੜੇ ਲੈ ਕੇ ਜਾਣਾ ਨੇ। ਰੋਜ਼ਮਰਾ ਦੀ ਜ਼ਿੰਦਗੀ ਤੁਹਾਡੀ ਲੰਘੀ ਜਾਵੇ, ਇੱਥੋਂ ਚੰਗੀ ਜਿਹੜੀ ਕਹਾਣੀ ਤੁਹਾਨੂੰ ਚਾਹੀਦੀ ਆ ਉਨੀ ਕੁ ਪਰਮਾਤਮਾ ਦੇਈ ਜਾਂਦਾ, ਕਿਸੇ ਦਾ ਹੱਕ ਨਾ ਮਾਰਿਓ ਕਦੇ ਵੀ। ਖਾਸ ਤੌਰ 'ਤੇ ਜਿਨ੍ਹਾਂ ਜਿਹੜੇ ਨੌਕਰੀਆਂ ਦਿੰਦੇ ਨੇ ਇੰਪਲੋਇਰ, ਉਹਨਾਂ ਨੂੰ ਬਹੁਤ ਖਿਆਲ ਰੱਖਣ ਦੀ ਲੋੜ ਹੈ ਕਿ ਤੁਹਾਡੇ ਕੋਲ ਕੋਈ ਕੰਮ ਕਰਦਾ ਬੰਦਾ ਕਿਤੇ ਵੀ, ਦੋ ਬੰਦੇ ਕੰਮ ਕਰਦੇ ਆ, ਚਾਰ ਕਰਦੇ ਆ, 10 ਕਰਦੇ ਆ, 40 ਕਰਦੇ ਆ, 400 ਕਰਦੇ ਆ, ਉਹਨਾਂ ਦੇ ਵਿੱਚੋਂ ਕੋਈ ਨਿਰਾਸ਼ਾ ਜਾਂਦਾ ਹੈ ਉਹਨੂੰ ਕੀਤੇ ਕੰਮ ਦਾ, ਉਹਨੂੰ ਉਹਦੀ ਮਿਹਨਤ ਤਾਂ ਨਹੀਂ ਦਿੰਦੇ, ਅਤੇ ਉਹਦੇ ਬਾਅਦ ਗੱਲਾਂ ਜਿੰਨੀਆਂ ਮਰਜ਼ੀ ਕਰੀ ਚੱਲੋ ਫੇਲ ਨੇ ਉਹ। ਜਿੱਦਣ ਉਹ ਕੜ ਟੁੱਟਣਾ ਅਤੇ ਉਹਨੇ ਕੀਤੀ ਕਰਾਈ ਜਿਹੜੀ ਹੁਣ ਤੱਕ ਦੀ ਆ ਖੂਹ 'ਚ ਪਾ ਦੇਣੀ ਹੈ। ਜਦ ਕੋਈ ਦੁਖੀ ਹੋ ਕੇ ਇੱਕ ਦਿਨ ਬੋਲਦਾ ਹੈ, ਉਹ ਬੋਲ ਕੇ ਕੀ ਕਹੂ, ਉਹ ਦੱਸੂ ਬਈ ਕੀ ਹੋਇਆ ਮੇਰੇ ਨਾਲ। ਉਹ ਕੁਦਰਤ ਦਾ ਵੱਡਾ ਨਿਜ਼ਾਮ ਇਹ ਹੈ ਵੀ ਆਪ ਜਿਉ ਅਤੇ ਦੂਜੇ ਨੂੰ ਜੀਣ ਦਿਓ, ਪਰ ਅਸੀਂ ਤਾਂ ਹੱਥੀਂ ਸਾਰਾ ਕੁਛ ਉਜਾੜਤਾ, ਉਸ ਧਰਤ 'ਤੇ ਬਹੁਤ ਕੁਝ ਸੀ, ਇੱਥੇ ਚੋਆਂ ਦਾ ਪਾਣੀ ਬਹੁਤ ਵਧੀਆ ਸੀ, ਬਰਸਾਤੀ ਨਾਲੇ ਸੀ, ਸੇਮ ਦੀਆਂ ਜਿਹੜੀਆਂ ਡਰੇਨਾਂ ਨਾਲ ਨਾਲ ਤੁਰਦੀਆਂ ਸੀ, ਔਰ ਬਹੁਤ ਵਧੀਆ ਡਿਜ਼ਾਈਨ ਕੀਤਾ ਹੋਇਆ ਸੀ। ਕੋਸ਼ਿਸ਼ ਕੀਤੀ ਆ ਹੁਣ ਵਾਲੀ ਸਰਕਾਰ ਨੇ, ਆ ਕੱਸੀਆਂ ਦੇ ਪਾਣੀ ਨੇ ਇਸ ਵਾਰ ਝੋਨਾ 5-5, 7-7 ਦਿਨਾਂ 'ਚ 50-50, 40-40 ਕਿੱਲੇ ਲਾਤਾ ਲੋਕਾਂ ਨੇ, ਭਰੇ ਜਾਂਦੇ ਸੀ ਟੇਲਾਂ ਤੋਂ ਪਾਣੀ ਅਤੇ ਖਾਲ ਸਮਾਰ 'ਤੇ, ਅਤੇ ਸਾਰਾ ਕੁਛ ਵਧੀਆ ਹੋ ਗਿਆ। ਸ਼ੁਰੂਆਤ ਕੀਤੀ ਹੈ ਜਿਹੜੀ ਭਗਵੰਤ ਮਾਨ ਉਹਨਾਂ ਨੇ, ਉਹ ਬਹੁਤ ਵਧੀਆ। ਪਰ ਆਹ ਜਿਹੜਾ ਜਿਨ੍ਹਾਂ ਨੇ
खलन पाया इना नू हुण रोकण दी लोड़ आ। इह तां पाणी तां हर साल इस तरह ही आउणा, इहदा इंतजाम करना पऊ। लो जी, कुछ कम्यूनिटी इवेंट्स दी जिहड़ी है उह जानकारी दे दें। सब तो पहली तो गल यह है भी इस वीकेंड ते 16 जुलाई नू रोटरी स्टेडियम दे विच हरदीप फुल उन्हां दा, बिंदर जगराऊ उन्हां दा, नीटा राउके, पंजाब टाइगर्स कबड्डी क्लब दा एनुअल टूरनामेंट हो रहा है। तो एम स्पोर्ट्स एको ही टूरनामेंट होना रोटरी स्टेडियम दे विच 16 जुलाई नू। ते बड़ा यह कप होना है, क्योंकि कारण यह है भी इस स्टेडियम वर्गी जगह नहीं है कोई, धुप होवे छां दे विच उपर बह जाना ते थले मैच चलते ने, अंदर भी जा सकते हो, बाहर फैंस दे नाल नहीं। आपां खड़ना $20 की टिकट है, कख नहीं है। तीन कॉफी के कप लैने होण $20 लग जाते हैं, नाल गुलगुले खाने होण। तां इस तरह नहीं करना है, बहुत सत्कारत शहर है, सत्कारत तुसीं वसदे हो इत्थे, खुल दिले हो। फुलोणा ने खास तौर पर कहा, कहिंदा बाहर लमकदे फैंसां दे नाल वधिया नहीं बंदे लगदे, अंदर आओ, $20 की टिकट होएगी। तो हरदीप ढिल्लों फूल आ, असल रामपुरा फूल का मुंडा, फुल कहने आ, ते बहुत साऊ यह मुंडे जा, शुरू च असीं टैक्सी चलाउण लगे, नाल चलाउंदे हुंदे सी। ते हरदीप ढिल्लों 604-825-0686 नंबर है, बिंदर जगराओं 604-825-2642, नीटा राउके 604-614-0090। वड्डा टूरनामेंट हो रहा है एब स्पोर्ट दे विच, इस फैडरेशन दा, मैनूं लगदा इस टूरनामेंट तो बाद फिर टोरंटो चले जाना, दूजी फैडरेशन दे टूरनामेंट जिहड़े ने अगले अगस्त च, अगले महीने शुरू हो रहे ने, नीटू कांगोणा दी जिहड़ी फैडरेशन है। तो पंजाब टाइगर्स कबड्डी क्लब का यह एब स्पोर्ट का इको एक इस फैडरेशन का टूरनामेंट है, ये बाद दूजी फैडरेशन का कोई होएगा तो पता नहीं, पर इस फैडरेशन का एब स्पोर्ट से इको ही टूरनामेंट है। फिर प्लेयर ने टोरंटो चले जाना, तो फिर बैल सेंटर च होने अगस्त के भी फैडरेशन, ये भी टूरनामेंट। सो इस 16 जुलाई वाला याद रखियो, वड्डा टूरनामेंट हो रहा एब स्पोर्ट के रोटरी स्टेडियम च। ते नाल ही जिहड़ा सुनेहा अगले मेले दा, इंडो कनेडियन यूथ क्लब एब स्पोर्ट वालों पंजाबी सभ्याचारक मेला 30 जुलाई नूं हो रहा वड्डा, यह भी रोटरी स्टेडियम च होना है। खुला मेला हुंदा है, ते गाउण वाले आ रहे ने, जसप्रीत ढिल्लों, जस्सी कौर, आरनेत, गीता जैलदार, बलकारण खीला, ते मनजिंदर गुलशन, जस्सा बरनाले वाला, जॉन बेदी, अमन रोजी, हैरी संधु, जोधा चकर, सुखा शेरपुर, हरविंदर सिंह तूर ऑर्गेनाइजर ने, कोई टिकट नहीं, खुला मेला है। सो ये होना है 30 जुलाई नूं, दो यह इवेंट एब स्पोर्ट हो रहे हैं 16 ते 30 नूं। तो टूरनामेंट इस वीकेंड ते आ। ते दूजी कल एक फिल्म आ रही है 4 अगस्त नूं, बल्ले ओ चलाक सज्जना, जिसनूं इत्थे दे साडे सरी दे प्रोड्यूसर्स प्रोड्यूस कर रहे ने, परम संधु, सुखी ढिल्लों ते कुरी पंधेर कलोटी। ये फिल्म दा कल पोस्टर रिलीज़ किया गया बॉम्बे बैंकट हाल च, वड्डा कट सी, मीडिया दियां सारियां परसनैलिटियां, भाईचारे सत्कार ते जिहड़े बिजनेस मैन ते होर, इहनूं जिहड़ा उह डिस्ट्रीब्यूशन इहदी डॉक्टर हाकम भुल्लर की कंपनी वालों होनी है, वड्डे थिएटर के 4 अगस्त को लगनी है। सब तो बड़ी गल ये जिन्हें आर्टिस्ट ने, राज चिंजर, महावीर ढिल्लों होनी, निर्मल ऋषि, रुपिंदर रूपी, तो बहुत सारे जिन्हें वह फिल्म के एक्टर ने, सारे ही जड़े ने स्टेज के धनी ने,
होना ही इस तरह चाहिए। फिल्मांकन जो फिल्मों वाल सफर से सारे थिएटर के आर्टिस्ट होंगे तो जिस है भी ने आ हर फिल्म के अद्धे तो वध ये थिएटर आर्टिस्ट ने। सो रंग मंच के यह कलाकार की फिल्म जड़ा एक हंबला लोकल प्रोड्यूसर्स ने मारिया वह 4 अगस्त लगनी है। फिल्म का ट्रेलर बड़ा वधिया फिल्म वेख के बाकी वह मुलांकन करांगा पर ट्रेलर के हिसाब के नाल आर्टिस्ट जिन्ने कलाकार हिसाब नाल फिल्म वधिया होएगी। इहनू जाके आपां थिएटर्स दे विच वेखणा 4 अगस्त नू। बल्लेओ चलाक ना घर दे विच टब्बर च रहिंदे होए चलाकी करके बंदे जिहड़ियां ने पिट स्यापा किवें पवा लैंदे आ ते फिर टब्बर च पता किवें लगदा। फिल्म अपने टब्बरां दे नेड़े दी घस के लंघदी है ते इह वेखणी वेख के हो सकदा है टब्बरां दे विच आराम आ जावे कुछ। बड़ा औखा है नहीं तां इस देश दे विच सके भाई सकियां भैणां सके भाइयों नूं ब्याहियां होईयां वह बरतनों हट गया इन्ना फर्क पै गया इन्ना खून जिहड़ा सफेद हो जांदा। नहीं तो बाकी तो गल्लां झूठियां ने जे कोई माँ जायां दा प्यार नहीं कर सकदा तो दूजियां नूं जफ्फी पा के आपां भाइयां मतलब ख्याल रखियो ये गल दा जिहड़ा आपणियां दा नहीं हो सकिया दूजे दा भी नहीं हो सकता। हुण इहदे ते इहदा लैवल कोई भी हो सकता है एक कर सकदा दूजा तो माफ़ी वाली गल करे पर नहीं हालात ये हो गए इस देश ने नवेड़ता कम मुकदमे हो रहे हैं जायदादा दे झगड़े तो वंड बड़ाइया का रौला बल्ले बल्ले हो गई। जिहड़ा लाणेदार सी वह गोज रख गया उन्हें खीसा भर लिया दूजे डक्कड़ते। ये फिल्म साढ़े जीवन के नेड़े है बहुत ये फिल्म नू आपां वेखांगे रल मिलके तो मिलके का मतलब यह है भी लोकल प्रोड्यूसर्स ने मेहनत की नहीं तो प्रोडक्शन हाउस वाले नवे बंद अजक रोल रहे ने उन्होंने निकल नहीं देंगे। ये गल आप झूठ सिद्ध करनी है जिमें जोड़े हूँ स्थापित होए ने ना उन्होंने आप बारे गल करते रहे अज तो 12 साल पहला मोडे को कन्न चो कहते रहे भाई ला दौ जोर माड़ा जा यार साडा काम होजू तो अज वह हूँ कहें असी प्रोडक्शन हाउस से करोड़ों तो अरबां दियां गल्लां करदे ने उन्होंने भी कभी शुरू किया। सो नवे प्रोड्यूसर आने चाहिए ने फिल्मों के निर्माता नवे निर्देशक आने चाहिए ने नवे कलाकार आने चाहिए ने। यह थोड़ा भी बन एक किसी लिख के देता भी तू ही पंजाबी फिल्मा बनावेगा ये नहीं गल है। सो ये बल्ले वो चलाक सज्जना जिहड़े लोकल प्रोड्यूसर्स की संधूणी ते ढिलों ते पंधेर उन्होंने रल के बनाई है ते उन्होंने कोलों डॉलर खर्चे ने ते लोकल साढ़े शहर दे ये प्रोड्यूसर ने। सो साडा ये हक बनता भी उन्होंने खर्चे जड़े पूरे होण फिर वो होर कोई वधिया इत्थे दी जिंदगी नाल नेड़े दा कोई होर प्रोजैक्ट विडणगे। 4 अगस्त नूं रिलीज़ होनी है हले आने वाले हफ्तों से यदि गलबात करांगे। पोस्टर इहदा रिलीज़ हो गया वधिया फिल्म होएगी परिवारक फिल्म मारताड़ तो हादसे मजाक तो दूरे अर्थ वाली कमेडी तो पर हट के अलग जी फिल्म लगती है देख बहुत रिजात है। हसन हसाने वाले तो तुम पिंड शहर के बच्चों अठ अठ खणा के चवर चो क्ड के मोहाली कोठिया तो एस क्लास इन्होंने दर च कढ़ाती बहुत हो गया इन्होंने हूँ तो आप हूँ असल रंगमंच वालू मोड़ा पाइए जिधर आप सरवाइव करना। इन्हों तो पहला असी सीडिया के वीसीडिया के बहुत देख लिया छड़ दौ खैड़ा हूँ बहुत हो गया इन्हों कोठियां भरती हूँ आने वाली पीढ़ियां जोगे दाने इन्हों करते हूँ बाले ना रजाओ आफर जाएंगे मुड़के ऑपरेशन कराना पैंता ढिड का रोटी पानी हाजम होना बंद हो जाता। असल रंगमंच में इस देश के इतों ही स्थापित होए ने कहने सरी का गायक स्थापित होया दुनिया स्थापित इस तरह ही फिल्मा सरी के थिएटर चो चलिया बहुत कुछ हो गया हूँ रज गए हुणे एडे वड्डे हो गए नवे नूं उठण नहीं दिंदे कईआं ने चांस कीती मल दिंदे आ गब्बे रख के आ लिया उहनूं दूजा लिया दूजा तीजा लिया 4-5 हसाउण वाले ही 5-4 करोड़ च तां उही पैंदे आ बंदा थक जांदा इहनां नूं डालर दिंदा। सो ये फिल्म जिहड़ी अलग हट के होएगी तो इहनूं फिल्म नूं आपां वेखांगे तो इहदा मुलांकण भी सही करांगे बिल्कुल देख के नहीं तो जाना इन्हां दे शोआं दे विच प्रीमियर शोआं दे उपर जाना छड़ता क्योंकि वह एक फिल्म दिखा के मुड़ के वो गोगे गाने पैंदे ने ते वो बंद किया ही इस वेख के यदा मुलांकण करांगा तुहाडे सरमुख ते तुसीं फिर इस वेखण जायो। आके
ਹੁਣੇ ਇੱਕ ਜਿਹੜਾ ਸਰਵੇਖਣ ਛਪਿਆ ਭੰਗ ਦੇ ਬਾਰੇ ਉਹਦੀ ਗੱਲਬਾਤ ਕਰ। ਭੰਗ ਮਾਨਸਿਕ ਸਿਹਤ ਲਈ ਕਿਵੇਂ ਜੁੜਿਆ ਹੋਇਆ, ਵੱਡੀ ਸਟੱਡੀ ਆਈ ਹੈ ਜਿਹੜੀ ਸਟੱਡੀ ਡੈਨਮਾਰਕ 'ਚ ਕੀਤੀ ਗਈ ਹੈ। ਇਹ ਕੀਤੀ ਗਈ ਹੈ 16 ਸਾਲ ਤੋਂ ਉੱਪਰਲੀ ਉਮਰ ਦੇ 65 ਲੱਖ ਲੋਕਾਂ 'ਤੇ, 1995 ਤੋਂ 2021 ਤੱਕ 27 ਸਾਲਾਂ ਦੀ ਹੈ। ਇਹ ਪਰਚਾ ਜਿਹੜਾ ਜਨਰਲ ਜਿਹੜਾ ਅਮੈਰੀਕਨ ਮੈਡੀਕਲ ਐਸੋਸੀਏਸ਼ਨ ਜੈਮਾ ਦੀ ਸਾਈਕਾਇਟਰੀ ਹੈ ਜਿਹੜੀ ਉਹਦੇ ਵਿੱਚ ਛਪਿਆ, ਡਾਕਟਰ ਆਸਕਰ ਹਾਉਗਾਰਡ ਜੈਫਸਨ ਆਰਹਸ ਯੂਨੀਵਰਸਿਟੀ ਹੈ ਡੈਨਮਾਰਕ ਦੇ ਵਿੱਚ, ਉਹਨਾਂ ਨੇ ਅਤੇ ਉਹਨਾਂ ਦੇ ਕੁਲੀਗਸ ਨੇ ਛਾਪਿਆ ਅਤੇ ਉਹਨਾਂ ਨੇ ਦੱਸਿਆ ਵੀ ਜਿਹੜੇ ਵੀ ਭੰਗ ਪੀਂਦੇ ਹੈ, ਜਿਹੜੇ ਕਰੋਨਿਕ ਹੋ ਗਏ, ਜਿਨ੍ਹਾਂ ਨੂੰ ਇਹਦੀ ਆਦਤ ਪੈ ਗਈ ਹੈ, ਅਡਿਕਸ਼ਨ ਹੋ ਗਈ ਹੈ, ਤਲਬ ਲੱਗਦੀ ਹੈ ਜਿਨ੍ਹਾਂ ਨੂੰ, ਜਦ ਉਹਨਾਂ ਨੂੰ ਵੇਖਿਆ ਦਿਮਾਗੀ, ਇਹ ਤਾਂ ਕਿਹਾ ਜਾਂਦਾ ਨਾ ਵੀ ਉਹਨਾਂ ਨੂੰ ਇਹ ਜਿਹੜੇ ਕੈਨਾਬਿਸ ਯੂਜ ਡਿਸਆਰਡਰ 'ਚ ਚਲੇ ਗਏ, ਮਤਲਬ ਅਡਿਕਟਡ ਹੋ ਗਏ, ਤਾਂ ਉਹਦੇ ਬਾਅਦ ਜਦ ਉਹਨਾਂ ਦੀ ਕਰੇਵਿੰਗ ਹੁੰਦੀ ਆ, ਕਰੇਵਿੰਗ ਤੋਂ ਬਾਅਦ ਇਹ ਸਾਰੇ ਇੱਕ ਸਕਿਜ਼ੋਫਰੀਨੀਆ, ਇੱਕ ਇਹਨਾਂ ਦਾ ਸ਼ਬਦ ਆ, ਸਾਈਕਾਇਟ੍ਰਿਸਟ ਇਹਦਾ ਨਾਂ ਲੈਂਦੇ ਆ, ਅਤੇ ਉਹਦੇ ਵਿੱਚ ਨੈਗੇਟਿਵ ਥੋਟਸ, ਉਹਦੇ ਬਾਅਦ ਖੁਦਕੁਸ਼ੀ ਵੱਲ ਨੂੰ, ਇਹਦੇ ਨਾਲ ਪੀਣ ਦੇ ਨਾਲ ਸਾਈਕੋਟਿਕ ਸਿਮਟਮਸ ਨੇ ਜਿਹੜੇ, ਸਾਈਕੋਲੋਜੀਕਲ ਡਿਸਆਰਡਰਸ ਨੇ ਜਿਹੜੇ ਮਰਦਾਂ ਦੇ ਵਿੱਚ ਇਸਤਰੀਆਂ ਨਾਲੋਂ ਵੱਧ, ਜਿਹੜੇ ਇਸ ਨੂੰ ਪੀਂਦੇ ਆ ਖਾਂਦੇ ਆ ਉਹ ਗ੍ਰੇਟਰ ਰਿਸਕ 'ਤੇ ਨੇ। ਹਾਲਾਂਕਿ ਇਹ ਕਿਹਾ ਗਿਆ ਵੀ ਇਹ ਡਿਪਰੈਸ਼ਨ ਹਟਾਉਂਦੀ ਹੈ। ਇਸ ਦੀ ਸ਼ੁਰੂਆਤ ਇੱਕ ਬਹੁਤ ਵੈਲ ਨੋਨ ਸੁਜ਼ੈਨ ਪਿੰਕਰ ਨਾਂ ਦੀ ਸਾਈਕੈਟ੍ਰਿਸਟ ਹੈ, ਉਸਨੇ ਲਿਖੀ, ਕਹਿੰਦੀ ਮੈਂ ਨਿਊਯਾਰਕ ਜਦ 2018 'ਚ ਗਈ ਤਾਂ ਉੱਥੇ ਦੇ ਸਾਬੇ ਦੇ ਫਿਊਮਸ, ਗੈਸ ਦੇ ਜਿਹੜੇ ਉੜਦੇ ਹਵਾ ਦੇ ਵਿੱਚ ਉਹਦੀਆਂ ਭਾਫਾਂ ਨੇ, ਕਾਰ ਐਗਜ਼ੌਸਟ ਅਤੇ ਉਸ ਤੋਂ ਬਾਅਦ ਬੇਕਿੰਗ ਗੁਡਸ ਦੇ ਸਮੈਲ ਸੀ ਉੱਥੋਂ, ਅਤੇ ਹੁਣ ਕਹਿੰਦੀ ਜਿਹੜੀ ਹਵਾ ਹੈ ਉਹਦੇ ਵਿੱਚ ਜੰਗਲੀ ਧੂੰਏ ਦੀ ਸਮੈਲ ਹੈ, ਕਾਰ ਐਗਜ਼ੌਸਟ ਦੀ, ਅਤੇ ਨਾਲ ਭੰਗ ਦੀ ਸਮੈਲ। ਭੰਗ ਦੀ ਸਮੈਲ ਇੱਥੇ ਵੀ ਹੈ, ਤੁਸੀਂ ਵੇਖੋ ਸਹੀ ਪਾਰਕਾਂ 'ਚ ਜਾ ਕੇ ਦੇਖਿਓ ਕੋਲ ਦੀ, ਅੱਗੇ ਤਾਂ ਉਹਨੂੰ ਕੱਢ ਦੇ, ਉਹਨੂੰ ਵੱਟ ਦੇ, ਉਹਦੀ ਸਿਗਰਟ ਬਣਾਉਂਦੇ ਫਿਰ ਪੀਂਦੇ, ਹੁਣ ਤਾਂ ਉਹਦਾ ਓਇਲ ਆ ਰਿਹਾ, ਇਲੈਕਟ੍ਰੋਨਿਕ ਸਿਗਰਟ ਦੇ ਵਿੱਚ ਆ ਰਿਹਾ, ਬਟਨ ਨੱਪਣਾ, ਕਸ਼ ਲਾ ਕੇ ਉਹਨੂੰ ਜੇਬ 'ਚ ਫੇਰ ਪਾਲਣਾ, ਨਾ ਮੁਸ਼ਕ ਨਾ ਦਿਖੇ ਨਾ ਉਹਦਾ ਸਮੈਲ, ਉਹਦੇ ਫਲੇਵਰ ਆਲੇ ਦੁਆਲੇ ਪਾਤੇ, ਬਹੁਤ ਬਹੁਤ ਕੁਛ ਆ, ਘਰੇ ਡਿਲੀਵਰ ਹੁੰਦਾ, ਹੋਣਾ ਹੀ ਹੈ। ਜਦ ਵੱਡੀਆਂ ਜਿਹੜੇ ਦੇਸ਼ ਨੂੰ ਚਲਾਉਣ ਵਾਲੇ ਨੇ, ਚੱਕ ਰਫੀਕੀ ਵਰਗੇ ਲਿਬਰਲ ਪਾਰਟੀ ਦੇ ਚੀਫ ਫਾਈਨੈਂਸ਼ੀਅਲ ਅਫੀਸਰ ਨੇ, ਜਿਨ੍ਹਾਂ ਨੇ ਹਟ ਕੇ, ਜਦ ਲਿਬਰਲ ਤੋਂ ਹਟ ਕੇ ਉਹਨੇ ਕੈਨਾਬਿਸ ਦੀ ਕੰਪਨੀ ਦਾ CEO ਬਣਿਆ, ਟਵੀਡ ਆ ਜਿਹੜੀ, ਭਾਲਦੇ ਕੀ ਹੈ ਜਿਹੜੇ ਦੇਸ਼ ਦੇ ਪੋਲੀਟੀਸ਼ਨ ਇਹ ਕਹਿਣ ਵੀ ਮੈਂ ਜੰਗ ਜ਼ਿੰਦਗੀ 'ਚ ਪੀਤੀ ਆ ਅਤੇ ਇਹਨੂੰ ਲੀਗਲ ਕਰੋ, ਲੀਗਲ ਕਰੋ। ਬਸ ਸਭ ਤੋਂ ਵੱਡਾ ਸੁਪਨਾ ਜਿਹੜਾ ਹੈ ਜਸਟਿਨ ਟਰੂਡੋ ਦਾ ਸੀ ਵੀ ਭੰਗ ਲੀਗਲ ਕਰਨੀ ਹੈ, ਹੁਣ ਸਾਡੇ ਵਾਲਿਆਂ ਨੇ ਗਾਹਾਂ ਹੋਰ ਚੱਕਤੀ, ਉਹ ਕਹਿੰਦੇ 2.5 ਗ੍ਰਾਮ ਪਰ ਪਰਸਨ ਇਹਨੂੰ ਚੱਕਦੇ ਹੋ, ਇਹ ਲੀਗਲ ਹੈ, 10 ਬੰਦੇ 20-25 ਗ੍ਰਾਮ ਹਾਰਡ ਡਰੱਗ ਦਾ ਮਤਲਬ ਹੈ 100 ਬੰਦਿਆਂ ਦੀ ਡਰੱਗ ਆ ਉਹ। ਐਨੀਵੇਜ਼, ਭੰਗ ਵਾਲੇ ਪਾਸੇ ਨੂੰ ਆਈਏ, ਜਿਹੜੀ ਰਿਕ੍ਰੀਏਸ਼ਨਲ ਮੈਰਾਵਾਨਾ ਜਿਹੜਾ ਜਦ ਸ਼ੁਰੂ ਹੋਇਆ ਨਿਊਯਾਰਕ ਦੀ ਸਟੇਟ ਦੇ ਵਿੱਚ 2021 'ਚ ਹੋਇਆ, ਅਤੇ ਉੱਧਰ 23 ਸਟੇਟਸ ਦੇ ਵਿੱਚ ਲੀਗਲੀ ਉਹਨੂੰ ਬਾਏ ਕਰ ਸਕਦੇ ਅਤੇ ਆਲ ਓਵਰ ਕੈਨੇਡਾ, ਪਰ ਇਹ ਨਾਲ ਕਰੋਨਿਕ ਡਿਜ਼ੀਜ਼ ਜਿਹੜੀਆਂ ਸਪੈਸੀਫਿਕਲੀ ਦਿਮਾਗ ਦੀਆਂ ਜਿਹੜੀਆਂ ਬਿਮਾਰੀਆਂ ਨੇ ਉਹ 20 ਸਾਲ ਤੋਂ ਉਮਰ ਦੇ, ਅਤੇ ਉਸ ਦੇ ਵਿੱਚ ਇਹ ਪਹਿਲਾਂ ਵੀ ਇੱਕ ਸਵੈਡਿਸ਼ ਜਿਹੜੀ ਸਟੱਡੀ ਛਾਪੀ ਸੀ 1997 'ਚ ਕਿ ਬਹੁਤ ਜ਼ਿਆਦਾ ਦਿਮਾਗੀ ਬਿਮਾਰੀਆਂ ਦਾ ਰਿਸਕ ਆ ਜਦ ਤੁਸੀਂ ਇਸ ਨੂੰ ਸਾਈਕੋਲੋਜੀਕਲ ਇਲਨੈਸ ਆ ਜਿਹੜੀ ਬਿਮਾਰ, ਅਤੇ ਬਾਈਪੋਲਰ ਡਿਸਆਰਡਰ ਡਿਪਰੈਸ਼ਨ ਜਿਹੜੀ ਉਹ ਸਟੱਡੀ ਛਾਪੀ ਸੀ ਉਹਦੇ ਵਿੱਚ ਸਕਿਜ਼ੋਫਰੀਨੀਆ ਦਾ ਰਿਸਕ ਹੈ, ਅਤੇ ਉਹਦੇ ਬਾਅਦ ਹੈਵੀ ਕੈਨਾਬਿਸ ਜਿਹੜੇ ਯੂਜ਼ਰ ਨੇ ਸਾਈਕੋਲੋਜੀਕਲ ਇਲਨੈਸ ਹੈ, ਕਲੀਨਿਕਲ ਡਿਪਰੈਸ਼ਨ ਹੈ, ਬਾਈਪੋਲਰ ਡਿਸਆਰਡਰ ਹੈ। ਹੁਣ ਜਿਹੜੀ ਡੈਨਮਾਰਕ ਦੀ ਇਹ 21 ਸਾਲ ਉਹਨਾਂ ਨੇ ਇਹ ਜਿਹੜੀ ਇਹ 'ਤੇ ਸਰਵੇਖਣ ਜਿਹੜਾ ਹੋਇਆ,
साढ़े छे मिलियन लोगों ते पिछले 21 साल हूँ वह पेपर मई के छापिया डॉक्टर ऑस्कर हॉगैड ने इसनों छापिया जनरल ऑफ अमेरिकन मैडिकल एसोसीएशन के जिदे कैनाबिस डिसऑर्डर की गल हुई है तो गांह वो डिप्रैशन के गए ने उदे बाद सेंटर ऑफ डिजीज़ कंट्रोल ते प्रिवेंशन दे विच उन्होंने भी ये किया जी कैनाबिस है ये इहदे नाल क्रेविंग इहदे नाल अडिक्शन ये छड़ दिओ गल ये नहीं हुंदी तुसीं कदे अपने वल्लों ट्राई करके जिहड़े कम्यूनिटी दे विच सुहिरद ते जिन्हां कोल समां दिंदा जिथों विकदा उत्थे जाके खड़े हो माड़ी जी गड्डी लैके पार्किंग च देखियो कौन खरीद के आउंदा मैं तो हुण जे अपने लोग सुन दे मैं तो अपने लोगों की गल करनी क्योंकि पंजाबी सुन बोल रहा पंजाबी तुसी समझ रहे हो ये नहीं भी गोरे नहीं पीते गोरे भी पीते रहे होर कमेंटियां पीते पर साढ़े आले सिर ते 27 डिग्री 28 डिग्री के उपर हुडियां लैके जिहड़ा खरीदने मुंडे कुड़ियां जाके उन्हूं देखियो कूल किधर नूं चली आ कहानी उहदे बाद नखिद इंसान होके ते उहदे बाद खाणा पीणा ते मिठा तो गां बाल बच्चा तक यदा इफेक्ट अगली जिंदगी शुरू कर ली फैमिली शुरू कर ली तो यदि समैल तो किधर नू गल चली है ये गल जरूर चली मैं ये बारे शो मैं याद है 8-9 साल पहला जब किया एक मुंडे मैं लैके आया सी मालवे का मुंडा सी इत्थे दा जंपल तो उन्हें आके ओपनली कहा भी मैनू मैंटल इलनैस है पर मैनू ये आराम मिलता मैं मनदा वह मेडिसनल गल ठीक है बीमारी लई तो हुण टैनल 3 लोग खाते ने बीमारी लई जिन्हों क्रॉनिक पेन है वह मॉरफीन लेंदे ने ते ए घर दे विच 2-3 बूटे ला के इन्हां दा समां मिलदा सी लोग बीमारी लई लेंदे सी पर हुण बीमारी लई नहीं है ये तो रिक्रिएशनल आ हुण ये तो बल्ले बल्ले वाली कहानी है ते इहदा साडे भाईचारे च प्रकोप इन्ना क वध रहा है तुसीं छड गल दिओ ये तो जे तुसीं इन्हां पार्कां दे विच ट्रेल्स दे विच जिथे साडे जवाक बहिंदे आ 5-7 उत्थे जाके देखियो सही संघणा धुआं उड़दा किवें और मापिआं नूं पता नहीं 20-20 साल दे एन वालीआं साइन वालीआं गड्डियां पार्किंग पार्क दे विच जाके बाहर खड़ के सड़कां ते कल्डी सैक च खड़ा के पार्क च पी के तो कुरली करके तो माउथवाश ना मूँह धो के घर जा वड़दे आ हो मापिया नूं इह आ वी जवाक सुत्ता पिया पर जे कई बार हुण तां इह बाहर हो गया पहला घर दे वाशरूम च जवाक पींदे तुसीं देखो जवाक दे वाशरूम दे विच जे विंडोआं खुल्लियां ने उहदा हर वक्त एग्जास्ट फैन चलदा रहिंदा मल्टीपल टॉवल्स वो अपने वाशरूम च रखता है उहदा कारण है भी वो जद अंदर वड़दा तां वाशरूम दीआं जिहड़ीआं विरलां ने उहदे थल्ले वो तौलिया ला के अंदर वो स्मोक करदा है ते इस तो अगे हुण वो एडेबल हो गया शुरू गमी बेयर चॉकलेट ब्राउनीज छड़ दिओ गल हुण उहने लैण नहीं नाले जाणा किते वो तो डिलीवर होनी है हुण तां तुहानू पता दिहाड़ी च आम घर च 3-3 तां पैक आ रहे ने आ फलाणी चीज़ करती आ करती उहदे विच आ गया नौ लिखिआ होइआ जवाक हथ नहीं लाउण दिंदा पैकेट नूं अपने नूं कहिंदा मेरा खोलिआ क्यों तुसीं पैकेज मेरी चिट्ठियां मेरा पैकेज नहीं खोलना पर अगली पीढ़ी जद जिहड़ी इह च पै गई एडिक्शन है इहनूं जिवें बाकी नशिआं दी एडिक्शन आ इह वी इक नशे दी एडिक्शन आ शराब पीण वाले भुक्की खाण वाले फीम खाण वाले टैनल 3 खाण वाले मॉरफीन खाण वाले चिट्टा लाइना डुक्कण वाले ते उह इहनूं ते तुसीं कहिंदे वी भंग एडिक्शन ही नो भंग एडिक्शन है क्रेविंग है इहदी पिंडां दे विच आपां वेखदे नहीं रहे जिहड़े 5-7 दी हुंदी ढाणी उह आपां तां सवेरे जांदे हुंदे खेतां वल नूं ते उह मलण लगे हुंदे सी सुखा जिह चों सुल्फा कढ़दे सी उह हशीश है जड़ी ओदा तेल ते ओदी कंड झाड़ के हत्थां नालों ला के मलके ते उनू सुरफे दी लाट नीली निकलदी ओदे चों ओ पींदे हुंदे सवेरे सजरे पर पिंडां च इक दो हुंदे हुण जिहड़े सिस्टम च वैस्टनाइज वर्ल्ड दे विच इहनू लिखिआ ही गिआ वी इह तां नॉर्मल हो गई साडे देश दी सरकार ने इहनू लीगल करता रह की गिआ इहदे बाद उहनां दे अपने चीफ फाइनैंशियल ऑफिसर चक रफीकी आर गए उन्होंने सब तो पहली मैरा वो उन्होंने कंपनी जी सब तो वड्डी है वो ट्वीट उन्होंने खोली सी
ਇਹਦਾ ਮਤਲਬ ਫਿਰ ਵੱਡੇ ਕਿੰਨੀ ਵਾਰ ਆਪਾਂ ਸ਼ੋਅ ਕੀਤਾ, ਸੀਨੀਅਰ ਪੁਲਿਸ ਅਫੀਸਰ, ਸੀਨੀਅਰ ਲਾਅ ਮੇਕਰ ਸਾਰੇ ਇਸ ਕੈਨਾਵਿਸ ਇੰਡਸਟਰੀ ਚਲੇ ਗਏ। ਕੋਈ ਉਹਨਾਂ ਦਾ ਲੀਗਲ ਐਡਵਾਈਜ਼ਰ ਆ ਵਕੀਲ, ਕੋਈ ਉਹਨਾਂ ਦਾ ਲਾਅ ਮੇਕਰ ਜਿਹੜਾ ਉਹਨਾਂ ਦੇ ਬੈਠਾ ਆਪਣੇ ਬੋਰਡ 'ਤੇ। ਕਿੰਨੇ ਬੰਦਿਆਂ ਦੇ ਨਾਂ ਗਣਾਏ ਸੀ ਇੱਕ ਵਾਰ, 24-25 ਆਪਣੇ ਭਾਈਚਾਰੇ ਦੇ ਵੀ, ਸਾਬਕਾ ਮੰਤਰੀ, ਸਾਬਕਾ ਐਮ ਪੀ, ਸਾਬਕਾ ਪੁਲਿਸ ਚੀਫ, ਅਸੀਂ ਕੈਨਾਵਿਸ ਕੰਪਨੀ ਦੇ ਅਸੀਂ ਕੌਂਸਲਰ ਹਾਂ ਜੀ। ਲੈ ਦੱਸ ਸਰ, ਮਤਲਬ ਲਾਗੀਆਂ ਨੇ ਲਾਗ ਲੈਣਾ ਜਾਂਦੇ ਹੀ ਚਾਹੇ ਕੰਮ ਹੋ ਜਾਵੇ। ਇਹਨਾਂ ਨੇ ਤੁਹਾਨੂੰ ਲਾਅ ਜਿੱਦਣ ਤੁਹਾਡੇ ਲਈ ਲਾਅ ਬਣਾਉਂਦੇ ਆ, ਉੱਦਣ ਵੀ ਇਹ ਕਹਿੰਦੇ ਆ ਵੀ ਇਹਨਾਂ ਨੇ ਲਾਅ ਬ੍ਰੇਕ ਕਰਤਾ, ਇਹਨੂੰ ਫੜ ਕੇ ਅੰਦਰ ਤੁੰਨ ਦਿਓ। ਅਤੇ ਜਿੱਦਣ ਇਹ ਡਰੱਗਸ ਲੀਗਲ ਕਰਦੇ ਆ, ਉੱਦਣ ਵੀ ਇਹ ਉਹਨਾਂ ਦੇ ਹੀ ਨੇ। ਸੋ ਇਹ ਇੱਕ ਬਹੁਤ ਵੱਡੀ ਜਿਹੜੀ ਹੈ ਵਾਲ ਸਟਰੀਟ ਜਰਨਲ ਦੇ ਵਿੱਚ, ਕੈਨਾਵਿਸ ਇਜ਼ ਲਿੰਕ ਟੂ ਮੈਂਟਲ ਇਲਨੈਸ, ਵੱਡਾ ਜਿਹੜਾ ਬਹੁਤ ਵੈਲ ਨੋਨ ਇਹ ਸਾਈਕੋਲੋਜਿਸਟ ਹੈ, ਸੁਜ਼ੈਨ ਪਿੰਕਰ ਇਸ ਦਾ ਨਾਂ ਹੈ। ਇਸਨੇ ਮੇਜਰ ਸਟੱਡੀ ਦੇ ਬਾਰੇ ਇਹਦੇ ਵੱਲ ਗੱਲ ਕੀਤੀ ਕਿ ਇਹ ਡਿਪਰੈਸ਼ਨ ਅਤੇ ਬਾਈਪੋਲਰ ਡਿਸਆਰਡਰ ਦੇ ਵਿੱਚ ਕਿਸ ਤਰ੍ਹਾਂ ਇਹ ਭੰਗ ਆ ਜਿਹੜੀ ਉੱਧਰ ਨੂੰ ਲੈ ਕੇ ਜਾਂਦੀ ਹੈ ਜਵਾਕਾਂ ਨੂੰ। ਅਮੈਰੀਕਨ ਮੈਡੀਕਲ ਜਰਨਲ ਦੇ ਵਿੱਚ ਇਹ ਛਪੀ ਹੈ ਅਤੇ ਇਹ ਰਿਸਰਚ 21 ਸਾਲਾਂ ਦੀ ਹੈ ਜਿਹੜੀ ਡੈਨਿਸ਼ ਲੋਕਾਂ 'ਤੇ ਕੀਤੀ ਗਈ ਹੈ ਅਤੇ ਉੱਥੇ ਦੀ ਯੂਨੀਵਰਸਿਟੀ ਦੇ ਵਿੱਚ ਇਹ ਸਾਰਾ ਕੁਛ ਕੀਤਾ ਗਿਆ। 604-204-0600 ਨੌਜਵਾਨ ਬੱਚੇ ਸਾਡੇ ਭੰਗ ਜਿਹੜੀ ਪੀ ਰਹੇ ਨੇ, ਖਾ ਰਹੇ ਨੇ, ਇਹ ਮਾਪਿਆਂ ਨੂੰ ਪਤਾ ਨਹੀਂ ਲੱਗ ਰਿਹਾ। ਮਾਪੇ ਸਵੇਰੇ ਜਾ ਕੇ ਹੱਥ ਨੇ ਘਰ ਆਉਂਦੇ ਨੇ, ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਅਤੇ ਨਾ ਇਹਦੀ ਸਮੈਲ ਆਉਂਦੀ ਆ, ਨਾ ਜਵਾਕ ਇਹਨੂੰ ਇਹ ਕਹਿਣ ਦਿੰਦਾ ਕਿ ਵੀ ਮੈਂ ਭੰਗ ਪੀਨਾ, ਤੁਸੀਂ ਮੈਨੂੰ ਰੋਕੋ ਜਾਂ ਨਾ ਰੋਕੋ। ਤੁਹਾਡੀਆਂ ਕਾਲਜ ਮੈਂ ਡਾਇਰੈਕਟ ਲੈਂਦਾ ਜੀ, ਪਲੀਜ਼ 604-204-0600 ਔਨ ਏਅਰ ਤੁਹਾਨੂੰ ਪਾਵਾਂਗਾ, ਤੁਹਾਡੇ ਨੰਬਰ ਜਿਹੜੇ ਪਿਛਲੇ ਨੇ ਉਹ ਚਾਰ ਬੋਲਾਂਗਾ ਜੀ। ਨਿਊਟਨ ਦੇ ਵੱਡਿਆਂ ਸਕੂਲਾਂ ਦੇ ਨੇੜੇ ਦੇ ਕਲਡੀ ਸੈਕਾਂ ਦੇ ਵਿੱਚ ਜਿਹੜੇ ਘਰ ਨੇ, ਕਦੇ ਵਿੰਡੋਆਂ ਦੇ ਵਿੱਚੋਂ ਦੇਖਿਓ ਗੱਡੀਆਂ ਕਿਹੜੀਆਂ ਆਉਂਦੀਆਂ ਨੇ, ਸਿਰ 'ਤੇ ਜੂੜੇ ਨੇ, ਪਟਕੇ ਨੇ, ਦਾੜੀਆਂ ਨੇ, ਕਿਉਂਕਿ ਉਹਨਾਂ ਨੂੰ ਇਹ ਮਹਿਸੂਸ ਨਹੀਂ ਹੋ ਰਿਹਾ ਬਈ ਇਹ ਗਲਤ ਹੈ। ਤੁਸੀਂ ਦੇਖਿਓ ਸੂਟੇ ਕਿੱਥੇ ਕਿਵੇਂ ਲੱਗਦੇ ਨੇ। ਅਤੇ ਇਹਦੇ ਤੋਂ ਹੁਣ ਆਪਾਂ ਜੇ ਭੱਜਾਂਗੇ, ਵੱਡੀਆਂ ਕੰਪਨੀਆਂ ਐਮਾਜ਼ੋਨ ਅਤੇ ਸੋਫਟਵੇਅਰ ਡਿਵੈਲਪਮੈਂਟ ਕੰਪਨੀਆਂ ਨੇ, ਉਹ ਕਹਿੰਦੇ ਵੀ ਕੈਨਾਵਿਸ ਦਾ ਕੋਈ ਡਰੱਗ ਟੈਸਟ ਨਹੀਂ ਇਹਦੇ 'ਚ ਆ ਗਿਆ, ਅਸੀਂ ਅਪਰੂਵਲ, ਕੋਈ ਪ੍ਰੋਬਲਮ ਨਹੀਂ ਹੈ। ਪਹਿਲੇ ਕਾਲਰ ਜੀ 40-20, ਤੁਸੀਂ ਏਅਰ 'ਤੇ ਹੋ। ਗਿੱਲ ਸਾਹਿਬ, ਮੈਂ ਈਸਟ ਨਿਊਟਨ ਏਰੀਏ 'ਚ ਰਹਿੰਦਾ ਜੀ, ਔਰ ਕਲਡੇ ਸੈਕ ਹੈ ਅਤੇ ਉੱਥੇ ਜਿਹੜੇ ਲਾਗੇ ਗੋਰੇ ਜਾਂ ਮੈਕਸੀਕਨ ਲੋਕ ਰਹਿੰਦੇ ਨੇ, ਉਹ ਡੈਲੀਵਰ ਕਰਾਉਂਦੇ ਨੇ ਤੇ ਕਾਰ ਆਉਂਦੀ ਆ ਆਪਣੇ ਪੰਜਾਬੀ ਜਿਹੜੇ ਮੁੰਡੇ ਚਲਾਉਂਦੇ ਨੇ ਉਹਨਾਂ ਦੀ ਏਜ ਕਰੀਬ 24-23 ਸਾਲ ਤੋਂ ਘੱਟ ਹੋਏਗੀ। ਆਉਂਦੇ ਨੇ ਕਾਰ 'ਚ ਬੈਠੇ ਬੈਠੇ ਪਹਿਲਾਂ ਉਹਨਾਂ ਨੇ ਫੋਨ ਨੂੰ ਮੇਰਾ ਖਿਆਲ ਕਰ ਦੇਣਾ, ਕਿਉਂਕਿ ਕਲੈਕਟ ਕਰਨ ਵਾਲਾ ਗੋਰਾ ਮੈਕਸੀਕਨ ਵਗੈਰਾ ਬਾਹਰ ਹੀ ਹੁੰਦਾ। ਉਹ ਆਉਂਦੇ ਨੇ ਇੱਕ ਹੱਥ ਨਾਲ ਉਹਨਾਂ ਨੇ ਉਸ ਸਟਾਫ ਫੜਨਾ ਔਰ ਦੂਜੇ ਹੱਥ ਨਾਲ ਪੈਸੇ ਦੇ ਦੇਣੇ। ਕੋਈ ਕਾਉਂਟਿੰਗ ਜਾਂ ਪਹਿਲਾਂ ਉਹਨਾਂ ਦੀ ਹੋਇਆ ਹੁੰਦਾ ਵੀ ਇੰਨੇ ਪੈਸੇ ਦੇਣੇ ਆ, ਇੱਦਾਂ ਲੈਣਾ ਤੇ ਉਹ ਲੈ ਕੇ ਚਲੇ ਜਾਂਦੇ ਆ। ਇੱਦਾਂ ਇਹ ਡਿਲੀਵਰ ਹੋ ਰਹੀ ਆ ਔਰ ਯੰਗ ਮੁੰਡੇ ਕਰ ਰਹੇ ਨੇ। ਦੂਜੀ ਗੱਲ ਹੈਗੀ ਆ ਕਿ ਬਈ ਰੋਡ ਸਟਰੀਟ ਤੇ ਵੀ ਦੇਖ ਰਹੇ, ਟੈਕਸੀ ਚਲਾਉਣੇ ਦੇਖਦੇ ਆ, ਆਪਣੇ ਬੱਚੇ ਮਤਲਬ ਪੀ ਰਹੇ ਨੇ, ਕਰ ਰਹੇ ਨੇ। ਹੁਣ ਕੱਲ ਸਿਕਿਉਰਿਟੀ ਬੰਦਾ ਕਰ ਰਿਹਾ ਵਾਈਨ ਸ਼ਾਪ ਦੇ ਬਾਹਰ ਔਰ ਉੱਥੇ ਇਹੀ ਚੀਜ਼ ਸਮੋਕ ਕਰ ਰਿਹਾ, ਔਰ ਬਾਅਦ ਚ ਜਦੋਂ ਮੈਂ ਅੰਦਰ ਗਿਆ ਤਾਂ ਉਹ ਉੱਥੇ ਅੰਦਰ ਆ ਕੇ ਉਹ ਸਿਕਿਉਰਿਟੀ ਦੇ ਜੋਬ ਕਰ ਰਿਹਾ, ਬਾਹਰੋਂ ਆ ਪੀ ਕੇ ਅੰਦਰ। ਬਿਲਕੁਲ ਬਿਲਕੁਲ। ਇਹ ਹਾਲਾਤ ਹੁਣ ਇਹ ਆਪਣੇ ਪੰਜਾਬੀ ਮਤਲਬ ਬੁਰਾ ਨਾ ਮੰਨਿਓ, ਕਈ ਬਹੁਤ ਜਿਹੜੇ ਗੁਰਸਿੱਖੀ ਚ ਅਪੀਅਰੈਂਸ ਲਾਈਕ ਚੀਜ਼ਾਂ ਨੇ ਉਹ ਪਾ ਕੇ ਵੇਅਰ ਕਰਕੇ ਜਾਂ ਰੱਖ ਕੇ ਦਿਖਾਉਣਗੇ ਬਹੁਤ ਗੁਰਸਿੱਖੀ ਨੇ, ਲੇਕਿਨ ਕੰਮ ਇੱਦਾਂ ਦੇ ਕਰਦੇ ਆ। ਦੂਜੀ ਗੱਲ, ਜਦ ਸਾਨੂੰ ਇਹ ਸਿਖਾ ਗਿਆ ਸਾਡਾ ਪਿਓ ਗੁਰੂ ਗੋਬਿੰਦ ਸਿੰਘ ਕਿ ਬਈ ਨੀਲਾ ਘੋੜਾ ਤੱਕ ਉਸ ਖੇਤ ਚ ਨਹੀਂ ਸੀ ਗਿਆ ਤਾਂ ਹੋਰ ਅਸੀਂ ਅੱਜ ਕਿੱਧਰ ਜਾ ਰਹੇ ਹਾਂ। ਬਿਲਕੁਲ ਠੀਕ ਹੈ ਜੀ, ਸੋਰੀ ਟੂ ਸੇ। ਥੈਂਕ ਯੂ ਜੀ। 98-84 ਲਾਈਨ ਨੰਬਰ 2, ਤੁਸੀਂ ਏਅਰ ਤੇ ਹੋ ਜੀ। ਮੈਂ ਡਰਿੰਕ ਕਰਦਾ ਸੀ ਤੇ ਉੱਥੇ
ਸਾਨੂੰ ਬਹੁਤ ਕੁਛ ਮਤਲਬ ਸਿੱਖਣ ਨੂੰ ਪਤਾ ਲੱਗਿਆ ਤੇ ਇਹ ਜਿਹੜੀ ਹੈ ਨਾ ਚੀਜ਼ ਜਿਹਨੂੰ ਅਸੀਂ ਨਸ਼ਾ ਹੀ ਨਹੀਂ ਮੰਨਦੇ ਉਹਨਾਂ ਨੇ ਦੱਸਿਆ ਇੱਕ ਇਹ ਨਸ਼ਾ ਸੀ ਬਾਕੀ ਮੈਨੂੰ ਉਹਨਾਂ ਚੀਜ਼ਾਂ ਦੀ ਥੋੜਾ ਜਿਹਾ ਹੈ ਨੀ ਨੌਲੇਜ ਮੈਂ ਭੁੱਲ ਗਿਆ ਉਸ ਚੀਜ਼ ਦਾ ਇੱਕ ਹੋਰ ਉਹਨਾਂ ਦੱਸੀ ਕਹਿੰਦੇ ਇਹਦਾ ਜੇ ਆਮ ਨਸ਼ੇ ਜਿਹੜੀ ਆਪਾਂ ਦੂਸਰੇ ਕਰਦੇ ਹਾਂ ਕੋਈ ਹੈਰੋਇਨ ਸ਼ਰਾਬ ਜਾਂ ਕੀਨ ਉਹਦਾ 2 ਸਾਲ ਇਫੈਕਟ ਰਹਿੰਦਾ ਤੁਹਾਡੇ ਦਿਮਾਗ ਤੇ ਘੱਟੋ ਘੱਟ ਇਹਦਾ 5 ਸਾਲ ਰਹਿੰਦਾ ਜੀ ਰਿਕਵਰ ਹੋਣ ਨੂੰ ਇਹਨੂੰ 5 ਸਾਲ ਲੱਗਦੇ ਜਿਹਨੂੰ ਅਸੀਂ ਨਸ਼ਾ ਨੀ ਮੰਨਦੇ ਬਿਲਕੁਲ ਨੀ ਮੰਨਦੇ ਬਿਲਕੁਲ 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 ਧੰਨਵਾਦ ਤੁਹਾਡਾ 6654 ਲਾਈਨ ਨੰਬਰ 3 ਜੀ ਸਤਿ ਸ੍ਰੀ ਅਕਾਲ ਜੀ ਇਹ ਜਿਹੜਾ ਭੰਗਲ ਹੈ ਜੀ ਇਹਦਾ ਤਾਂ ਇੰਨਾ ਬੇੜਾ ਗਰਕ ਕਰਤਾ ਅਸੀਂ ਇੱਕ ਦਿਨ ਬਾਰਬੀਕਿਊ ਕਰਦੇ ਸੀ ਮੈਨੂੰ ਮੇਰਾ ਫਰੈਂਡ ਕਹਿੰਦਾ ਵੀ ਯੂਰੀ ਬਿਸਕਟ ਖਾਣਾ ਵਾ ਮੈਂ ਵੀ ਖਾ ਲੈਨੇ ਆ ਅੱਧਾ ਉਹਨੇ ਆਪ ਖਾ ਲਿਆ ਅੱਧਾ ਮੈਨੂੰ ਦੇਤਾ ਉਦੋਂ ਤਾਂ ਮੈਨੂੰ ਪਤਾ ਨਾ ਲੱਗਿਆ ਉਹ ਟੇਸਟ ਦਾ ਤੁਹਾਨੂੰ ਜਮਾ ਹੀ ਨੀ ਪਤਾ ਲੱਗ ਸਕਦਾ ਤੁਸੀਂ ਬਲੀਵ ਨੀ ਕਰ ਸਕਦੇ ਵੀ ਤੁਸੀਂ ਯੂਰੀ ਬਿਸਕਟ ਖਾ ਰਹੇ ਹੋ ਭੰਗਲ ਬਿਸਕੁਟ ਖਾ ਰਹੇ ਹੋ ਜਦੋਂ ਉਹਨੇ ਮੈਨੂੰ ਦੱਸਿਆ ਕਹਿੰਦਾ ਵੀ ਇਹ ਤਾਂ ਭੰਗਲ ਹੈ ਜਦੋਂ ਮੈਂ ਸੁੱਟ ਲੱਗਿਆ ਵੀ ਮੈਨੂੰ ਨਸ਼ਾ ਆਉਣਾ ਉਹ ਮੈਨੂੰ ਸਾਰੀ ਰਾਤ ਉਹਨੇ ਮੈਨੂੰ ਸੌਣ ਨੀ ਦਿੱਤਾ ਗਮੀ ਬੇਅਰ ਜਿਹੜੇ ਨੇ ਉਹ ਟੋਫੀ ਜੀ ਉਹ ਫੜਾਤੀ ਉਹਨੇ 2 ਆਪਣੇ ਮੂੰਹ ਚ ਪਾ ਤੇ ਇੱਕ ਮੈਨੂੰ ਫੜਾਤਾ ਉਹ ਮੈਂ ਵੀ ਮੂੰਹ ਚ ਪਾ ਲਿਆ ਉਹਨੇ ਵੀ ਪਾ ਲਿਆ ਚਲੋ ਮੈਂ ਥੋੜਾ ਸੀ ਜਾਂ ਉਹਨੇ ਘੱਟ ਅਸਰ ਕੀਤਾ ਉਹਨੇ 3-4 ਖਾ ਲਏ ਅਤੇ ਉੱਥੋਂ ਹੋਸਪਿਟਲ ਜਦੋਂ ਉੱਥੋਂ ਉੱਠਿਆ ਬਾਹਰ ਨਿਕਲ ਗਿਆ ਮੈਂ ਦੇਖਾਂ ਕਿੱਥੇ ਗਿਆ ਬੰਦਾ ਪਾਰਕਿੰਗ 'ਚੋਂ ਕਹਿੰਦਾ ਮੈਂ ਤਾਂ ਮਰ ਜੂ ਮੈਂ ਤਾਂ ਮੈਨੂੰ ਤਾਂ ਕੁਛ ਹੋ ਗਿਆ ਹੁਣ ਉਹ ਫੜਾਉਣ ਵਾਲੇ ਦੀ ਵੀ ਗਲਤੀ ਉਹਨੇ ਦੱਸਿਆ ਨਾ ਉਹ ਖਾਣ ਵਾਲੇ ਨੂੰ ਪਤਾ ਹੀ ਨਹੀਂ ਵੀ ਕੀ ਆ ਉਹਨੇ ਗਮੀ ਬੇਅਰ ਵਾਂਗੂ ਮੂੰਹ 'ਚ ਪਾ ਲਏ ਸ਼ੋਅ ਦੇਖਦੇ ਦੇਖਦੇ ਸੋ ਇਹ ਇਹ ਬਹੁਤ ਖਿਆਲ ਰੱਖਣ ਦੀ ਲੋੜ ਹੈ ਐਡੇਬਲ ਪਲੀਜ਼ ਕਿਸੇ ਵੀ ਪਾਰਟੀ 'ਚ ਕਿਸੇ ਵੀ ਗੈਦਰਿੰਗ ਦੇ ਵਿੱਚ ਕੋਈ ਚੀਜ਼ ਕਿਸੇ ਤੋਂ ਫੜ ਕੇ ਖਾਣ ਤੋਂ ਪਹਿਲਾਂ ਚੈੱਕ ਕਰ ਲਓ ਕੀ ਆ ਪਾਲ ਜੀ ਲਾਈਨ ਨੰਬਰ 4 ਹੈਲੋ ਸਤਿ ਸ਼੍ਰੀ ਅਕਾਲ ਜੀ ਇਹ ਸਿਸਟਮ ਕਿੱਧਰ ਨੂੰ ਚੱਲਿਆ ਇਹ ਆਪਾਂ ਨੂੰ ਕਿਉਂ ਇਹ ਚੀਜ਼ਾਂ ਲੀਗਲ ਕਰ ਰਹੇ ਨੇ ਹਾਂਜੀ ਭਾਜੀ ਮੈਂ ਕਿਉਂ ਕੋਈ ਸਿਸਟਮ ਹੈਗਾ ਇਹ 'ਚ ਮੇਰਾ ਖਿਆਲ ਜਿਹੜੀਆਂ ਸੋਸ਼ਲ ਪ੍ਰੋਬਲਮ ਇਜ਼ ਏ ਬਿਗ ਬਿਜ਼ਨਸ ਰਾਈਟ ਉਹ ਮੇਰਾ ਖਿਆਲ ਆਪਾਂ ਜੇ ਆਪਾਂ ਕਹਿ ਕੇ ਮੀਡੀਆ ਦਾ ਜਾਂ ਹੋਰ ਆਪਾਂ ਗੱਲਾਂ ਬਾਤਾਂ ਕਰਕੇ ਸੋਲਵ ਕਰ ਲਵਾਂਗੇ ਵੀ ਇਹ ਆਪਾਂ ਉਹ ਜਿਵੇਂ ਆਪਣੇ ਇੰਡੀਆ 'ਚ ਵੀ ਇਹੀ ਆ ਕੋਈ ਬੱਚੇ ਡਰੱਗਾਂ ਕਰ ਰਹੇ ਉਹਨਾਂ 'ਤੇ ਕੈਮਰੇ ਪਾ ਪਾ ਕੇ ਆਪਣੇ ਉਹ ਵੇਚ ਰਹੇ ਕੁਛ ਨਾ ਕੁਛ ਨਾ ਇਹਦਾ ਤਾਂ ਆਪਣਾ ਗੁਰਦੁਆਰਾ ਸਾਹਿਬ ਨੂੰ ਮੇਰਾ ਖਿਆਲ ਜਾਂ ਆਪਣੀਆਂ ਜੇ ਕੋਈ ਅੱਗੇ ਨਾ ਕੋਈ ਬੰਦਾ ਡਿੱਗਿਆ ਪਿਆ ਹੁੰਦਾ ਸੀ ਸ਼ਰਾਬੀ ਉਹ ਜੇ ਕੋਈ ਬੰਦਾ ਰਿਲੀਜੀਅਸ ਮਾਈਂਡਡ ਜਾਂ ਹੋਰ ਕੋਲ ਜਿੰਨਾ ਹੁੰਦਾ ਸੀ ਉਹਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ ਸੀ ਉਹਨੂੰ ਲੱਗਦਾ ਸੀ ਵੀ ਸ਼ਾਇਦ ਮੇਰੀ ਵੀ ਕਿਤੇ ਵੀ ਇੱਦਾਂ ਦੀ ਮੈਂ ਵੀ ਬਣ ਜਾ ਰਿਹਾ ਅੱਜ ਕੱਲ੍ਹ ਅਸੀਂ ਇੰਨਾ ਨੈਗੇਟਿਵਿਟੀ ਫੈਲਾ ਦੀ ਆਪਣੇ ਸੋਸ਼ਲ ਕੋਈ ਫੈਮਿਲੀ ਵੈਲਿਊ ਦੀ ਕਰਦਾ ਕੋਈ ਰਿਲੀਜੀਅਸ ਸੈਂਸ ਦੀ ਗੱਲ ਕਰਦਾ ਆਪਣੀ ਕੋਈ ਐਸ ਜੀ ਪੀ ਸੀ ਕੋਈ ਹੋਰ ਅਖਾ ਪਚੇਤਰ ਹੈ ਵੀ ਅਸੀਂ ਉਹ ਲੋਕਾਂ ਨੂੰ ਉਹ ਗਾਲਾਂ ਕੱਢਦੇ ਅਸੀਂ ਉਹ ਅਗਲੇ ਨੂੰ ਹੁੰਦਾ ਵੀ ਜਿਹੜਾ ਸੋ ਰਿਲੀਜੀਅਸ ਪਰਸਨ ਉਹਨੂੰ ਆਇਆ ਹੁੰਦਾ ਵੀ ਯਾਰ ਮੈਂ ਵੀ ਅਸਲ ਆ ਕੋਈ ਛੱਡ ਕੇ ਕਿਰਪਾਨ ਨਾ ਲਾ ਕੇ ਮੈਂ ਵੀ ਇਹਦੇ ਵਰਗੇ ਬਣ ਜਾ ਵੀ ਸ਼ਾਇਦ ਮੈਂ ਵੀ ਸੀ ਐਮ ਬਣ ਜਾ ਪਤਾ ਨਹੀਂ ਮੈਂ ਵੀ ਪਤਾ ਨਹੀਂ ਕੀ ਕੁਛ ਵੀ ਅੱਜ ਕੱਲ੍ਹ ਅਸੀਂ ਇਹ ਹੁਣ ਜਿਵੇਂ ਤੁਸੀਂ ਮਾਇੰਡ ਨਾ ਕਰੋ ਹੁਣ ਤੁਹਾਡੇ ਐਡ ਚੱਲ ਰਹੀ ਈ ਡੀ ਦੀ ਹੈ ਹੁਣ ਇਹ ਬਹੁਤ ਵੱਡਾ ਬਿਜ਼ਨਸ ਹੈਗਾ ਹਨਾ ਵੀ ਇਹ ਤੋਂ ਬਹੁਤ ਵੱਡਾ ਬਿਜ਼ਨਸ ਕ੍ਰੀਏਟ ਕਰ ਸਕਦੇ ਹਾਂ ਜੇ ਆਪਣਾ ਕੋਈ ਸਿਆਣਾ ਬੰਦਾ ਵੀ ਆਪਾਂ ਨੂੰ ਪ੍ਰੀਚ ਕਰੇ ਵੀ ਇਹਦਾ ਇਹ ਮੀਨਿੰਗ ਹੈਗਾ ਇਹਦਾ ਆਹ ਕੁਛ ਹੁਣ ਮੈਂ ਇੱਕ ਵਾਰੀ ਕੋਰਟ ਦੇ ਵਿੱਚ ਗਿਆ ਤੇ ਉਹ ਮੇਰਾ ਕੋਈ ਸੀਗੀ ਪ੍ਰੋਬਲਮ ਤੇ ਮੈਂ ਪੁੱਛਿਆ ਕੋਈ ਹੋਰ ਵੀ ਸੀਗਾ ਮੈਂ ਕਿਹਾ ਵੀ ਤੁਸੀਂ ਕਿਵੇਂ ਕਹਿੰਦਾ ਜੀ ਇਹਨੂੰ ਘਰੋਂ ਘਰ ਨਹੀਂ ਕੱਢਤਾ ਹਨਾ ਮੈਂ ਕਿਹਾ ਕੀ ਗੱਲ ਹੋ ਗਈ ਕਹਿੰਦਾ ਵੀ ਸਾਨੂੰ ਪਤਾ ਹੀ ਹੈ ਉੱਥੇ ਵੀ ਔਰਤਾਂ ਨੂੰ ਕੀ ਚਾਹੀਦਾ ਹੁੰਦਾ ਰਾਈ ਵੀ ਉਹ ਸੀਗਾ ਮਾੜੂ ਯਾਰ ਸ਼ਰਾਬੀ ਆ ਮੈਂ ਕਿਹਾ ਵੀ ਇਹਨੂੰ ਉਹ ਪ੍ਰੋਬਲਮ ਜਿਹੜੀ ਤੁਸੀਂ ਕਹਿੰਦੇ ਨੂੰ ਸ਼ਰਾਬ ਦੀ ਪ੍ਰੋਬਲਮ ਵੀ ਉਹ ਜੇ ਇਹਦੇ ਜਵਾਕ ਉਹ ਜੰਮ ਸਕਦੀ ਉਹ ਪਾਲ ਸਕਦੀ ਆ ਵੀ ਉਹ ਜੇ ਹੁਣ ਵੀ ਇਹਨੂੰ ਕਿਉਂ ਘਰੋਂ ਕੱਢੂਗੀ ਹੁਣ ਵੀ ਇਹਨੂੰ ਕਹਿ ਵੀ ਸ਼ਰਾਬ ਛੱਡ ਵੀ ਆਪਾਂ ਇਹ ਜਿਹਾ ਕੁਛ ਆਪਾਂ ਵੀ ਉਹ ਪ੍ਰੋਬਲਮ ਖੜੀਆਂ ਕਰ ਇਹ ਗਲਤ ਸੇਂਗ ਆ ਜੀ ਔਰਤ ਨੂੰ ਸਭ ਤੋਂ ਵੱਡਾ ਜਿਹੜਾ ਕੁਛ ਚਾਹੀਦਾ ਉਹ ਸਤਿਕਾਰ ਚਾਹੀਦਾ ਇੱਜ਼ਤ ਚਾਹੀਦੀ ਹੈ ਉਹਦੇ ਘਰ ਦਾ ਖਿਆਲ ਰੱਖੇ ਉਹਨੂੰ ਇੱਜ਼ਤ ਦੇਵੇ ਬਾਹਰ ਉਹਦੀ ਰੋਟੀ ਪਾਣੀ ਉਹਦਾ ਸਾਰਾ ਇੰਤਜ਼ਾਮ ਉਹਦਾ ਨਾਲ ਉਹ ਕੰਮ ਕਰਦੀ ਹੈ ਇਹ ਨਹੀਂ ਹੈ ਇਹ ਗਲਤ ਹੈ
गल एडिक्शन करके उन्हें शराबी बंदे नाल रहना कितने सौखा जिन्हें 24 घंटे शराब पीनी है। कैसर भैन जी लाइन नंबर 5। हाँ जी सत श्रीकाल भाई। सत श्रीकाल जी। सुन रही हाँ और देखिया भी है बस स्टापा ते छोटे छोटे बच्चा नु काबू कर लेंदे ने हुण आखिर ऐ साडे पंजाबी किन्ने मेंबर ने पार्लीमेंट दे किसे नु नहीं सुनदा ਉਹਨਾਂ ਦੀ ਤਾਂ ਪਾਰਟੀ ਨੇ ਲੀਗਲ ਕੀਤਾ ਜੀ ਇਹ ਉਹੀ ਤਾਂ ਮੈਂ ਕਹਿੰਦੀ ਹਾਂ ਨਾ ਕਿਸੇ ਨੂੰ ਵੀ ਨਹੀਂ ਸੁਣਦਾ ਅਗਰ ਆਪੋਜੀਸ਼ਨ ਵਾਲੇ ਵੀ ਨੇ ਦੂਸਰੇ ਵੀ ਨੇ ਤੇ ਫਿਰ ਇਹਨਾਂ ਨੂੰ ਇਹ ਵੇ ਕਿ ਉਹ ਅਗਰ ਬੱਚੇ ਸਾਡੇ ਲੋਕਾਂ ਦੇ ਮਰਦੇ ਨੇ ਉਹਨਾਂ ਨੂੰ ਕੀ ਬਥੇਰੇ ਹੈਗੇ ਪਿੱਛੇ ਪੋਲਟਰੀ ਫਾਰਮ ਬਣੇ ਹੋਏ ਇਹਨਾਂ ਦੇ ਆਉਣ ਨੂੰ ਤਿਆਰ ਉਹਨਾਂ ਦਾ ਕੰਮ ਚਾਰੀ ਹੈ ਦੋਹਰੀਆਂ ਤੇਰੀਆਂ ਮੁਨਾਫੇ ਕਰਦੇ ਹੈ ਲੋਕ ਔਰ ਕਿਆ ਇਹਨਾਂ ਦੇ ਬੱਚਿਆਂ ਨਾਲ ਐਵੇਂ ਹੋਵੇ ਤੇ ਫਿਰ ਇਸ ਤਰ੍ਹਾਂ ਹੀ ਕਰਨ ਵੀ ਆਖਣ ਠੀਕ ਹੈ ਮਰੋ ਤੁਸੀਂ ਸਾਡੇ ਸਾਹਮਣੇ ਤੜਫ ਤੜਫ ਕੇ ਤੇ ਸਾਨੂੰ ਤੇ ਪੈਸਾ ਚਾਹੀਦਾ ਵੇ ਸਿਰਫ ਇਹ ਵੇ ਕਿ ਦੂਸਰਿਆਂ ਦੇ ਜਿਹੜੇ ਬਾਹਰੋਂ ਆਉਂਦੇ ਉਹਨਾਂ ਦੇ ਜਾਂ ਇੱਥੇ ਨੇਟਿਵ ਲੋਕ ਨੇ ਉਹਨਾਂ ਦੀ ਕਿਸ ਕਿਸਮ ਦੀ ਬੁਰੀ ਹਾਲਤ ਹੁੰਦੀ ਆ ਇੱਥੇ ਨਿਊ ਵੈਸਟਮਿੰਸਟਰ ਦੇ ਅੱਗੇ ਪੈ ਹੁੰਦੇ ਨੇ ਸਰਦੀਆਂ ਨੂੰ ਦੇਖ ਕੇ ਵੀ ਤਰਸ ਆਉਂਦਾ ਉਹਨਾਂ ਤੇ ਹੈ ਤੇ ਇਹਨਾਂ ਦੇ ਇਹ ਮੇਰੇ ਖਿਆਲ ਜੰਗੀ ਬੁਨਿਆਦਾਂ ਤੇ ਇਹਤਜਾਜ ਹੋਣਾ ਚਾਹੀਦਾ ਇਹਨਾਂ ਬੁਰਾਈਆਂ ਦੇ ਖਿਲਾਫ ਫੇਰ ਭਾਵੇਂ ਕੋਈ ਠੱਲ ਪਵੇ ਨਹੀਂ ਤੇ ਇਸ ਤਰ੍ਹਾਂ ਹੀ ਹੋਰ ਆਉਂਦੇ ਜਾਣਗੇ ਅਗਲੇ ਮਰਦੇ ਜਾਣਗੇ ਇਹਨਾਂ ਨੂੰ ਕੋਈ ਨੀ ਇਹਨਾਂ ਦਾ ਕੰਮ ਪੂਰਾ ਹੁੰਦਾ ਜਾਏਗਾ ਸ਼ੁਕਰੀਆ ਭਾਈ ਥੈਂਕ ਯੂ ਭੈਣ ਜੀ ਔਲਖ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲਾਈਨ ਨੰਬਰ 1 ਹੈਲੋ ਜੀ ਜੀ ਔਲਖ ਹਾਂਜੀ ਜੀ ਔਲਖ ਸਾਹਿਬ ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਨੂੰ ਪਿੰਡ ਕੇ ਦਿਓ ਤੁਸੀਂ ਮੈਂ ਨਾ ਗੁਰੂ ਗੋਬਿੰਦ ਸਿੰਘ ਤੇ ਸਮੋਕ ਬਾਰੇ ਗੱਲ ਕਰਨਾ ਚਾਹੁੰਦਾ ਕਰ ਲਓ ਜੀ ਵੇਖੋ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਬਾਰੇ ਆਮ ਕਰਕੇ ਆਪਾਂ ਸੁਣੇ ਜਾਂਦੇ ਵੀ ਉਹਨਾਂ ਦੀ ਦੇਣ ਨਹੀਂ ਦਿੱਤੀ ਜਾ ਸਕਦੀ ਬੜਾ ਕੁਛ ਅਸੀਂ ਸੁਣਿਆ ਉਹਨਾਂ ਦੇ ਬੱਚਿਆਂ ਬਾਰੇ ਫੈਮਿਲੀ ਵੀ ਸਾਡੀ ਖਾਤਰ ਜਾਂ ਦੇਸ਼ ਦੀ ਖਾਤਰ ਗਿਣ ਲਓ ਉਹਨਾਂ ਨੇ ਫੈਮਿਲੀ ਆਪਣੀ ਗਵਾ ਲਈ ਸ਼ਹੀਦ ਕਰਾਤੀ ਦੀਆਂ ਚਿਣੇ ਗਏ ਸਭ ਕੁਛ ਹੋਇਆ ਤੇ ਉਹ ਵੀ ਆਪਣਾ ਕਤਲ ਹੋਇਆ ਬੁਰੀ ਤਰ੍ਹਾਂ ਤੇ ਉਹਨਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ ਉਹਨਾਂ ਦੀ ਇੱਕ ਵੱਡੀ ਗੱਲ ਹੋਰ ਮੈਂ ਲੱਭੀ ਆ ਜਿਹੜਾ ਸਮੋਗ ਹੈ ਨਾ ਇਹ ਵੇਖੋ ਤੁਸੀਂ ਅੱਜ ਤੋਂ 300 ਸਾਲ ਪਹਿਲਾਂ ਉਹਨਾਂ ਦੀ ਸਮੈਲ ਤੋਂ ਵੀ ਵਰਜਿਸ਼ ਕੀਤਾ ਵੀ ਇਹਨੂੰ ਹੱਥ ਨੀ ਲਾਉਣਾ ਸਿਗਰਟ ਨੂੰ ਵੀ ਜਾਂ ਕਿਸੇ ਨੂੰ ਇਹਨੂੰ ਹੱਥ ਨੀ ਲਾਉਣਾ ਇਹਦੇ ਲਾਗੇ ਨੀ ਲੱਗਣਾ ਤੁਸੀਂ ਉਹਨਾਂ ਨੇ ਕੋਈ PhD ਨਹੀਂ ਕੀਤੀ ਮੈਡੀਸਨ ਦੀ ਉਸ ਵੇਲੇ ਪਰ ਉਹਨਾਂ ਦੇ ਸ਼ਕਤੀ ਕਿੱਥੋਂ ਆਈ ਉਹਨਾਂ ਨੂੰ ਇਹ ਸਮਝ ਕਿੱਦਾਂ ਲੱਗੀ ਜਿਹੜੀ ਉਹਨਾਂ ਦੇ ਅੱਜ ਦੇ 300 ਬਾਅਦ ਲੋਕਾਂ ਨੂੰ ਸਮਝ ਲੱਗੀ ਦੁਨੀਆਂ ਭਰ ਦੇ ਆਪਣੇ ਡਾਕਟਰਾਂ ਨੂੰ ਵੀ ਸਮੋਗ ਜਿਹੜਾ ਵਾ ਬੜਾ ਖਤਰਨਾਕ ਆ ਇਹ ਜਿਹੜਾ ਸੈਕਿੰਡ ਹੈਂਡ ਸਮੋਗ ਹੈ ਨਾ ਉਦੋਂ ਵੀ ਖਤਰਨਾਕ ਆ ਸਿੱਧਾ ਪੀਣ ਨਾਲੋਂ ਉਹਨਾਂ ਨੇ 300 ਸਾਲ ਪਹਿਲਾਂ ਕਹਿ ਦਿੱਤਾ ਸੀ ਇਹਨੂੰ ਹੱਥ ਨੀ ਲਾਉਣਾ ਇਹਦੇ ਲਾਗੇ ਨੀ ਲੱਗਣਾ ਤੁਸੀਂ ਜੀ ਹਾਂਜੀ ਕਿਹਾ ਸੀ ਕਿ ਨਹੀਂ ਬਿਲਕੁਲ ਤੇ ਮੈਂ ਕਹਿੰਦਾ ਮੈਂ ਰਾਤ ਦੇ ਨੇ ਗੁਰੂ ਗੋਬਿੰਦ ਸਿੰਘ ਦਾ ਨਾਂ ਲੈਂਦਾ ਵਾ ਤੇ ਉਹਨਾਂ ਦੀ ਦੇਣ ਦਿੱਤੀ ਨਹੀਂ ਜਾ ਸਕਦੀ ਇੱਕ ਗੱਲ ਉਹਦੇ ਵਿੱਚ ਹੋਰ ਵੀ ਉਹਨਾਂ ਕਹੀ ਆ ਜੀ ਉਹ ਹੁਣ ਕਿਤੇ ਤੁਸੀਂ ਦੱਸਿਓ ਮੈਂ ਨਹੀਂ ਦੱਸ ਸਕਦਾ ਉਹਨਾਂ ਨੇ ਕੁੱਠੇ ਦੇ ਵਿੱਚ ਤੇ ਆਪਣਾ ਇੱਕ ਕੁੱਠਾ ਲਵਾ ਤੇ ਇੱਕ ਹੁੰਦਾ ਝਟਕਾ ਉਹਦਾ ਵੀ ਡਿਫਰੈਂਸ ਦੱਸਿਆ ਵਾ ਮੇਰੇ ਸਾਹਮਣੇ ਇਹ ਮਸਾਲਾ ਵਾ ਨਿਹੰਗ ਸਿੰਘ ਜਿਹੜੇ ਆ ਨਾ ਉਹ ਝਟਕਾ ਕਰਦੇ ਆ ਪਰ ਜੇ ਜਰਾ ਕੁ ਵੀ ਉਹਦਾ ਕੋਈ ਪਹਿਲੇ ਝਟਕੇ ਦਾ ਵੱਡਿਆ ਦਾ ਜਾਵੇ ਉਹ ਮੀਟ ਨਹੀਂ ਖਾਂਦੇ ਮੈਂ ਕਰਾਂਗਾ ਜੀ ਕਿਸੇ ਦਿਨ ਇਹਦੇ ਤੇ ਵੀ ਗੱਲ ਕਰਾਂਗੇ ਧਾਲੀਵਾਲ ਸਾਹਿਬ ਲਾਈਨ ਨੰਬਰ 2 ਹੈਲੋ ਜੀ ਹਰਦੀਪ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੁਣਦੇ ਆ ਜੀ ਪ੍ਰੋਗਰਾਮ ਨਿਤ ਧੰਨਵਾਦ ਬਹੁਤ ਬਹੁਤ ਕਰਦੇ ਆ ਗੱਲ ਦੋ ਤਿੰਨ ਬੰਦੇ ਸੀ ਬਾਹਰ ਬੈਠੇ ਹੁੰਦੇ ਇੱਧਰ ਜੀ ਧੰਨਵਾਦ ਗਿੱਲ ਸਾਹਿਬ ਜਿਹੜਾ ਨਸ਼ਾ ਕਹਿੰਦਾ ਇਹ ਤਾਂ ਇੱਕ ਬੰਦੇ ਦਾ ਆਪਦਾ ਸਹੇੜਿਆ ਮੇਰੇ ਹਿਸਾਬ ਨਾਲ ਡੱਕਾ ਵੀ ਨੀ ਨਸ਼ੇ ਚ ਪਹਿਲਾਂ ਦਾਰੂ ਪੀਂਦੇ ਸੀ 82 ਚ ਫਿਰ ਅੰਮ੍ਰਿਤ ਛਕ ਲਿਆ ਬਾਬਾ ਜਰਨੈਲ ਸਿੰਘ ਨੇ ਜੱਥੇ ਤੋਂ ਉਦੋਂ ਬਾਅਦ ਕਿਸੇ ਚੀਜ਼ ਨੂੰ ਮੂੰਹ ਨੀ ਲਾਇਆ ਫਿਰ ਇੱਥੇ ਮੈਨੂੰ ਕੈਂਸਰ ਹੋ ਗਿਆ 12 ਚ 16 ਚ ਹਰਜੀਤ ਸਿੰਘ ਗਿੱਲ ਜੀ ਇੰਨੀ ਕਿਰਪਾ ਬਾਬੇ ਨੇ ਕੀਤੀ ਮੈਨਸ 6 ਚ ਬੇਰੀ ਕੱਟਦੇ ਰਹੇ 4 ਸਾਲ ਬਾਅਦ ਜੀ ਕੋਈ ਗੋਲੀ ਨੀ ਲਈ ਟੈਨਲ ਦੀ ਬਣੀ ਤੇ ਹੁਣ ਦੁਬਾਰੇ ਹੋ ਗਿਆ ਸੀ ਬਿਮਾਰ ਦੁਬਾਰੇ ਫੇਰ ਮੈਂ ਠੀਕ ਆ ਮੈਨੂੰ ਡਾਕਟਰ ਨੇ ਬੜਾ ਜ਼ੋਰ ਲਾਇਆ ਕਹਿੰਦਾ ਮੀਟ ਖਾ ਮੈਂ ਕਿਹਾ ਵੀ ਮੈਂ ਨੀ ਖਾਣਾ ਨਾ ਅੰਡਾ ਖਾਣਾ ਉਹ ਕਹਿੰਦਾ ਵੀ ਛੋਲਿਆਂ ਦੀ ਤਰੀ ਬਰਾਬਰ ਆ ਇਹਦੇ ਛੋਲਿਆਂ ਦੀ ਤਰੀ ਆ ਕਹਿੰਦਾ ਕਾਲਿਆਂ ਦੀ ਇਹਨੂੰ ਮਾਤ ਪਾਉਂਦੀ ਆ ਮੀਟ ਨੂੰ ਤੇ ਗਿੱਲ ਸਾਹਿਬ ਉੱਥੇ ਆਪਣੇ ਕਿੰਨੇ ਬਜ਼ੁਰਗ ਅਸੀਂ ਵੀ ਕੰਮ ਕਰਦੇ ਰਹੇ ਹਾਂ 60, 70, 75, 80 ਚ ਇੱਧਰ ਆਏ ਹਾਂ 90 ਚ ਦੇਸੀ ਖੁਰਾਕਾਂ ਖਾਂਦੇ ਸੀ ਨਸ਼ੇ ਹੈ ਹੀ ਨੀ ਸੀ ਕੰਮ ਨਾਲੇ ਇੰਨਾ ਕਸਲ ਨੀ ਸੀ ਜਿੰਨਾ ਉੱਥੇ ਕਸਲ ਬਹੁਤ ਸੀ ਕੰਮ ਬਾਹਰੇ ਤਾਂ ਸ਼ੌਂਕਿਆ ਤੌਰ ਤੇ ਖਾਂਦਿਆਂ ਡੱਕਾ ਵੀ ਨੀ ਇਹਦੇ ਚ ਨਾ ਪਾਓ ਬਚੋ ਮੈਂ ਤਾਂ ਕਹਿੰਦਾ ਨਵੀਂ ਪੀੜ੍ਹੀ ਨੂੰ ਤੇ ਕੁਛ ਵੀ ਨੀ ਇਹਦੇ ਚ ਇੱਕ ਸ਼ੌਂਕ ਆ ਮਿਹਰਬਾਨੀ ਸਤਿ ਸ੍ਰੀ ਅਕਾਲ ਧੰਨਵਾਦ ਬਹੁਤ ਜੀ ਥੈਂਕ ਯੂ ਨਾਲ ਦਿਆਂ ਨੂੰ ਵੀ ਸਤਿ ਸ੍ਰੀ ਅਕਾਲ ਬੁਲਾਇਓ
साढ़े वीकेंड के होस्ट ने जिन्हों का शो बड़ा फेमस हो गया। मीशा जी सत श्रीकाल। जी थैंक यू, गुड आफ्टरनून टू यू जी। वेरी ग्रेट टॉपिक मिस्टर गिल, ते आई जस्ट वांट टू टच ऑन द फैक्ट कि ए जिहड़े तुसी गल हुण कर रहे हो स्टूडेंट्स दे वल्लों मैं गल करना चाहांगी बिकॉज़ मेरा उहनां दा उहनां दे नाल उठना बैठना हर रोज ही हुंदा है ऑलमोस्ट। जी जी इट्स वेरी सैड एंड डिसहार्टनिंग मिस्टर गिल जब तुसी वेखदे हो कि इन्ना इंटेलिजेंट स्टूडेंट इन्ना स्मार्ट स्टूडेंट पर वो अपनी जिंदगी बर्बाद कर रहा है बाई गेटिंग इन टू ड्रग्स। शौक बन जांदा है फिर कंपनी भी एहो जी हो जांदी है ते जेड़ी ये उमर हुंदी है फ्रॉम यू नो 18-19 टिल अराउंड 23-24 जब तुसी अपनी जिंदगी बना सकते हो यू सी कि बहुत सारे स्पेशली इंटरनेशनल स्टूडेंट्स गलत कम्मा च पै जांदे ने ते एज अ टीचर एज देयर इंस्ट्रक्टर मैनू वो दिख जांदा है क्लास च केड़ा स्टूडेंट यू नो कर रहा केड़ा नहीं कर रहा तुसी कुछ कह भी नहीं सकते किन्ना कह सकते हो बट मैं तुहाडे शो द्वारा एनी स्टूडेंट हु इज लिसनिंग मैं कहना चाहवांगी तुसी इत्थे एक मकसद लई आए हो तुहाडे पेरेंट्स ने कुछ सपने वेख के तुहानू इत्थे भेजे है सो मेक श्योर कि तुसी फोकस्ड रहो ओहदे ते। बिल्कुल ठीक है मीशा, थैंक यू सो मच फॉर ज्वाइनिंग। थैंक यू मिस्टर गिल। मीशा BCTI दे विच पढ़ाउंदे भी ने, इंस्ट्रक्टर ने, वीकेंड दा शो उहनां दा बहुत फेमस है जिहड़ा वीकेंड दे सैटरडे संडे वीकेंड विद मीशा, उन्हों का शो बड़ा वधिया हुंदा। वीकेंड दे शो साढ़े सारे ही बहुत वधिया ने, डॉक्टर कंग आउंदे ने ते धी राणी आउंदी है उन्हों की बेटी ते नाल मीशा उन्हें कर देने वीकेंड दे शो सुनिया करो। सैम जी लाइन नंबर 4, सैम जी। जगदीप खंगूड़ा जी लाइन नंबर 5। काफी अपने भाईचारे दे बिजनेसमैन हैगे ने जिहड़े इधरले पासे नू मतलब इन्वेस्ट कर रहे ने स्टोरां दे विच जां ओह पुश कर रहे ने काउंसलर नू वी तुसी साडा साथ दिओ ते आपां नू इह वी ध्यान रखना चाहीदा जी वी किहड़े मतलब किहड़े अपने भाईचारे दे बंदे ने जिहड़े मतलब इधर नू स्टोर खोल रहे ने किन्नां दे स्टोर ने जां किहड़े काउंसलर दी सपोर्ट कर रहे ने किहड़े कल नू MLA MP नू तुहाडे घरे लैके आउणा उहनां ने वी इहनू वोट पाओ असीं कह रहे आ मतलब ਸਪੋਰਟ ਕਰ ਰਹੇ ਨੇ ਤੁਸੀਂ ਕਿੰਨਾ ਨੂੰ ਚੁਣ ਰਹੇ। ਥੈਂਕ ਯੂ ਜਗਦੀਪ, ਥੈਂਕ ਯੂ। ਗਗਨਦੀਪ ਸਿੰਘ ਕਲੇਰ ਜੀ ਲਾਈਨ ਨੰਬਰ 1। ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ ਮੇਰੇ ਨਾ ਬੜੇ ਦਿਨਾਂ ਤੋਂ ਇੱਕ ਗੱਲ ਸੀ ਦਿਲ ਚ, ਮੈਂ ਕਿਹਾ ਚਲੋ ਕੋਈ ਹੋਏਗਾ ਮੌਕਾ ਮੈਂ ਕਰਾਂਗਾ, ਅੱਜ ਕੁਦਰਤੀ ਉਹ ਮੌਕਾ ਆਇਆ, ਪਤਾ ਨੀ ਕਈਆਂ ਨੂੰ ਸਹੀ ਲੱਗੇ ਗਲਤ ਲੱਗੇ। ਮੈਂ ਨਾ ਇੱਕੜੇ ਜਿੰਨੇ ਪੇਰੈਂਟਸ ਆ ਉਹਨਾਂ ਨੂੰ ਰਿਕੁਐਸਟ ਕਰਨੀ ਚਾਹਾਂਗਾ ਕਿ ਆਪਣੇ ਬੱਚਿਆਂ ਦੇ ਨਾਂ ਚਾਹੇ ਉਹ ਮੁੰਡਾ ਹੋਵੇ ਕੁੜੀ ਹੋਵੇ ਗੁਰਬਾਣੀ ਚ ਉਹਨਾਂ ਰੱਖਿਆ ਕਰੋ, ਕਿਉਂਕਿ ਪਤਾ ਨੀ ਹੁੰਦਾ ਗਾਂਹ ਜਾ ਕੇ ਕੀ ਕਰਨਾ, ਨਾਮ ਕਿਸੇ ਦਾ ਹੁੰਦਾ ਗੁਰਬਾਣੀ ਵਾਲਾ ਤੇ ਉਹ ਜਦੋਂ ਸਿਗਟਾਂ ਦੇ ਕੱਛ ਖਿੱਚਦਾ ਹੁੰਦਾ ਮੁੰਡਾ ਵਾਲ ਕਟਾਏ ਹੁੰਦੇ ਉਹ ਦਿਲ ਨੂੰ ਬੜੀ ਡੂੰਘੀ ਸੱਟ ਵੱਜਦੀ ਕਿ ਨਾਮ ਤੇਰਾ ਕਿਹੋ ਜਿਹਾ ਤੂੰ ਕਰਦਾ ਕੀ ਪਿਆ ਬੰਦਿਆਂ, ਨਾ ਇੱਥੇ ਅਸੀਂ ਕਿਸੇ ਨੂੰ ਕਹਿ ਸਕਦੇ ਕਿ ਵੀ ਇਹ ਨਾ ਕਰ, ਅੱਗੇ ਗੱਲਾਂ ਥੋੜੀ ਸੁਣਨੀਆਂ ਨਹੀਂ ਕਹਿ ਸਕਦੇ। ਇੱਕ ਗੁਪਤ ਕਾਲਰ ਨੇ ਜੀ ਲਾਈਨ ਨੰਬਰ 2। ਬਾਈ ਜੀ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਬਾਈ ਜੀ। ਮੈਂ ਬੇਨਤੀ ਕਰਨੀ ਚਾਹੁੰਦਾ ਜੀ ਪੇਰੈਂਟਸ ਨੂੰ, ਸਾਰਿਆਂ ਨੂੰ ਖੁੱਲੋ ਬੱਚਿਆਂ ਨਾਲ, ਦੇਖੋ ਬੱਚਿਆਂ ਨੂੰ। ਹੁਣ ਮੈਂ ਆਪਣੇ ਬੱਚਿਆਂ ਨੂੰ ਪੁੱਛਦਾ, ਉਹ ਕਹਿੰਦਾ ਡੈਡ ਇਸ ਲੀਗਲ, ਮੈਂ ਕਿਹਾ ਫਿਰ ਵਧਾਈਆਂ ਦੇ ਤਾਂ ਜਾ ਕੇ ਜਸਟਨ ਟੂਡਰ ਨੂੰ, ਜਸਟਨ ਟੂਡਰ ਨੂੰ ਵਧਾਈਆਂ ਦੇ, ਪਰ ਸਾਡੇ ਤੁਸੀਂ ਇਹ ਚੀਜ਼ਾਂ ਨੂੰ ਨਹੀਂ ਕਰਨਾ। ਜੇ ਤੁਹਾਡੇ 'ਚ ਤਾਕਤ ਹੈ ਤੁਹਾਡੇ 'ਚ ਪੈਸਾ ਹੈ ਤਾਂ ਚੀਜ਼ ਨੂੰ ਹੱਥ ਲਾਓ, ਨਹੀਂ ਤਾਂ ਜਿਹੜੇ ਕੰਮਾਂ ਨੇ ਮਾਂ ਪਿਓ ਨੂੰ ਤੁਹਾਨੂੰ ਭੇਜਿਆ, ਪੜ੍ਹਨ ਭੇਜਿਆ ਪੜ੍ਹੋ, ਖੇਲਣ ਭੇਜਿਆ ਖੇਲੋ,
ਗਾਉਣ ਭੇਜਿਆ ਗਾਉਣ ਜਾਓ ਤੇ ਕਿਹੜੇ ਜੱਬਾਂ ਚ ਪਏ ਹੋਏ ਜੀ ਕਿਉਂਕਿ ਮੇਰਾ ਇੱਕ ਮਿੱਤਰ ਹੈ ਜੀ ਇਸ ਟਾਈਮ ਸੁਣਦਾ ਪਿਆ ਰੇਡੀਓ ਬਾਈ ਜੀ ਜਿੱਦਾਂ ਤੁਸੀਂ ਦੱਸ ਕੇ ਵੀ ਸ਼ੋਅ ਹਨੇਰਾ ਸੀ ਸਾਨੂੰ ਇੱਕ ਫੜਾਤਾ ਬਲਬ ਜਾ ਮੈਂ ਵੀ ਉਹਨੂੰ ਫੜਾਤਾ ਸੀ ਉਹ ਤਿੰਨ ਦਿਨ ਵਿਚਾਰਾ ਮਕੈਨਿਕ ਸੀ ਜੀ ਉਹ ਵਿਚਾਰਾ ਬੂਟਾ ਸਮੇਤ ਉਹਨੂੰ ਘਰੇ ਛੱਡ ਕੇ ਆਏ ਨਾ ਮੈਨੂੰ ਪਤਾ ਸੀ ਨਾ ਉਹਨੂੰ ਪਤਾ ਸੀ ਇਸ ਟਾਈਮ ਸੁਣਦਾ ਪਿਆ ਉਹ ਵੀ ਵਿਚਾਰਾ ਖਿੜਖਿੜਾ ਕੇ ਹੱਸਦਾ ਹੋਊਗਾ ਪਰ ਇਹਦਾ ਸਾਈਡ ਇਫੈਕਟ ਕਈਆਂ ਨੂੰ ਹੈ ਕਈਆਂ ਨੂੰ ਨਹੀਂ ਪਰ ਬੇਨਤੀ ਹੈ ਪੇਰੈਂਟਸ ਨੂੰ ਖੁੱਲੋ ਬੱਚਿਆਂ ਨਾਲ ਬਿਲਕੁਲ ਠੀਕ ਹੈ ਹੁਣ ਲੀਗਲ ਤਾਂ ਸ਼ਰਾਬ ਵੀ ਹੈ ਸ਼ਰਾਬ ਨਹੀਂ ਪੀਂਦੇ ਆਪਾਂ ਸਹਿਮ ਜੀ ਨੋ 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 ਪ੍ਰੋਬਲਮ ਨੋ ਪ੍ਰੋਬਲਮ ਪਲੀਜ਼ ਹਾਂਜੀ ਅੱਛਾ ਗਿੱਲ ਸਾਹਿਬ ਇਸ਼ੂ ਇਹ ਆ ਵੀ ਹੈਗਾ ਤਾਂ ਪਚੀਤਾ ਮਸਲਾ ਮੈਂ ਇਹਦੇ ਬੈਨ ਥਰੂ ਗਿਆ ਸਾਡਾ ਰਿਸ਼ਤੇਦਾਰ ਹੈ ਜਿਹੜਾ ਕਿ ਪਹਿਲੀ ਗੱਲ ਤਾਂ ਇਹ ਨਸ਼ਾ ਕੰਸਟਰਕਸ਼ਨ ਇੰਡਸਟਰੀ ਚ ਇੰਨਾ ਜ਼ਿਆਦਾ ਵਧਿਆ ਆ ਬਹੁਤ ਹੀ ਜ਼ਿਆਦਾ ਵਧਿਆ ਆ ਸੋ ਇਹਦਾ ਇਹ ਹੁਣ ਆਈ ਡੋਂਟ ਨੋ ਇਹਦਾ ਕੀ ਹੱਲ ਹੋ ਸਕਦਾ ਆ ਜਿਹੜੇ ਲੋਕ ਪੀ ਰਹੇ ਆ ਆਈ ਥਿੰਕ ਬਚਣਾ ਹੀ ਬੈਠ ਰਿਹਾ ਮੇਰੇ ਕੋਲ ਕਹਿਣ ਨੂੰ ਹੈਗਾ ਬਹੁਤ ਕੁਛ ਤੇ ਅਫਜ਼ਲ ਮਲਕ ਜੀ ਧੰਨਵਾਦ ਬਹੁਤ ਬਹੁਤ ਸਲਾਮ ਅਲੈਕਮ ਜੀ ਮਲਕ ਸਾਹਿਬ ਜੀ ਜੀ ਮਲਕ ਸਾਹਿਬ ਹੈਲੋ ਜੀ ਜੀ ਇਹ ਤੇ ਬੜਾ ਪੁਰਾਣਾ ਜੀ ਸਾਰਾ ਨਸ਼ਾ ਤੇ ਨਸ਼ਿਆਂ ਦਾ ਤੁਸੀਂ ਦੇਖੋ ਕਿ ਇਹ ਗੱਲ ਨੀ ਹੈਗੀ ਕਿ ਇਹਨੂੰ ਕੰਟਰੋਲ ਨੀ ਕੀਤਾ ਗਿਆ ਤੁਸੀਂ ਸਿੰਗਾਪੁਰ ਦੇਖੋ ਉੱਥੇ ਜ਼ੀਰੋ ਟੋਲਰੈਂਸ ਹੈ ਔਰ ਉੱਥੇ ਨਸ਼ੇ ਦੀ ਸਾਰੀ ਚੀਜ਼ਾਂ ਬੰਦ ਨੇ ਚਾਈਨਾ ਨੇ ਵੀ ਕਿਸ ਤਰ੍ਹਾਂ ਤਰੱਕੀ ਕੀਤੀ ਨਸ਼ੇ ਜ਼ਿਆਦਾ ਕੌਮ ਸੀ ਤੇ ਉਹਨੇ ਵਾਸਤੇ ਜ਼ਰੂਰੀ ਹੈ ਕਿ ਪੋਲੀਟੀਕਲ ਵਿਲ ਦੀ ਜ਼ਰੂਰਤ ਹੈ ਜਦ ਤੱਕ ਪੋਲੀਟੀਕਲ ਵਿਲ ਨਹੀਂ ਹੋਵੇਗੀ ਜਿਹਨਾਂ ਨੂੰ ਅਸੀਂ ਉੱਥੇ ਭੇਜਦੇ ਹਾਂ ਕਿ ਸਾਡੇ ਜਾ ਕੇ ਸਾਡੇ ਵਾਸਤੇ ਫੈਸਲੇ ਕਰੋ ਉਹ ਸਾਨੂੰ ਭੁੱਲ ਜਾਂਦੇ ਆ ਉੱਥੇ ਜਾ ਕੇ ਡਿਕਟੇਟਰ ਬਣ ਜਾਂਦੇ ਨੇ ਜਦ ਤੱਕ ਪੋਲੀਟੀਕਲ ਵਿਲ ਨਹੀਂ ਹੋਵੇਗੀ ਸਭ ਨੂੰ ਪਤਾ ਕੀ ਹੋ ਰਿਹਾ ਹਰ ਰੋਜ਼ ਤੁਸੀਂ ਮੀਡੀਆ ਦੇ ਉੱਤੇ ਹਰ ਜਗ੍ਹਾ ਆ ਰਿਹਾ ਔਰ ਅੰਦਰ ਦੇ ਹਾਲਾਤ ਹੈ ਜਦ ਤੱਕ ਪੋਲੀਟੀਕਲ ਵਿਲ ਨਹੀਂ ਹੋਵੇਗੀ ਇਹਨਾਂ ਚੀਜ਼ਾਂ ਤੇ ਠੱਲ ਨਹੀਂ ਪਾਈ ਜਾਏਗੀ ਇਹਨਾਂ ਤੇ ਪਾਬੰਦੀ ਨਹੀਂ ਲਾਈ ਜਾਏਗੀ ਹਰ ਕਿਸਮ ਦੇ ਨਸ਼ੇ ਦੇ ਉੱਤੇ ਪਾਬੰਦੀ ਲੱਗ ਜਾਣੀ ਚਾਹੀਦੀ ਉਹਦੀ ਪ੍ਰੋਡਕਸ਼ਨ ਬੰਦ ਕਰ ਦੇਣੀ ਚਾਹੀਦੀ ਉਹਦੇ ਨਾਲ ਇਹ ਸੋਚਣਾ ਚਾਹੀਦਾ ਕਿ ਜੀ ਆਰਥਿਕ ਕੀ ਹੋਵੇਗਾ ਔਰ ਇਕਨੋਮੀ ਨੂੰ ਕੀ ਹੋਗਾ ਤੇ ਚਾਈਨਾ ਸਾਡੇ ਸਾਹਮਣੇ ਇੱਕ ਬਹੁਤ ਵੱਡੀ ਮਿਸਾਲ ਹੈ ਕਿ ਉਹਨਾਂ ਨੇ ਤਰੱਕੀ ਕਰ ਲਈ ਦੂਸਰੀ ਗੱਲ ਇਹ ਕਿ ਜੀ ਇਹਦੇ ਉੱਤੇ ਅਸੀਂ ਬਹੁਤ ਸਾਰਾ ਅਵੇਅਰਨੈਸ ਦੀ ਜ਼ਰੂਰਤ ਹੈ ਬਹੁਤ ਸਾਰੀ ਐਜੂਕੇਸ਼ਨ ਦੀ ਜ਼ਰੂਰਤ ਹੈ ਹਰ ਪਾਸਿਓਂ ਜਦ ਤੱਕ ਅਸੀਂ ਯਲਗਾਰ ਨਹੀਂ ਕਰਾਂਗੇ ਨਾ ਇਹਨਾਂ ਉੱਤੇ ਇਹ ਵੀ ਇਹ ਬੁਰੀ ਚੀਜ਼ ਹੈ ਔਰ ਬਾਰ ਬਾਰ ਅਸੀਂ ਇਹਨਾਂ ਦੇ ਉੱਤੇ ਅਸੀਂ ਆਪਣੀ ਯੂਥ ਨੂੰ ਔਰ ਆਪਣੇ ਸਕੂਲਾਂ ਦੇ ਵਿੱਚ ਘਰਾਂ ਦੇ ਵਿੱਚ ਰਿਲੀਜੀਅਸ ਪਲੇਸਿਸ ਵਿੱਚ ਬਾਰ ਬਾਰ ਉਹਨਾਂ ਦੇ ਕੰਨਾਂ 'ਚ ਨਹੀਂ ਪਾਉਂਦੇ ਜਾਵਾਂਗੇ ਮੇਰਾ ਨਹੀਂ ਖਿਆਲ ਕਿ ਇਹਦਾ ਕੋਈ ਅੱਛੇ ਅਸੀਂ ਕੁਛ ਸੂਰਤ ਠੀਕ ਹੋ ਸਕਦੀ ਸ਼ੁਕਰੀਆ ਧੰਨਵਾਦ ਜੀ ਮਲਕ ਸਾਹਿਬ ਡੈਂਪੀ ਜੀ ਲਾਈਨ ਨੰਬਰ 5 ਸਤਿ ਸ਼੍ਰੀ ਅਕਾਲ ਅਜੀਤ ਸਿੰਘ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਮੈਂ ਗੱਲ ਇਹ ਕਰਦਾ ਜਾਂ ਭੰਗ ਦਾ ਤਾਂ ਹੋ ਗਿਆ ਜਾ ਕੇ ਪੂਰਾ ਚੱਲੀ ਜਾਂਦਾ ਕੰਮ ਕਰ ਰਹੇ ਨੇ ਜਾ ਕੇ ਹੁਣ ਜਿਹੜੇ ਬੱਚਿਆਂ ਨੂੰ ਲਾ ਰਹੇ ਨੇ ਇੱਕ ਦੂਜੇ ਨੂੰ ਦੇਣਾ ਉਹ ਹਿਸਾਬ ਦੇ ਨਾਲ ਜਿਹੜਾ ਡਰੱਗ ਦੇ ਹਿਸਾਬ ਦੇ ਨਾਲ ਜਿਹੜੀ ਇੰਡੀਆ ਦੇ ਸਾਡੇ ਕੁੜੀਆਂ ਨੇ ਆ ਉਹਨਾਂ ਨੂੰ ਇੰਨਾ ਯੂਜ਼ ਕਰ ਰਹੇ ਆ ਕੋਈ ਜਿੱਦਾਂ ਹੁਣ ਹੋਇਆ ਕੈਲਗਰੀ ਵਿੱਚ ਹੋਇਆ ਕੌਂਸਟਰ ਕੁਛ ਵੀ ਜਾ ਕੇ ਟਿਕਟ ਵੀ ਰੱਖਦੇ ਸਾਰਾ ਕੁਛ ਰੱਖਦੇ ਜਾ ਕੇ ਉਹ ਡਰੱਗ ਦੇ ਵਿੱਚ ਪੂਰਾ ਇਨਵੋਲਵ ਕਰਦੇ ਜਾ ਕੇ ਭੰਗ ਤਾਂ ਹੁਣ ਭੰਗ ਦਾ ਨਸ਼ਾ ਤਾਂ ਭੰਗ ਰਿਹਾ ਹੀ ਨੀ ਜਾ ਕੇ ਇਹਨੂੰ ਕੀ ਕਿਸੇ ਨੇ ਕਰਨਾ ਉਹ ਤਾਂ ਆਮ ਉਹਨਾਂ ਨੇ ਕਰਨਾ ਜਾ ਕੇ ਦਿਮਾਗ ਇਹਨਾਂ ਦੇ ਇੱਦਾਂ ਦੇ ਸੈੱਟ ਕਰਤੇ ਆ ਬਹੁਤ ਜ਼ਿਆਦਾ ਸਪੋਰਟਸ ਹਾਲ ਨੂੰ ਤਾਂ ਇਹਨਾਂ ਨੂੰ ਪਾਇਆ ਨੀ ਜਾ ਕੇ ਮੈਨੂੰ ਇੰਨਾ ਗੁੱਸਾ ਆਉਂਦਾ ਨਾ ਇਹਨਾਂ ਦੇ ਆ ਜਿਹੜੇ ਗੌਰਮੈਂਟ ਆ ਮੈਨੂੰ ਇੰਨਾ ਦਾ ਕਈ ਵੇਲੇ ਹੱਥਾਂ ਤੇ ਦੰਦੀਆਂ ਵੜਦਾ ਮੈਂ ਕਹਿੰਦਾ ਉਹਨਾਂ ਜਾ ਕੇ ਇਹ ਕੀ ਤੁਸੀਂ ਨਿਆਣੇ ਨੂੰ ਕੀ ਦੇ ਹੈ ਕੀ ਆ ਮੈਨੂੰ ਚੰਗਾ ਲੱਗਦਾ ਧੰਨਵਾਦ ਥੈਂਕ ਯੂ ਵੀਰ ਜੀ ਮਨਪ੍ਰੀਤ ਜੀ ਲਾਈਨ ਨੰਬਰ 1 ਹੈਲੋ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਮੈਂ ਹਾਈ ਸਕੂਲ ਦਾ ਗ੍ਰੈਜੂਏਟ ਆ ਇੱਥੋਂ ਮੁੰਡਾ ਤੇ ਮੈਂ ਇੱਥੋਂ ਤਕਰੀਬਨ 2019 ਚ ਮੈਂ ਗ੍ਰੈਜੂਏਟ ਹੋਇਆ ਤੇ ਮੈਂ ਦਸਾਂ ਮਗਰ 6 ਕੁੜੀਆਂ ਆ ਜਿਹੜੀਆਂ ਅੱਜ ਦੇ ਟਾਈਮ ਭੰਗ ਪੀਂਦੀਆਂ ਤੇ ਘੱਟੋ ਘੱਟ ਦਸਾਂ ਚੋਂ 8 ਮੁੰਡੇ ਜਿਹੜੇ ਭੰਗ ਪੀਂਦੇ ਆ ਤੇ ਮੈਂ ਉਹਨਾਂ ਨੂੰ ਕਈ ਵਾਰੀ ਰੀਜ਼ਨ ਪੁੱਛਿਆ ਬਈ ਕਿਉਂ ਆ ਕਹਿੰਦੇ ਸ਼ੋਅ ਆਫ ਸਾਨੂੰ ਕਰਨਾ ਪੈਂਦਾ ਅੱਜ ਦੀ ਡੇਟ ਤੇ ਬਿਲਕੁਲ ਇਹੀ ਗੱਲ ਤੇ ਅੱਜ ਜਿਹਨਾਂ ਜਿਹੜੇ ਸਕੂਲ ਹਾਈ ਸਕੂਲ ਚ ਭੰਗ ਪੀਂਦੇ ਸੀਗੇ ਤਕਰੀਬਨ ਉਹਨਾਂ ਚੋਂ ਅੱਧੇ ਤਕਰੀਬਨ ਹਟ ਜਾਂਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਇਹਦਾ ਕੋਈ ਬੈਨੀਫਿਟ ਹੈ ਨੀ ਤੇ ਮੇਰੇ ਨਾਲ ਇੱਕ ਮੁੰਡਾ ਪੜ੍ਹਦਾ ਸੀ ਉਹ ਹਾਈ ਸਕੂਲ ਚ ਭੰਗ ਵੇਚਦਾ ਸੀ ਉਹਨੇ ਇੱਕ ਮਹੀਨੇ ਦੇ ਵਿੱਚ $5,000 ਪ੍ਰੋਫਿਟ ਡਾਲਰ ਹਾਈ ਸਕੂਲ ਚ ਕੰਦਿਆ ਇੱਕ ਮਹੀਨੇ ਦੇ ਵਿੱਚ ਸਿਰਫ ਭੰਗ ਵੇਚ ਕੇ ਹਾਂਜੀ ਤੇ ਇੱਕ ਦਿਨ ਮੈਂ ਭੰਗ ਡਾਲਟਾ ਜਾਂ ਅਸੀਂ ਤੇ ਸਕੋਟ ਰੋਡ ਤੇ ਆ
ਭੰਗ ਦਾ ਸਟੋਰ ਉੱਥੇ ਮੈਂ ਬਾਹਰ ਫੂਡ ਖਾਂਦਾ ਸੀ ਮੈਂ 20 ਮਿੰਟ ਰਿਹਾ ਉੱਥੇ ਮੈਂ ਕਾਊਂਟ ਕੀਤੇ ਵੀ ਕਿੰਨੇ ਬੰਦੇ ਅੰਦਰ ਜਾਂਦੇ ਆ ਕਿੰਨੀਆਂ ਕੁੜੀਆਂ ਅੰਦਰ ਜਾਂਦੀਆਂ ਆ 20 ਮਿੰਟ ਦੇ ਵਿੱਚ 60 ਮੁੰਡੇ ਗਏ ਆ ਤੇ 40 ਕੁੜੀਆਂ ਗਈਆਂ ਆਪਣੀਆਂ ਹਾਂਜੀ ਓ ਮਾਈ ਗੋਡ ਹਾਂਜੀ ਥੈਂਕ ਯੂ ਬਾਜੀ ਥੈਂਕ ਯੂ ਜੀ ਲਓ ਜੀ ਸੁਣ ਲਈ ਹੁਣ ਤੁਸੀਂ ਗੱਲ ਇਹ ਗੱਲ ਮੈਂ ਵੀ ਘਰੇ ਕੀਤੀ ਜਵਾਕਾਂ ਦੇ ਨਾਲ ਚਲੋ ਤਾਂ ਸਕੂਲ 'ਚੋਂ ਬਾਹਰ ਹੋ ਗਏ ਮੈਂ ਕਿਹਾ ਬਈ ਇਹ ਕੀ ਆ ਉਹ ਕਹਿੰਦੇ ਵੀ ਸ਼ੋਅ ਆਫ ਆ ਉਹ ਕਹਿੰਦੇ ਵੀ ਜੇ ਕੋਈ ਤੁਸੀਂ ਅੱਜ ਦੇ ਸਮੇਂ 'ਚ ਭੰਗ ਨਹੀਂ ਪੀ ਰਿਹਾ ਤਾਂ ਉਹ ਫਿਰ ਕਿਸੇ ਪਾਸੇ ਨਹੀਂ ਹੈ ਉਹ ਸੁਸਾਇਟੀ ਦੇ ਵਿੱਚ ਫਿੱਟ ਨਹੀਂ ਹੈ ਜਾਂ ਸੇਮ ਟਿਕਟੋਕ ਆ ਜਿਹੜਾ ਉਹ ਵੀ ਵਿੱਚ ਦਿਹਾੜੀ 'ਚ 5-7 ਟਿਕਟੋਕ ਵੀਡੀਓਜ਼ ਨਹੀਂ ਪੈਂਦੀਆਂ ਕਿਸੇ ਨੌਜਵਾਨ ਮੁੰਡੇ ਅਤੇ ਕੁੜੀ ਦੀਆਂ ਉਹ ਨਹੀਂ ਫਿੱਟ ਖਾਸ ਤੌਰ 'ਤੇ ਕੁੜੀਆਂ ਉਹ ਬਹੁਤ ਜ਼ਿਆਦਾ ਇਹ ਟਿਕਟੋਕ 'ਤੇ ਕੱਪੜਾ ਲੱਤਾ ਜਿਹੜਾ ਚੇਂਜ ਸ਼ਿਫਟ ਹੋ ਗਿਆ ਆਹ ਮੈਂ ਕਰ ਲਿਆ ਮੈਂ ਉਹ ਕਰ ਲਿਆ ਮੈਂ ਇਹ ਕਰ ਲਿਆ ਅਤੇ ਬਹੁਤ ਜ਼ਿਆਦਾ ਇਹਦਾ ਪ੍ਰਕੋਪ ਹੈ ਤੁਸੀਂ ਸੁਣਿਆ ਮੁੰਡੇ ਨੂੰ ਜਿਹੜਾ ਨਾਲ ਪੜ੍ਹਦਾ ਵੀ 10 'ਚੋਂ 8 ਅਤੇ 6 ਜਾ ਕੇ ਕਿੱਥੇ ਖੜਾਂਗੇ ਕੀ ਬਣੂੰਗਾ ਇਹ ਚੀਜ਼ਾਂ ਜਦੇ ਹੋਈਆਂ ਨਾ ਵੀ ਜਦ ਆਮ ਵਿਕਣ ਲੱਗ ਗਈਆਂ ਤਾਂ ਕਹਿੰਦੇ ਚੱਕ ਦਿਉ ਹੁਣ ਫਿਰ ਹੁਣ ਤਾਂ ਜਦ ਲੀਗਲ ਹੋ ਗਈ ਉਹਨਾਂ ਨਾਲ ਗੱਲ ਕਰੋ ਉਹ ਕਹਿੰਦੇ ਲੀਗਲ ਹੋ ਗਈ ਇਹਦੇ 'ਚ ਕੋਈ ਇਸ਼ੂ ਨਹੀਂ ਹੈ ਇਹ ਠੀਕ ਹੈ ਦੋ ਹੋਰ ਕਾਲਰ ਨੇ ਜੀ ਪਲੀਜ਼ ਹੋਰ ਨਾ ਫੋਨ ਕਰਿਓ ਗੋਗੀ ਲਾਈਨ ਨੰਬਰ 2 ਬਾਈ ਜੀ ਪਤਾ ਕਰਨਾ ਸੀ ਕਿੰਗ ਜੋਰਜ ਸੀ ਨਾ 80 ਤੇ ਆਪਣਾ ਕਿੰਗ ਜੋਰਜ ਤੇ ਬਾਹਲੀ ਟ੍ਰੈਫਿਕ ਹੈ ਜੀ ਬਾਹਲੀਆਂ ਲਾਈਟਾਂ ਡੁੱਟਣ ਲਾਈਆਂ ਮਤਲਬ ਕੋਈ ਨਿੰਬੂ ਸ਼ੋਟ ਆ ਰਹੀ ਹੈ ਇਹ ਕੋਈ ਦੱਸਦੇ ਨੀ ਜੀ ਉਹੀਓ ਬਸ ਕੈਮਰੇ ਲਾ ਕੇ ਖੜੇ ਜਾਂਦੇ ਲੋਕੀ ਬੜੇ ਪਰੇਸ਼ਾਨ ਹੋ ਰਹੇ ਪਤਾ ਕਰਦੇ ਆ ਜੀ ਗੁਰਪ੍ਰੀਤ ਸਿੰਘ ਜੀ ਲਾਈਨ ਨੰਬਰ 3 ਸਤਿ ਸ੍ਰੀ ਅਕਾਲ ਬਾਜੀ ਜੀ ਸਤਿ ਸ੍ਰੀ ਅਕਾਲ ਹਾਂਜੀ ਇੱਕ ਤਾਂ ਮੈਂ ਪੁੱਛਣਾ ਚਾਹੁੰਦਾ ਜੀ ਆਪਣੇ ਲੋਕਾਂ ਨੂੰ ਜਿੱਦਾਂ ਆਪਣੇ ਭੰਗ ਦਾ ਬਹੁਤ ਵੱਡਾ ਪ੍ਰਮੋਟਰ ਬੱਤੀ ਵਾਲੇ ਆ ਰਹੇ ਆ ਨਾ ਤੇ ਉੱਥੇ ਵੀ ਵੱਧ ਚੜ ਕੇ ਜਾਣਗੇ ਕਿ ਮਾੜਾ ਮੋਟਾ ਵਿਰੋਧ ਕਰਨਗੇ ਕੌਣ ਆ ਰਹੇ ਨੇ ਜੀ ਗੁਰਦਾਸ ਮਾਨ ਨਹੀਂ ਆ ਰਹੇ ਅੱਛਾ ਉਹਨਾਂ ਦਾ ਸ਼ੋਅ ਹੋ ਰਿਹਾ ਹਾਂਜੀ ਹਾਂਜੀ ਅੱਛਾ ਮੈਂ ਐਡ ਵੀ ਦੇਖੀਆਂ ਤੇ ਉਹ ਸਭ ਤੋਂ ਵੱਡਾ ਪ੍ਰਮੋਟਰ ਹੈ ਜੇ ਤੁਸੀਂ ਹੁਣ ਉਹਦੇ ਤੇ ਪ੍ਰੋਗਰਾਮ ਕਰ ਲਓ ਨਾ ਉਹਦੀ ਸਪੋਰਟ ਦੇ ਵਿੱਚ ਬਹੁਤ ਜਣੇ ਆ ਜਾਣਗੇ ਜੀ ਮੈਨੂੰ ਲੱਗਦਾ ਅੱਧੇ ਉਹ ਵੱਧ ਆ ਜਾਣਗੇ ਇੱਕ ਦਿਨ ਚਮਕੀਲੇ ਤੇ ਚੱਲਦਾ ਸੀ ਦੁਪਹਿਰੇ ਜਿੰਨੇ ਆਪਣੇ ਮੈਂ ਕਈ ਵਾਰੀ ਅਫਸੋਸ ਹੁੰਦਾ ਹੁੰਦਾ ਵੀ ਬਜ਼ੁਰਗ ਬਹੁਤ ਆਉਂਦੇ ਆ ਨਾ ਤੇ ਚਮਕੀਲੇ ਦੇ ਇੰਨੀ ਫੇਵਰ ਦੇ ਵਿੱਚ ਫੋਨ ਆਏ ਤੇ ਮੈਂ ਹੈਰਾਨ ਸੀਗਾ ਜੀ ਦੇਖ ਕੇ ਖਾਣਾ ਪੀਣਾ ਵਧੀਆ ਹੋ ਗਿਆ ਨਾ ਜੀ ਰਾਤ ਨੂੰ ਪਊਆ ਪਰੇਡ ਦੋ ਮੁਰਗੇ ਦੀਆਂ ਟੰਗਾਂ ਟਿਕਣ ਨਹੀਂ ਨਾ ਦਿੰਦੀਆਂ ਫਿਰ ਉਹ ਜਿਹਾ ਗਾਇਕ ਫਿਰ ਉਹ ਵਧੀਆ ਲੱਗਦਾ ਉਹਨਾਂ ਨੂੰ ਉਮਰ ਦਾ ਤਾਂ ਫਿਰ ਹਿਸਾਬ ਕਿਤਾਬ ਬਾਅਦ 'ਚ ਦੇਖਾਂਗੇ ਕਹਿੰਦੇ ਅੱਜ ਦੀ ਰਾਤ ਦੀ ਤਾਂ ਗੱਲ ਕਰੀਏ ਸਿਕੰਦਰ ਸਿੰਘ ਜੀ ਆਖਰੀ ਕਾਲਰ ਹੋ ਤੁਸੀਂ ਇਸ ਵਿਸ਼ੇ ਬਾਰੇ ਪਲੀਜ਼ ਲਾਈਨ ਨੰਬਰ 1 ਜੀ ਸਤਿ ਸ੍ਰੀ ਅਕਾਲ ਗਿੱਲ ਸਾਹਿਬ ਮੇਰੇ ਨਾਲ ਨਾ ਮੁੰਡਾ ਕੰਮ ਕਰਦਾ ਸੀਗਾ ਜੀ 3 ਸਾਲ ਉਹ ਕਹਿੰਦਾ ਮੈਂ ਨਸ਼ਾ ਵੇਚਿਆ ਅੱਛਾ ਜਿਹੜੀਆਂ ਕੁੜੀਆਂ ਕਹਿੰਦਾ ਕਹਿੰਦੇ ਸਾਡੇ ਘਰ ਦੇ ਕਹਿੰਦੇ ਨੇ ਜਿੱਦਾਂ ਕੁੜੀ ਇੱਕ ਰੂਮ ਚ ਪਈ ਆ ਤਾਂ ਬਾਹਲੀ ਸਿਆਣੀਆਂ ਲੋਕਾਂ ਦੀਆਂ ਕੁੜੀਆਂ ਬਾਹਰ ਫਿਰ ਦੇਣਾ ਕਹਿੰਦਾ ਉੱਪਰੋਂ ਬਾਈ ਜੀ ਉਹ ਧਾਗਾ ਲਮਕਾ ਦਿੰਦੇ ਸੀ ਪੈਸੇ ਬੰਨ ਕੇ ਬੈਕਯਾਰਡ 'ਚ ਜਾ ਕੇ ਕਹਿੰਦਾ ਬੈਕਯਾਰਡ 'ਚ ਅਸੀਂ ਨਸ਼ਾ ਬੰਨ ਦਿੰਦੇ ਸੀਗੇ ਅਸੀਂ ਪੈਸੇ ਖੋਲ ਲੈਣੇ ਡਾਲਰ ਖੋਲ ਲੈਣੇ ਤੇ ਨਸ਼ਾ ਉਹਨਾਂ ਨੇ ਉੱਪਰ ਖਿੱਚ ਲੈਣਾ ਤੇ ਉਹਨਾਂ ਨੇ ਪੱਖੇ ਦੇ ਕੋਲੇ ਜਾ ਕੇ ਬਾਥਰੂਮ ਦੇ ਪੱਖੇ ਕੋਲੇ ਜਾ ਕੇ ਸੂਟੇ ਲਾਉਣੇ ਤੇ ਘਰਦਿਆਂ ਨੇ ਕਹਿੰਦਾ ਕੁੜੀ ਤਾਂ ਸਾਡੇ ਉੱਪਰ ਰੂਮ 'ਚ ਪਈ ਆਹ ਕੰਮ ਬਹੁਤ ਹੋਇਆ ਜੀ ਸਾਰੀ 'ਚ ਖੈਰ ਮਾਪੇ ਹੁਣ ਵਾਸ਼ਰੂਮ 'ਚ ਤਾਂ ਜਾ ਨਹੀਂ ਸਕਦੇ ਪਰ ਅਲਾਮਤਾਂ ਮਾਪਿਆਂ ਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਕਿ ਜਵਾਕ ਜਾਂ ਤੁਹਾਡਾ ਇੱਕ ਤੋਂ ਵੱਧ ਟਾਵਲ ਲੈ ਕੇ ਵਾਸ਼ਰੂਮ ਦੇ ਵਿੱਚ ਵੜਦਾ ਇੱਕ ਟਾਵਲ ਨਾਲ ਨਹਾਉਣਾ ਜੇ 4 ਟੰਗੇ ਨੇ ਉਹਨੇ ਇਹਦਾ ਮਤਲਬ ਝੀਥਾਂ ਬੰਦ ਕਰਕੇ ਅੰਦਰ ਪੀਂਦਾ ਜੇ ਉਹ ਵਿੰਡੋ ਦਾ ਰੌਲਾ ਪਾਉਂਦਾ ਵੀ ਮੇਰੇ ਵਾਸ਼ਰੂਮ 'ਚ ਵਿੰਡੋ ਜ਼ਰੂਰ ਹੋਣੀ ਚਾਹੀਦੀ ਹੈ ਅਤੇ ਜਾਂ ਸਵਾਹ ਕਿਸੇ ਦੀ ਉਹ ਚੀਜ਼ ਤੋਂ ਪਤਾ ਲੱਗ ਜੂ ਸਮੈਲ ਭੰਗਦੀ ਨਹੀਂ ਜਾਂਦੀ ਲੱਖ ਕੈਮਰੇ ਲਾ ਲੱਖ ਤੁਸੀਂ ਉਹਦੇ 'ਚ ਲਾ ਲਓ ਖੈਰ ਪ੍ਰਵੈਂਸ਼ਨ ਦੀ ਗੱਲ ਆ ਅਤੇ ਇਹ ਫੜ ਵੀ ਨਹੀਂ ਸਕਦੇ ਉਹਨਾਂ ਨੂੰ ਹੁਣ ਤੁਸੀਂ 20 ਸਾਲ ਦਾ ਜਵਾਨ ਬੱਚਾ ਉਹਨੇ ਘਰੋਂ ਬਾਹਰ ਜਾਣਾ ਬਾਹਰ ਪੀ ਕੇ ਆਜੂ ਜੇ ਘਰੇ ਨਹੀਂ ਪੀਊ ਗੱਲ ਤਾਂ ਇਹ ਆ ਬਈ ਇਹਦੇ ਜਿਹੜਾ ਜਰਨਲ 'ਚ ਛਪੀ ਆ ਕਹਾਣੀ ਜਵਾਕਾਂ ਨਾਲ ਗੱਲ ਕਰੋ ਉਹਨਾਂ ਨੂੰ ਪੜ੍ਹਾਓ ਆਹ ਵਾਲ ਸਟਰੀਟ ਜਰਨਲ ਦੇ ਵਿੱਚ ਕੈਨਵਸ ਇਜ਼ ਲਿੰਕ ਟੂ ਮੈਂਟਲ ਇਲਨੈਸ ਇਹ ਪੜ੍ਹਾਓ ਜੁਲਾਈ 6 ਨੂੰ ਇਹ ਛਪਿਆ ਵਾਲ ਸਟਰੀਟ ਜਰਨਲ ਦੇ ਵਿੱਚ ਸੁਜ਼ੈਨ ਪਿੰਕਰ ਦਾ ਅਤੇ ਇਹ ਇਹਦੇ ਲਈ ਪਲੀਜ਼ ਉਹਨਾਂ ਨਾਲ ਗੱਲ ਕਰੋ ਕਿ ਇਹ ਇਹ ਨਹੀਂ ਹੈ ਪੁੱਤੇ ਕੂਲ ਨਹੀਂ ਹੈ ਨਸ਼ਾ ਇਹ ਨਸ਼ੇ ਦਾ ਮਤਲਬ ਨਸ਼ਾ ਨਸ਼ੇ ਕਦੇ ਕੂਲ ਨਹੀਂ ਹੁੰਦੇ ਲੱਗਦਾ ਹੀ ਕੂਲ ਹੁੰਦੇ ਨੇ ਬੱਚੋ ਜਿਹੜੀ ਕੋਈ ਵੀ ਐਡਿਕਸ਼ਨ ਦੇ ਵਿੱਚੋਂ ਉਸ ਐਡਿਕਸ਼ਨ ਨੂੰ ਐਕਸੈਪਟ ਕਰੋ ਅਤੇ ਉਹਦੇ ਵਿੱਚੋਂ ਬਾਹਰ ਹੋਵੋ ਇਹ ਬਹੁਤ ਜ਼ਰੂਰ ਹੈ ਇੱਥੇ ਤੁਹਾਡੀ ਰੋਟੀ ਪਾਣੀ ਦੇ ਖਰਚੇ ਨਹੀਂ ਪੂਰੇ ਹੋਏ ਨਸ਼ਾ ਜਿਹੜੇ ਘਰ 'ਚੋਂ 500-700 ਦਾ ਮਹੀਨੇ ਦਾ ਜਾ ਰਿਹਾ ਉਹ ਐਡਲਟਸ ਦੀ ਮੈਂ ਗੱਲ ਕਰਦਾ ਉਹ ਉਹਨਾਂ ਦਾ ਉਹ ਬਹੁਤ ਔਖਾ ਘਰ 'ਚ ਉਹ ਚੋਰੀ ਜਾਣਾ
ਅਖੀਰ ਦਿਨ ਅਖੀਰ ਉਹ ਲਿੱਡ ਜਿਹੜੀ ਹੈ ਉਹ ਟਕੀ ਰਹਿਣੀ ਹੈ, ਇੱਕ ਦਿਨ ਡੱਬਾ ਭਰ ਜਾਣਾ, ਉਹ ਲੁਕਣਾ ਨਹੀਂ ਹੈ। ਹੁਣ ਮੁਸ਼ਕਲ ਇਹ ਹੈ ਬਈ ਸ਼ਰਾਬ ਨੂੰ ਇਲੀਗਲ ਨਹੀਂ ਅਸੀਂ ਕਹਿੰਦੇ, ਸ਼ਰਾਬ $300-$400 ਦੀ ਹੈ, ਸਿੰਗਲ ਮਾਲਟ ਹੈ 500 ਦੀ ਹੈ, ਉਹ ਉਹਨੂੰ ਅਸੀਂ ਖਰਚੇ 'ਚ ਵੀ ਨਹੀਂ ਗਿਣਦੇ। ਦੇਖੋ ਬਦਕਿਸਮਤੀ ਇਹ ਹੈ, $400 ਦੀ ਬੋਟਲ ਫੂਕ ਮਾਰ ਦੇਣੀ ਆ ਤਿੰਨ ਬੰਦਿਆਂ ਨੇ, ਅਤੇ ਉਹਨੂੰ ਕਦੇ ਵੀ ਅਸੀਂ ਉਹ ਪ੍ਰਾਈਡ ਦੇ ਨਾਲ ਆ ਵੀ $400 ਦੀ ਅੱਜ ਪੜਾਈ ਹੈ, ਉਹਨੂੰ ਖਰਚੇ 'ਚ ਨਹੀਂ ਅਸੀਂ ਗਿਣਦੇ। ਜਿੱਦਣ ਉਹ ਜਿਹੜੇ 6 ਵਜੇ ਜਿਨ੍ਹਾਂ ਦੇ ਕੂਹਾਂ 'ਚੋਂ ਪਾਣੀ ਆਉਣ ਲੱਗ ਜਾਂਦਾ, ਨੱਕ ਵਗਣ ਲੱਗ ਜਾਂਦਾ ਹੈ, ਅਤੇ ਪੱਗ ਭਿੱਫਣਾਂ 'ਤੇ ਆ ਜਾਂਦੀ ਹੈ, ਜਦੋਂ ਦੂਜੇ ਵੱਲ ਨੂੰ ਉਂਗਲ ਕਰਦਾ, ਉਹ ਫਲਾਣਾ ਆਹ ਪੀਂਦਾ, ਫਲਾਣਾ ਆਹ ਖਾਂਦਾ, ਫਲਾਣਾ ਇਸ ਤਰ੍ਹਾਂ ਡਿੱਗਿਆ ਪਿਆ ਸੀ, ਉਹ ਸ਼ਰਾਬ ਨੂੰ ਅਡਿਕਟ ਜਿਹੜਾ ਐਡਿਕਸ਼ਨ 'ਚ ਨਹੀਂ ਲੈ ਕੇ ਆਉਂਦੇ, ਜਿਹਨਾਂ ਨੇ ਕਦੇ ਵੀ ਨਾਗਾ ਨਹੀਂ ਪਾਇਆ, ਉਹ ਸ਼ਰਾਬ ਨੂੰ ਪ੍ਰਾਈਡ ਮੰਨਦੇ ਆ। ਠੀਕ ਹੈ, ਪਰ ਹੁਣ ਸਿਸਟਮ ਹੀ ਇਸ ਤਰ੍ਹਾਂ ਡਿਵੈਲਪ ਹੋ ਗਿਆ ਵੀ ਸ਼ਰਾਬ ਨਹੀਂ ਐਡਿਕਸ਼ਨ ਹੈ, ਬਾਕੀ ਚੀਜ਼ਾਂ ਐਡਿਕਸ਼ਨ ਨੇ। ਗੱਲ ਕਹਿੰਦੀ ਕਿੱਡੀਆਂ ਕਿੱਡੀਆਂ ਕੁਆਰੀਆਂ ਵਾਲੀ ਗੱਲ, ਗੱਲ ਉਹ ਕਰਨਗੇ ਜਿਹੜੇ 6 ਵਜੇ ਝੋ ਲੈਂਦੇ ਆ, ਲੰਘਣ ਨਹੀਂ ਦਿੰਦੇ, ਜਾਂ ਟੁੱਕ ਟੇਰ ਜਿਹਨੇ ਕਦੇ ਉੱਧਰੋਂ ਪੀਣੀਆਂ ਇੱਧਰੋਂ ਪੀਣੀਆਂ, ਫੋਨ ਕਰਕੇ ਜਿਹਨੇ ਕਿਤੇ ਜਾ ਕੇ ਜੁਗਾੜ ਬੰਨਣਾ, ਚੁਗਲੀਆਂ ਕਰਕੇ, ਜਾਂ ਉਹ ਤੁਰੇ ਫਿਰਦੇ ਆ ਬਾਹਰ, ਉਹ ਕਿਵੇਂ ਨਾ ਕਿਵੇਂ ਜੁਗਾੜ ਸੈੱਟ ਕਰਨਾ ਆਥਣ ਦਾ। ਪਰ ਉਹਨਾਂ ਨੂੰ ਜੇ ਕਹੇ ਵੀ ਇਹ ਸ਼ਰਾਬ ਜਿਹੜੀ ਹਰ ਰੋਜ਼ ਪੀਂਦੇ ਹੋ, ਕੋਈ ਵੀ ਨਾਗਾ ਨਹੀਂ ਪਾਉਂਦੇ, ਉਹ ਕਹਿੰਦੇ ਨਾ ਨਾ ਐਡਿਕਸ਼ਨ, ਥੋੜ੍ਹਾ 2-4 ਪੈੱਗ ਤਾਂ ਫਿਰ ਲਾਉਣੇ ਹੀ ਪੈਂਦੇ ਆ, ਰਾਤ ਨੂੰ ਸੌਣਾ ਵੀ ਹੈ, ਇਹਨੂੰ ਇਹ ਸੋਸਾਇਟੀ ਨੇ ਐਕਸੈਪਟ ਕਰ ਲਿਆ। ਇਸ ਤਰ੍ਹਾਂ ਹੀ ਭੰਗ ਨੂੰ ਐਕਸੈਪਟ ਕਰ ਲੈਣਾ, ਭੰਗ ਦੀਆਂ ਚੀਜ਼ਾਂ ਜਾਂ ਘਰੇ ਪਈਆਂ ਹੋਣਗੀਆਂ ਨਾ ਤੁਹਾਡੇ ਟੇਬਲ 'ਤੇ, ਤੁਹਾਨੂੰ ਅੱਜ ਤੋਂ 5-4 ਸਾਲਾਂ ਦੇਖ ਲਿਓ ਵੀ ਬਿਸਕੁਟ ਪਿਆ, ਬਰਾਉਨੀ ਪਈ ਆ, ਆਹ ਸਭ ਕੁਛ ਪਿਆ, ਇਹ ਤੁਸੀਂ ਖਾ ਸਕਦੇ ਹੋ ਜੀ, ਇਹ ਪਾਰਟ ਹੈ। ਸ਼ਰਾਬ ਬਹੁਤ ਮਾੜੀ ਮੰਨੀ ਜਾਂਦੀ ਸੀ ਅੱਜ ਤੋਂ 25 ਸਾਲ ਪਹਿਲਾਂ ਪੰਜਾਬ 'ਚ, ਸ਼ਰਾਬ ਨੌਜਵਾਨਾਂ ਨੂੰ ਲੈਣ ਨਹੀਂ ਸੀ ਭੇਜਦੇ, ਸ਼ਰਾਬ ਨੂੰ ਮਾੜਾ ਮੰਨਦੇ, ਪਰ ਐਕਸੈਪਟ ਹੋ ਗਈ ਸੋਸਾਇਟੀ ਦੇ ਵਿੱਚ। ਜਿਹੜੇ ਘਰ 'ਚ ਸ਼ਰਾਬ ਸਰਵ ਨਹੀਂ ਕੀਤੀ ਜਾਂਦੀ, ਉਹਦੇ ਬੰਦੇ ਰੋਟੀ ਨਹੀਂ ਖਾਣ ਜਾਂਦੇ ਉਹਨਾਂ ਦੇ ਘਰ, ਨਾਲ ਮੀਟ ਚਾਹੀਦਾ। ਪਰ ਇਹਦੇ ਤੋਂ ਜੇ ਬਚ ਸਕਦੇ ਹੋ ਬਚਣਾ ਚਾਹੀਦਾ, ਨਸ਼ਾ ਤਾਂ ਨਸ਼ਾ, ਔਰ ਇਹਨੂੰ ਐਕਸੈਪਟ ਕਰਨਾ ਪਊ, ਤਾਂ ਹੀ ਇਸ ਨੂੰ ਇਹਦੇ ਤੋਂ ਬਾਹਰ ਜਾ। ਮੈਟਰੋਪੋਲੀਟਨ ਜਿਹੜੇ ਵੱਡੇ ਸ਼ਹਿਰ ਨੇ, ਉਹਨਾਂ 'ਚ ਜਿਹੜੇ ਦਿਨ ਜਿਹੜੇ ਸਮੇਂ ਉਹਨਾਂ ਦੀਆਂ ਸੜਕਾਂ ਸਦਾ ਪੈਕ ਨੇ, ਗੱਡੀਆਂ ਇੰਨੀਆਂ ਸੜਕਾਂ 'ਤੇ ਆ ਰਹੀਆਂ ਨੇ, ਡਰਾਈਵਰ ਇੰਨੇ ਆ ਰਹੇ ਨੇ, ਗਿਣਤੀ ਵੱਧ ਰਹੀ ਹੈ। ਕੈਨੇਡਾ ਦੇ ਸਿਸਟਮ ਦੇ ਵਿੱਚ ਬਾਹਰਲੇ ਦੇਸ਼ 'ਚ ਕੋਈ ਵੀ ਚਲਾਉਂਦਾ ਇੰਟਰਨੈਸ਼ਨਲ ਲਾਇਸੈਂਸ, ਉੱਥੋਂ ਦਾ ਲਿਆ ਕੇ 3 ਮਹੀਨੇ ਜਾਂ 6 ਮਹੀਨੇ ਦਾ ਸਮਾਂ, ਪ੍ਰੋਵਿੰਸ ਕਿਹੜੇ 'ਚੋਂ ਤੁਸੀਂ, ਉਹਨਾਂ ਨੂੰ ਕੋਈ ਵੀ ਇਸ਼ੂ ਨਹੀਂ। ਹੁਣ ਬੈਕ ਕੰਟਰੀ ਦੇ ਵਿੱਚ ਚਲਾਉਣੀ ਗੱਡੀ ਅਤੇ ਇੱਥੇ ਚਲਾਉਣੀ ਗੱਡੀ ਦਾ ਜ਼ਮੀਨ ਅਸਮਾਨ ਦਾ ਫਰਕ ਹੈ, ਏਸ਼ੀਆ ਦੇ ਵਿੱਚ ਦੂਜੇ ਪਾਸੇ ਡਰਾਈਵਿੰਗ ਹੈ, ਪਰ ਇੱਥੇ ਦਾ ਸਿਸਟਮ ਉਹਨਾਂ ਨੂੰ ਅਲਾਓ ਕਰਦਾ। ਇਹ ਨਹੀਂ ਹੈ ਵੀ ਉਹ ਮਾੜੇ ਡਰਾਈਵਰ ਨੇ ਇਕੱਲੇ, ਇੱਥੇ ਜਿਹੜੇ ਜੰਪਲ ਨੇ ਜਾਂ ਇੱਥੋਂ ਚਿਰਾਂ ਦੇ ਆਏ ਜਿਨ੍ਹਾਂ ਨੇ ਇੱਥੇ ਹੀ ਲਾਇਸੈਂਸ ਲਿਆ, ਉਹਨਾਂ ਦਾ ਵੀ ਹੋ ਸਕਦਾ। ਡਰਾਈਵਿੰਗ ਲਾਇਸੈਂਸ ਲੈਣ ਵੇਲੇ ਸਿੱਖਿਆ ਕਿਵੇਂ ਸ਼ੋਲਡਰ ਚੈੱਕ ਕਰਨਾ, ਕੀ ਦੇਖਣਾ, ਸਟੇਅਰਿੰਗ ਜਿਹੜਾ ਵੀਲ ਹੈ ਉਹ ਕਿਸ ਤਰ੍ਹਾਂ 9-3 ਵਾਲੀ ਜਗ੍ਹਾ 'ਤੇ ਫੜਨਾ ਕਲੋਕ ਬਣਾ ਕੇ, ਅਤੇ ਫਿਰ ਲੈਣ ਤੋਂ ਬਾਅਦ ਲਾਇਸੈਂਸ ਸੱਜਾ ਹੱਥ ਕੰਸੋਲ 'ਤੇ, ਖੱਬੇ ਹੱਥ ਦੀ ਕੁੰਡੀ ਆ ਜਿਹੜੀ, ਖੱਬਾ ਹੱਥ ਨਹੀਂ ਕੁੰਡੀ, ਮਤਲਬ ਗੁੱਟ ਤੋਂ ਹੱਥ ਲਮਕਾਇਆ ਹੁੰਦਾ ਜਿਵੇਂ ਕੱਪੜੇ ਸੁੱਕਣੇ ਪਾਈ ਦੇਣ ਸਟੇਅਰਿੰਗ 'ਤੇ। ਇਸ ਤਰ੍ਹਾਂ ਆਟੋਮੇਸ਼ਨ ਦੀਆਂ ਗੱਲਾਂ ਜਿਹੜੀਆਂ ਗੱਡੀਆਂ ਦੇ ਵਿੱਚ, ਫੁੱਲੀ ਆਟੋਮਸ ਜਿਹੜੀਆਂ ਕਾਰਾਂ, ਲਾਇਸੈਂਸ ਲੈਣ ਤੋਂ ਬਾਅਦ ਚਲਾਉਣ ਦਾ ਤਰੀਕਾ ਬਦਲ ਕੇ, ਸੜਕਾਂ 'ਤੇ ਹੁੰਦੇ ਨਿੱਤ ਜਿਹੜੇ ਐਕਸੀਡੈਂਟ ਅਤੇ ਰੋਡ ਰੇਜ, ਜਿਹੜੇ ਸੜਕਾਂ ਦੇ ਝਗੜੇ ਨੇ, ਉਹ ਉਹਦੀਆਂ ਖਬਰਾਂ ਨਿੱਤ ਆ ਰਹੀਆਂ ਨੇ। ਅਮਰੀਕਾ ਵਾਲੇ ਪਾਸੇ ਤਾਂ ਸ਼ੂਟਿੰਗ ਤੱਕ, ਫਾਇਰਿੰਗ ਤੱਕ ਗੱਲ ਚੱਲਦੀ ਹੈ, ਕਿਉਂਕਿ ਵੈਪਨ ਆਮ ਨੇ, ਵੈਪਨਾਂ ਜਿਹੜੇ ਨੇ ਕੋਈ ਉਹਨਾਂ ਦੀ ਤੰਗੀ ਨਹੀਂ, ਉੱਥੇ ਤੁਸੀਂ ਰੱਖ ਸਕਦੇ ਹੋ, ਕੰਸੀਲਡ ਜਾਂ ਬਾਹਰ ਦਿਖਦਾ। ਪਰ ਹਰ ਰੋਜ਼ ਤੁਸੀਂ ਉਹੀ ਸੜਕ 'ਤੇ ਉਹੀ ਲੇਨਸ ਦੇ ਵਿੱਚ ਆਉਂਦੇ, ਫਿਰ ਵੀ ਗੱਡੀਆਂ ਦੇ ਐਕਸੀਡੈਂਟ, ਹਜ਼ਾਰਾਂ ਹੀ ਬੰਦੇ ਤੁਹਾਨੂੰ ਬੈਕਅਪ। ਹਰ ਰੋਜ਼ ਨੌਰਥ ਬਾਉਂਡ ਨੂੰ ਐਲੈਕਸ ਫਰੇਜ਼ਰ 'ਤੇ ਐਕਸੀਡੈਂਟ ਹੁੰਦਾ, ਹੁੰਦਾ ਪਤਾ ਕਿੱਥੇ ਜਾ ਕੇ, ਜਿੱਥੇ ਲੇਨਸ ਮਰਜ ਹੁੰਦੀਆਂ, ਜਾਂ ਬਿਲਕੁਲ ਪਿੱਛੇ ਮੂਹਰਲੀ ਗੱਡੀ ਦੇ ਨਾਲ ਆਪਣੀ ਗੱਡੀ ਲਾ ਕੇ ਤੁਰਨਾ, ਸਮਾਂ ਨਾ ਦੇਣਾ, ਉਹ ਜਿਹੜਾ 2 ਸੈਕਿੰਡ ਦਾ ਰੂਲ ਉਹਨੂੰ ਭੁੱਲ ਜਾਂਦੇ ਹਾਂ। ਕਿਸੇ ਵੀ ਜਗ੍ਹਾ ਦੇ ਕੋਲੋਂ ਗਿਣ ਕੇ ਕੁਛ ਵੀ 1001, 1002 ਜਾਂ ਨੂੰ ਤੁਸੀਂ ਲੰਘਣਾ ਤਾਂ ਤੁਸੀਂ 2 ਨੰਬਰ 'ਤੇ ਚਾਹੀਦੇ ਹੋ, ਪਰ ਨਾ ਅਸੀਂ ਤਾਂ ਵੱਧਦੇ ਜਾਂਦੇ ਹਾਂ।
लेन जिथे चार तो तीन होंदिया ने जां दो तो चार तीन होंदिया ने उत्थे बड़ा पंगा पै रहा। पिछे मान लो हुण नॉर्थबाउंड आ रहे हो चौथी लेन जिहड़ी बिल्कुल नोडल दे थल्लों जिहड़ी ऐड हुंदी है उहदा और सॉलिड लेन दा मतलब लाइन दा मतलब इह आ वी उहदे बाद तुसीं एंटर होना पर पुल दे थल्लों ही 100 मीटर पिछों ही गड्डी उहदे ते खब्बे बन्ने चाढ़ देनी है मतलब जिहड़े और लास्ट मिनट ते बिल्कुल लास्ट मिनट ते जिथे लेन खत्म होंदी आ उत्थे जाके मूँह फसाउणा गड्डी दा उह महसूस करना भी नहीं मसीं चलाक ते तुसीं जिहड़े पिछे तुरे फिरदे हो टोर हो तुहानूं नहीं पता थोनू ये चीज़ का नहीं पता भी गड्डी किवें चलाउणी है। सो यह एडा ज़्यादा मुश्किल हो रही है हर रोज़ दे एक्सीडेंट्स माड़ी ड्राइविंग ड्राइविंग मेरे ख्याल एक आर्ट है कला है की ड्राइविंग कला है या मजबूरी है इस विषय पर अज गल करनी है मैं थोड़ी भी किह जे ड्राइवर नाल हर रोज़ का पाला पैंदा थोड़ा हर रोज़ का पंगा पैंदा हुण मेरे को एक ट्वीट है रिचमंड पुलिस का कमाल हो गई यार बई जाना कित्थे नूं है सामने जिहड़ा मतलब पूरा ट्रेलर है पिछे ट्रांसफर है ट्रांसफर दे पिछे नाल उन्होंने पुलिस ने जिहड़ा वह पाया होया बई आ देखो रिचमंड RCMP ने डंप ट्रक ते ट्रेलर मतलब 127 किलोमीटर की स्पीड ते 50 किलोमीटर वाली जगह ते कंस्ट्रक्शन जोन च मुड़ के इंपाउंड उत्थों ही ते वो कहिंदे इन्नी स्पीड ते तीन सिटी ब्लॉक इहनू रोकण लई चाहीदे ने जे इत्थों रुकना मूहरे ट्रेलर हुण दिखाया हुक करदे सॉरी टो ट्रक लैके जा रहा 604-204-0600 ड्राइवर माड़े हो गए जां गड्डियां सड़कां ते वध गईयां। गुरमीत जौल जी हेलो जी सत्याकाल सर जी सत्याकाल सर दो तीन गल एक जो आप मान लो इंडिया तो आने आके कहते तीन महीने तुसी गड्डी चला सकते हो इंडिया दे लाइसेंस जी जदों उन्हें देता वेरीफिकेशन वास्ते फिर तुहानूं देंदे लर्नर फिर तुहानूं नाल ड्राइवर चाहिए यह सिस्टम भी चेंज करना चाहिए घट्टो घट ओनू चलाउण तो पहला नॉलेज टेस्ट जरूर होना चाहिए ताकि इत्थों दे बारे पता थोड़ा बहुत आइडिया होवे ना की है की नहीं है दूजी गल है रोड रेज की गल साहब जी इन्ना खराब है अजकल भला थोड़ी गलती हैगी है या दूजे की गलती है बिलकुल बहस नहीं करनी चाहिए चुप कर जो उस ची सुख है और तुसी तीजा सवाल पुछया बई कला है कि मजबूरी तो निकलना सर वैसे तो आर्ट ही है पर फिर भी सड़क इन्ना ट्रैफिक है इन्ना कुछ जरा जा ध्यान इधर उधर जाता है तो समझो कुछ ना कुछ होया लो पर जिन्ना केयरफुली चलाओगे कैदे कानून मान के उन्ना ही वधिया है सर। जौल साहब थैंक यू एक फोन वालों बेनती करने फोन का एक दिन अलग शो करना वीरवार को देखा भी फोन पट्टा च रख के किमें काम करता हैरी संधु जी तुसी एयर ते हो हैलो जी हाँ जी एक्चुअली गलत है हर बंदा गल सब घरों लेट तुरदा जी हर बंदा 5-7 मिनट घरों लेट करता ड्राइविंग तेज करके अपना टाइम कवर करके और अपने लाइन लग गई वॉलमार्ट तक पिछे तक ही ਜਿਹੜੀ ਲੈਫਟ ਲਾਈਨ ਵਾਲੇ ਬੰਦੇ ਆ ਉਹ ਲੈਫਟ ਲਾਈਨ ਚ ਕਾਰ ਰੱਖ ਕੇ ਮੂਹਰੇ ਲਿਜਾ ਕੇ ਰਾਈਟ ਚ ਪਾਈ ਜਾਂਦੇ ਪਿਛਲੇ ਬੰਦੇ ਦੇ ਟਰਨ ਕਰਨ ਦੀ ਵਾਰੀ ਨਹੀਂ ਆਉਂਦੀ ਨਹੀਂ ਆਉਂਦੀ ਜਿਹੜਾ ਕਹਿੰਦਾ ਮੈਂ ਵੱਧ ਚੌਸੇ ਆ ਉਹ ਉਲਟ ਪਾਸੇ ਦੀ ਜਾ ਕੇ ਮੂਹਰੇ ਜਾਂਦਾ ਏ ਹਾਂ ਉਹਨੂੰ ਇਹ ਆ ਵੀ ਆਖਰੀ ਤੱਕ ਮੈਂ ਜਾਣਾ ਮੈਨੂੰ ਹੀ ਪਤਾ ਹੈ ਹੋਰ ਨਹੀਂ ਕਿਸੇ ਨੂੰ ਪਤਾ ਮੈਨੂੰ ਪਤਾ ਵੀ ਅੱਗਿਓਂ ਕਿਵੇਂ ਪਾਉਣੀ ਹੈ ਗੁਰਜੀਤ ਢਿੱਲੋਂ ਜੀ ਲਾਈਨ ਨੰਬਰ 3 ਸਤਿ ਸ਼੍ਰੀ ਅਕਾਲ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ ਜੀ ਮੈਂ ਐਰਪੋਰਟ ਰਹਿਣਾ ਤੇ ਮੇਰੇ ਗਵਾਂਢ ਦੋ ਤਿੰਨ ਮੁੰਡੇ ਆਏ ਆ ਪਾਇਲਟ ਦਾ ਕੋਰਸ ਕਰਦੇ ਆ ਐਸੋਡ ਉੱਥੇ ਉਹ ਅੱਛਾ मनवीर गरेवाल जी लाइन नंबर 4 सत्या सत श्रीकाल हां जी मैं परसों चौथे का इंसीडेंट होया मेरा वेस्ट ऑक्स मॉल दे विच
ਮੈਂ ਇਧਰੋਂ ਜਦੋਂ ਸਾਊਥ ਫਰੇਜ਼ਰ ਤੋਂ ਆਪਾਂ ਮਾਲ ਚ ਵੜਦੇ ਹਾਂ ਤੁਹਾਨੂੰ ਸਿੱਧਾ ਹੈਗਾ ਯੀਲਡ ਤੇ ਦੂਜਿਆਂ ਨੂੰ ਯੀਲਡ ਦਾ ਸਾਈਨ ਆ ਵੀ ਤੁਸੀਂ ਰੋਕ ਕੇ ਲੰਘਣ ਦੇਣਾ ਹਨਾ ਮੈਂ ਲੰਘਣ ਲੱਗਿਆ ਆਪਣੀ ਬੀਬੀ ਨਾਲ ਮੇਰੇ ਮੇ ਬੀ ਉਹਦੀ ਡਾਟਰ ਹੋ ਗਈ ਹਨਾ ਮੈਂ ਹੱਥ ਮਾਰਦਾ ਉਹਨਾਂ ਨੇ ਹਾਰਨ ਮਾਰਤਾ ਮੈਨੂੰ ਵੀ ਮੈਂ ਲੰਘ ਗਿਆ ਕਿਉਂਕਿ ਮੈਨੂੰ ਤਾਂ ਲੰਘਣ ਦਾ ਸੀਗਾ ਉਹਨਾਂ ਨੇ ਰੁਕਣਾ ਸੀ ਮੈਂ ਹੱਥ ਮਾਰਦਾ ਆ ਗਿਆ ਵੀ ਯੀਲਡ ਦਾ ਸਾਈਨ ਆ ਵੀ ਇੰਨੀ ਗੱਲ ਮੇਰੇ ਦੱਸਣ ਦੀ ਉਹ ਗੱਲ ਆ ਮੈਂ ਕੋਈ ਕੋਈ ਰੂਡਲੀ ਨੀ ਦੱਸਿਆ ਉਹਨੇ ਉਂਗਲ ਚੱਕਦੀ ਮਿਲ ਲਾ ਨਾ ਉਹਦੀ ਕੁੜੀ ਬੈਠੀ ਆ ਮੈਂ ਕਿਹਾ ਵੀ ਲਿਟਰਲੀ ਤੁਸੀਂ ਦੇਖੋ ਪ੍ਰੈਜ਼ੀਡੈਂਟ ਸੈੱਟ ਕਰ ਰਹੇ ਸੀ ਆਪਣੇ ਜਵਾਕਾਂ ਲਈ ਵੀ ਅੱਗੇ ਤੋਂ ਐਂ ਕਰਨਾ ਮੈਂ ਹੈਰਾਨ ਰਹਿ ਗਿਆ ਮੈਂ ਮੁੜ ਕੇ ਕੁਛ ਨੀ ਚਲੋ ਸਮਾਇਲ ਜੀ ਦਿੱਤੀ ਮੈਂ ਕਹਾਂ ਮੈਂ ਕਿਹਾ ਵੀ ਲੈਟ ਗੋ ਹੈ ਨਾ ਕੀ ਕਰ ਸਕਦੇ ਹਾਂ ਵੀ ਹੁਣ ਇਹ ਰੋਡ ਰੇਜ ਵੀ ਮਤਲਬ ਇੰਨਾ ਕੀ ਹੈ ਪਰ ਤੁਸੀਂ ਮਾਲ ਦੇ ਵਿੱਚ ਘੁੰਮ ਰਹੇ ਹੋ ਨਾ ਤੁਹਾਨੂੰ ਕਾਹਲੀ ਲੱਗਦੀ ਹੈ ਮੇਰੇ ਹਿਸਾਬ ਨਾਲ ਜਦ ਤੁਸੀਂ ਘੁੰਮੇ ਰਹੇ ਹੋ ਹਨਾ ਕਮਾਲ ਹੋ ਗਈ ਬਈ ਵੀ ਨਾਲ ਬੱਚੀ ਬੈਠੀ ਨਾਲ ਬੱਚੀ ਬੈਠੀ ਉਹਦੀ ਮੈਂ ਮੈਂ ਆਪ ਮੈਨੂੰ ਮੈਨੂੰ ਆਪ ਨੂੰ ਸ਼ਰਮ ਆ ਗਈ ਵੀ ਦੇਖੋ ਵੀ ਚਲੋ ਕੋਈ ਗੋਰੀ ਕਰਦਾ ਨਹੀਂ ਉਹ ਆਪਾਂ ਫਿਰ ਵੀ ਥੋੜਾ ਜਿਹਾ ਆਪਣਾ ਇੱਕ ਡਿਫਰੈਂਸ ਹੁੰਦਾ ਹਨਾ ਹਾਂ ਉਹਨਾਂ ਦੇ ਕਲਚਰ ਚ ਨਾਰਮਲ ਆ ਇਹ ਹਾਂ ਹਾਂ ਨਾਰਮਲ ਆ ਇਹ ਆਪਣੇ ਮੈਨੂੰ ਮੈਂ ਬੜਾ ਸ਼ੌਕਡ ਹੋ ਗਿਆ ਮੈਂ ਕਿਹਾ ਵੀ ਵੀ ਕੋਈ ਤਾਂ ਬਹਿਸ ਕਰਨ ਦਾ ਵੀ ਰੌਲਾ ਨਹੀਂ ਹੈਗਾ ਵੀ ਚੁੱਪ ਕਰਕੇ ਨਿਕਲ ਜਾਓ ਤਾਂ ਚੰਗਾ ਨਾ ਬਹਿ ਬਹਿ ਕੇ ਸੇਮ ਵੇ ਨਾ ਆਪਣੇ ਘਰ ਦੇ ਸਟਾਪ ਸਾਈਨ ਦੇ ਕੋਲ ਹੋਇਆ ਸੀ ਇੰਸੀਡੈਂਟ ਜੀ ਸਟਾਪ ਸਾਈਨ ਪੈਂਦਾ ਸੀ ਮੁੰਡਾ ਡਿਲੀਵਰੀਆਂ ਕਰਦਾ ਸੀ ਐਮਾਜ਼ੋਨ ਦੀਆਂ ਮਤਲਬ ਗੱਡੀ ਮੈਂ ਲੈਫਟ ਕਰਨ ਨੂੰ ਟਰਾਈ ਕਰ ਮੇਰੇ ਸੱਜੇ ਪਾਸੇ ਗੱਡੀ ਆ ਰਹੀ ਸੀ ਤਾਂ ਮੈਨੂੰ ਦੇਖ ਰਹੀ ਸੀ ਸਾਹਮਣੇ ਉਹ ਗੱਡੀ ਆ ਰਹੀ ਸੀ ਉਹਨਾਂ ਨੇ ਸਿੱਧੇ ਨਿਕਲਣਾ ਸੀ ਮੈਂ ਉਹ ਗੱਡੀ ਦੀ ਵੇਟ ਕਰ ਰਿਹਾ ਸੀ ਲੈਫਟ ਮੁੜਨ ਲਈ ਮੈਂ ਉਧਰੋਂ ਦੇਖਿਆ ਗੱਡੀ ਰੁਕਣੀ ਮੈਂ ਹਾਰਨ ਮਾਰਿਆ ਮਤਲਬ ਗੱਡੀ ਉਹਨੇ ਵਿਚਾਰੇ ਨੇ ਬ੍ਰੇਕ ਵੀ ਮਾਰਤੀ ਮੈਂ ਹੱਥ ਮਾਰਿਆ ਬ੍ਰੇਕ ਮਾਰਤੀ ਗੱਡੀ ਇਧਰੋਂ ਆਈ ਸਟਾਪ ਸਾਈਨ ਤੇ ਵੀ ਰੁਕੀ 80-90 ਦੀ ਸਪੀਡ ਤੇ ਹੋਊ ਸਟਾਪ ਸਾਈਨ 80-90 ਤੇ ਕ੍ਰੋਸ ਕਰਕੇ ਯਾਨੀ ਟੀ ਬੋਨ ਕਰਕੇ ਨਾਲ ਹੀ ਘੜੀਸ ਕੇ ਲੈ ਗਈ 100-150 ਮੀਟਰ ਪੈਰਾਂ ਤੋਂ ਚੱਕਤੀ ਤੇ ਮੈਂ ਮੁੰਡੇ ਨੂੰ ਜਾ ਕੇ ਦੇਖਿਆ ਪਹਿਲਾਂ ਜਿਹੜੀ ਜਿਹਦੀ ਗੱਡੀ ਟੀਵ ਨੂੰ ਹੋਈ ਹੈ ਮੈਂ ਉਦੋਂ ਪਹਿਲਾਂ ਟਾਕੀ ਖੋਲੀ ਤੇ ਬੰਦਾ ਕੱਢੇ ਅੰਦਰੋਂ ਹਨਾ ਕਿਉਂਕਿ ਅੰਦਰ ਹੋ ਜਾਂਦੀ ਆ ਟਾਕੀ ਜ਼ੋਰ ਨਾਲ ਖੋਲਦੀ ਆ ਉਹ ਦੂਜੇ ਮੁੰਡੇ ਜਿਹੜੇ ਨੇ ਐਮਾਜ਼ੋਨ ਵਾਲਾ ਸੀ ਉਹਦਾ ਲਾਇਸੈਂਸ ਮੈਂ ਕਿਹਾ ਵੀ ਲਾਇਸੈਂਸ ਦੇ ਦੇ ਬਈ ਮੈਂ ਤਾਂ ਹੁਣ ਮੇਨ ਵਿਟਨੈਸ ਆ ਨਾ ਕਿਉਂਕਿ ਉਹ ਆ ਤੇ ਪਾਣੀ ਪੂਣੀ ਪੁੱਛਿਆ ਚਲੋ ਜਾਂ ਲਾਇਸੈਂਸ ਦੇਖਿਆ ਇੰਡੀਅਨ ਜੀ ਓਹੋ ਹੁਣ ਮੈਂ ਕਿਹਾ ਵੀ ਵੀ ਭਰਾਵਾ ਵੀ ਹੁਣ ਮੈਨੂੰ ਨੀ ਪਤਾ ਵੀ ਤੇਰੇ ਨਾਲ ਕੀ ਸਿਨੈਰੀਓ ਹੋਣਾ ਗਲਤੀ ਵੀ ਤੇਰੀ ਆ ਮੈਂ ਕਹੂੰਗਾ ਵੀ ਕਿਉਂਕਿ ਬਜ਼ੁਰਗ ਆਪਣਾ ਬਜ਼ੁਰਗ ਸੀ ਉਹਦੇ ਨੱਕ ਨੁੱਕ ਚ ਖੂਨ ਆਵੇ ਬੁਰਾ ਹਾਲ ਹੈ ਨਾ ਉਹ ਵਿਚਾਰਾ ਬਜ਼ੁਰਗ ਵੀ ਦੇਖੋ ਵਿਜ਼ਟਰ ਵੀਜ਼ੇ ਤੇ ਉਹ ਕਹੇ ਉਹ ਜਾਵੇ ਉਹ ਕਹਿੰਦਾ ਮੈਂ ਐਂਬੂਲੈਂਸ ਨੀ ਬੈਠਣਾ ਮੈਂ ਕਿਹਾ ਤੁਹਾਡਾ ਤੁਸੀਂ ਟੇਕ ਕੇਅਰ ਕਰਨਗੇ ਤੁਸੀਂ ਪਹਿਲਾਂ ਉਹ ਤਾਂ ਜਦੋਂ ਨੱਕ ਚੋਂ ਖੂਨ ਆ ਰਿਹਾ ਵੀ ਕੀ ਪਤਾ ਕਿੱਥੇ ਇੰਜਰੀ ਹੋਈ ਹੋਈ ਆ ਨਾ ਦੇਖ ਕਿੱਡੀ ਕਿੱਡੀ ਵੱਡੀ ਕਮਜ਼ੋਰੀ ਆ ਉਹ ਕਹਿੰਦਾ ਵਿਜ਼ਟ ਵੀਜ਼ੇ ਤੇ ਮੈਂ ਡਾਕਟਰ ਦੇ ਦੇਣ ਜਾਣਾ ਦੇਖੋ ਵੀ ਹੋਰ ਬਈ ਕਿੱਡਾ ਬੜਾ ਇੰਸੀਡੈਂਟ ਮੈਂ ਆਪਣੇ ਅੱਖੀ ਦੇਖੀ ਹੋਈ ਗੱਲ ਆ ਜੀ ਕੋਈ ਥਰਡ ਪਾਰਟੀ ਤੋਂ ਸੁਣੀ ਹੋਈ ਨਹੀਂ ਥੈਂਕ ਯੂ ਮਨਵੀਰ ਸਰਦਾਰ ਹਰਵਿੰਦਰ ਸਿੰਘ ਜੀ ਲਾਈਨ ਨੰਬਰ 5 ਸਤਿ ਸ਼੍ਰੀ ਅਕਾਲ ਸਾਹਿਬ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਇੱਦਾਂ ਹੀ ਤੁਹਾਡੇ ਨਾਲ ਗੱਲ ਕਰਦੇ ਆ ਨਾ ਇੱਦਾਂ ਲੱਗਦਾ ਵੀ ਬਿਲਕੁਲ ਬਾਈ ਦੇ ਸਾਹਮਣੇ ਬਹਿ ਕੇ ਗੱਲਾਂ ਆਪਣੇ ਵਿਚਾਰ ਆਪਾਂ ਕਰਦੇ ਆ ਕਿਸੇ ਹੋਰ ਹੋਸਟ ਜੀ ਅਸੀਂ ਦੇਖੀ ਨੀ ਗੱਲ ਕਈ ਵਾਰ ਤੁਹਾਡੇ ਵਿਚਾਰਾਂ ਨਾਲ ਸਾਡਾ ਨਹੀਂ ਮਤਭੇਦ ਹੋ ਸਕਦਾ ਹੋਸਟ ਦਾ ਕੰਮ ਵੀ ਇਹੀ ਆ ਵੀ ਠੀਕ ਹੈ ਪਰ ਗੱਲ ਦਾ ਨਜ਼ਾਰਾ ਬਹੁਤ ਆਉਂਦਾ ਧੰਨਵਾਦ ਤੁਸੀਂ ਗੱਲ ਪੁੱਛੀ ਆ ਵੀ ਇਹ ਸਕਿੱਲ ਆ ਆਰਟ ਆ ਇਹ ਸੀਗੀ ਕਿਸੇ ਟਾਈਮ ਚ ਅੱਜ ਦੀ ਟਾਈਮ ਚ ਮੈਂ ਤਾਂ ਇਹਨੂੰ ਕਹੂੰਗਾ ਵੀ ਜ਼ਿੰਮੇਵਾਰੀ ਆ ਤੁਹਾਡੀ ਜਦੋਂ ਤੁਸੀਂ ਡਰਾਈਵਿੰਗ ਸੀਟ ਤੇ ਬਹਿ ਗਏ ਇਸ ਕੰਟਰੀ ਦਾ ਮੈਨੂੰ ਨੀ ਪਤਾ ਵੀ ਕਿਹੜੇ ਪਾਸੇ ਨੂੰ ਇਹ ਤੋਰਨ ਲੱਗੀ ਆ ਡਾਕਟਰ ਜੇ ਇੰਡੀਆ ਤੋਂ ਡਾਕਟਰ ਨੂੰ ਬੁਲਾ ਲਓ ਕਹੋਗੇ ਤੂੰ ਡਾਕਟਰ ਨੀ ਹੈਗਾ ਇੱਥੇ ਪੜ੍ਹ ਲਾ ਜੇ ਇੰਜੀਨੀਅਰ ਆ ਤੂੰ ਡਾਕਟਰ ਤੂੰ ਇੰਜੀਨੀਅਰ ਨੀ ਹੈਗਾ ਇੰਜੀਨੀਅਰਿੰਗ ਕਰ ਲਾ ਪਰ ਜਿਹੜਾ ਗੱਡੀ ਉਹਦੇ ਕੋਲੇ ਉੱਥੇ ਇੰਡੀਆ ਹੋਵੇ ਭਾਵੇਂ ਨਾ ਹੋਵੇ ਉਹ ਇੰਡੀਆ ਇੱਥੇ ਗੱਡੀ ਚਲਾ ਕੇ ਬੰਦੇ ਮਾਰਦਾ ਵਾ ਇਹ ਜ਼ਿੰਮੇਵਾਰੀ ਆ ਦੇਖੋ ਸਰਕਾਰ ਨੇ ਕਾਨੂੰਨ ਬਣਾ ਤੇ ਇਹਨੂੰ ਤੁਸੀਂ ਮੰਨੋ ਤੁਸੀਂ 2-4 ਲੈਸਨ ਲਓ ਗੱਡੀ ਦੇ ਡਰਾਈਵਿੰਗ ਦੇ ਟੈਸਟ ਦਿਓ ਮੁੜ ਕੇ ਤੁਹਾਡੀ ਇੰਸ਼ੋਰੈਂਸ ਵੀ ਸਸਤੀ ਗੱਡੀ ਡਰਾਈਵਿੰਗ ਜਦੋਂ ਤੁਸੀਂ ਸਟੇਰਿੰਗ ਤੇ ਇਹ ਕੰਟਰੀਆਂ ਚ ਵੈਸਟਰਨ ਕੰਟਰੀਆਂ ਚ ਆਉਂਦੇ ਆ ਨਾ ਤੁਸੀਂ ਪੇਸ਼ੈਂਸ ਰੱਖੋ ਮੁਢਲੇ ਵਾਲੇ ਨੂੰ ਕਹਿਣ ਦੇ ਭਾਈ ਤੂੰ ਲੰਘ ਜਾ ਪਹਿਲਾਂ ਕੋਈ ਗੱਲ ਨੀ ਰਾਈਟ ਆਫ ਵੇ ਹਰੇਕ ਨੂੰ ਹੀ ਦੇਣਾ ਪੈਣਾ ਫਿਰ ਤੁਸੀਂ ਆਰਾਮ ਨਾਲ ਤੁਰ ਸਕਦੇ ਆ ਆਪਣੇ ਪੇਸ਼ੈਂਸ ਨੀ ਆ ਜਿਹੜੇ ਹੁਣ ਡਰਾਈਵਿੰਗ ਆ ਨਾ ਜੀ ਹੁਣ ਪੇਸ਼ੈਂਸ ਨੀ ਆ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਊਂਗਾ 128 ਤੇ ਜਦੋਂ ਆਪਾਂ ਗ੍ਰੈਂਡ ਤਾਜ ਨੂੰ ਕ੍ਰੋਸ ਕਰਦੇ ਆ ਪਾਇਲ ਬੀਨਸ ਸੈਂਟਰ ਨੂੰ ਉੱਥੇ ਲਾਈਨ ਅਪ ਹੁੰਦਾ ਆਪਾਂ ਨੂੰ ਪਤਾ ਆ ਗੱਬੇ ਵਾਲੀ ਲੇਨ ਚ ਜਾਂਦੇ ਆਪਣੇ ਸ਼ਹਿਰ ਦਾ ਮਾਡਲ ਟਾਊਨ ਆ ਉਹ ਹੁਣ ਜਿਹੜੀ ਗੱਬੇ ਵਾਲੀ ਲਾਈਨ ਆ ਨਾ ਰਾਈਟ ਲੈਫਟ ਕਰਨ ਨੂੰ ਉਹਦੇ ਚ ਪਾ ਕੇ ਗੱਡੀਆਂ ਮੁੰਡੇ ਬਲਦੇ ਆ ਨਾ ਬਾਈ ਲਓ ਰੱਬ ਦਾ ਨਾਮ ਉੱਥੇ ਬਹੁਤ ਡਰ ਲੱਗਦਾ ਮੈਂ ਡੈਸ਼ ਕੈਮ ਉਹ ਇੰਟਰਸੈਕਸ਼ਨ ਕਰਕੇ ਲਵਾਇਆ ਡੈਸ਼ ਕੈਮ $150 ਖਰਚਿਆ ਆ ਪਰ ਬਈ ਉਹ ਨੀ ਮੰਨਦੇ ਤੁਸੀਂ ਪੁਲਿਸ ਨੂੰ ਫੋਨ ਕਰ ਲਓ ਤੁਹਾਡਾ 1.5 ਘੰਟਾ ਖਰਾਬ ਆ ਤੂੰ ਕਿੱਥੋਂ ਦੇਖਿਆ ਕਦੋਂ ਜੰਮਿਆ ਤੂੰ ਰਾਹੂ ਚ ਜੰਮਿਆ ਕੇਤੂ ਚ ਜੰਮਿਆ ਕਰੇ ਕੀ ਹੋਏ ਪੁੱਛੀ ਜਾਵੇ ਥੈਂਕ ਯੂ ਰੱਬ ਹੀ ਰੱਖਾ ਜੀ ਕੈਨੇਡਾ ਦਾ ਥੈਂਕ ਯੂ ਅਰਵਿੰਦਰ ਪਰ ਹੁਣ ਥਾਣੇਦਾਰ ਇੱਕ ਨਵਾਂ ਆਇਆ 13 ਤਰੀਕ ਤੋਂ ਖਿਆਲ ਰੱਖਿਓ ਨਿਊਟਨ ਦੇ ਵਿੱਚ ਜਿਹੜੇ ਆ ਜਿਹੜੇ ਨਾ ਬਿਨਾਂ ਹੈਲਮਟਾਂ ਤੋਂ 3-3 ਸਕੂਟਰਾਂ 'ਤੇ ਚੜ੍ਹੇ ਫਿਰਦੇ ਨੇ ਅਤੇ ਗਬਲੀ ਲੇਨ 'ਚ ਜਾ ਕੇ ਮਸਟੈਂਗਾਂ ਮੂਹਰੇ
ਬਸ ਵਧੀਆ ਜੀ। ਪਿਛਲੇ ਕਾਲਰ ਨਾਲ ਸੌਫੀ ਜੀ ਸਹਿਮਤ ਆਈ, ਇੰਪੇਸ਼ੀਅੰਸ ਪਹਿਲੀ ਗੱਲ, ਰੋਡ ਰੇਜ ਦਾ ਦੂਸਰਾ ਕਾਰਨ ਜਿਹੜਾ ਹੈਗਾ ਮੈਨੂੰ ਨੀ ਪਤਾ, ਇੱਥੋਂ ਡਰਾਈਵਿੰਗ ਆਪਾਂ ਕਲਕੱਤੇ ਵਿੱਚ ਲਾਈਆਂ ਗੱਡੀਆਂ ਬਿਲਕੁਲ, ਤੇ ਲੈਫਟ ਲੇਨ ਜਿਹੜੀ ਹੁੰਦੀ ਆ ਉਹ ਪਾਸਿੰਗ ਲੇਨ ਹੁੰਦੀ ਆ, ਤੇ ਇੱਥੇ ਤਾਂ ਜਿਹੜੇ ਇੰਸਟ੍ਰਕਟਰ ਆ ਡਰਾਈਵਿੰਗ ਸਕੂਲ ਵਾਲੇ ਉਹ ਵੀ ਲੈਫਟ ਲੇਨ ਚ ਚੜ੍ਹਦੇ ਹੀ ਲੈ ਲੈਂਦੇ ਨੇ, ਕੋਈ ਦੱਸਦਾ ਨੀ ਵੀ ਭਾਈ ਰਾਈਟ ਚ ਜਾਓ ਲੈਫਟ ਲੇਨ ਪਾਸਿੰਗ ਲੇਨ ਹੁੰਦੀ ਆ। ਤੇ ਦੂਸਰੀ ਰਹਿੰਦੀ ਖੂੰਹਦੀ ਕਸਰ ਜਿਹੜੀ ਆ ਸਿਟੀ ਨੇ ਪੂਰੀ ਕੀਤੀ ਹੋਈ ਆ, ਜਿਹੜੇ ਜਿਹੜੇ ਲਾਈਫ ਲਾਈਨ ਸੀ 72 ਕਿੰਗ ਜੋਰਜ 88 100 ਫੁੱਟ ਤੇ ਤਾਂ ਜੀ ਇਹ ਲਾਈਟਾਂ ਲਾਈ ਜਾਂਦੇ ਨੇ, ਕੋਈ ਪਲੈਨਿੰਗ ਨੀ, ਪੈਡੈਸਟ੍ਰੀਅਨ ਕ੍ਰੋਸ ਵਾਕ ਕਰਦੇ ਨੇ, ਉਹ ਲੋਕ ਇੰਪੇਸ਼ੈਂਟ ਹੋਣ ਦਾ ਇਹੀ ਕਾਰਨ ਹੈ ਜੀ। ਇਹਦੇ ਵੈਸਟੀਕੁਲ ਉੱਪਰ ਓਵਰਹੈਡ ਕ੍ਰੋਸਿੰਗ ਹੋਣੀ ਚਾਹੀਦੀ ਸੀ ਪੈਡੈਸਟ੍ਰੀਅਨ ਦੀ, ਟੱਪ ਜੋ ਤੁਸੀਂ ਉੱਪਰੋਂ ਕਿੱਡਾ ਕੁ ਪੁਲ ਬਣਾਉਣਾ, ਹਾਂ ਉੱਥੇ ਲੋਕਾਂ ਨੇ ਕਿੰਨਾ ਕੁ ਬਣਾਉਣਾ, ਲੰਘਣਾ ਹੀ ਆ। ਹਾਂਜੀ ਗੱਲ ਉਹੀ ਹੈ ਜੀ, ਛੋਟੇ ਛੋਟੇ ਨਾਲ ਪੰਜ ਪੰਜ ਬੰਦਿਆਂ ਦੇ ਚੜ੍ਹਨ ਲਈ ਉੱਪਰ ਦੀ ਨਿਕਲ ਜਾਂਦੇ ਬੰਦੇ, ਤੇ ਥੱਲੇ ਲਾਈਟ ਲਾਉਣ ਦੀ ਕੀ ਲੋੜ ਸੀ, ਉਹ ਹਰ ਜਗ੍ਹਾ ਬਲੌਕ ਹੋਈ ਜਾਂਦਾ, ਲੋਕ ਇੰਪੇਸ਼ੈਂਟ ਹੋ ਜਾਂਦੇ ਨੇ। ਬਾਕੀ ਪਹਿਲਾਂ ਕੋਈ ਕਾਲਰ ਦੱਸ ਕੇ ਸੀ ਲਾਸਟ ਮੂਮੈਂਟ ਤੇ ਲੋਕ ਘਰੋਂ ਨਿਕਲਦੇ ਆ, ਉਹ ਇੱਕ ਮੇਨ ਕਾਰਨ ਆ। ਬਟ ਲੈਫਟ ਲੇਨ ਚ ਚਲਾਉਣਾ ਆਈ ਥਿੰਕ ਵਿਚ ਇਜ਼ ਵਨ ਆਫ ਦਾ, ਆਪਾਂ ਅਲਬਰਟਾ ਜਾਈਏ ਟਿਕਟ ਮਿਲਦੀ ਜੀ, ਤੁਹਾਨੂੰ ਪਤਾ ਹੀ ਆ ਲੈਫਟ ਲੇਨ ਚਲਾ ਨਹੀਂ ਸਕਦੇ ਤੁਸੀਂ, ਨਹੀਂ ਚਲਾ ਸਕਦੇ, ਇੱਥੇ ਸਾਰੇ ਲੈਫਟ ਚਲਾਉਂਦੇ। ਥੈਂਕ ਯੂ ਸੋ ਮਚ, ਥੈਂਕ ਯੂ ਵੀਰ ਜੀ। ਅਮਰਜੀਤ ਸੰਧੂ ਜੀ ਤੁਹਾਡੀ ਵਾਰੀ, ਲਾਈਨ ਨੰਬਰ 1। ਸਰਦਾਰ ਹਰਜੀਤ ਸਿੰਘ ਜੀ ਸਤਿ ਸ੍ਰੀ ਅਕਾਲ। ਸਰਦਾਰ ਸਾਹਿਬ ਸਤਿ ਸ੍ਰੀ ਅਕਾਲ। ਦੇਖੋ ਸਾਰੇ ਵੀਰਾਂ ਨੇ ਸਭ ਕੁਛ ਦੱਸ ਦਿੱਤਾ, ਦੇਖੋ ਮੈਂ ਕਵਾਂਗਾ ਵੀ ਜਿਹੜੀ ਡਰਾਈਵਿੰਗ ਹੈਗੀ ਹੈ ਨਾ, ਤੁਸੀਂ ਜਿਸ ਤਰ੍ਹਾਂ ਕਲਾ ਆਖਿਆ, ਇੱਕ ਕਾਫੀ ਸਾਲਾਂ ਦੀ ਗੱਲ ਹੈਗੀ ਆ, ਕੋਈ ਵਿਅਕਤੀ ਐਡਮਿੰਟੋ ਰਿਸ਼ਤੇਦਾਰ ਸੀ, ਐਡਮਿੰਟੋ ਤੋਂ ਆਇਆ ਜੀ, ਉਹਨਾਂ ਨਾਲ ਬੈਠਣ ਨੂੰ ਮੌਕਾ ਮਿਲਿਆ, ਉਹਨਾਂ ਨੇ ਡਰਾਈਵਿੰਗ ਏਦਾਂ ਦੀ ਕੀਤੀ ਵੀ ਤੁਸੀਂ ਵਿੱਚ ਬੈਠੇ ਵਧੋ ਵਧੀ ਨੀਂਦ ਆਉਂਦੀ ਸੀ ਵੀ ਜਿੱਥੇ ਵੀ ਰੋਕਣੀ ਬ੍ਰੇਕ ਦਾ ਪਤਾ ਲੱਗ। ਦੂਜੀ ਦੇਖੋ ਰੋਡਾਂ ਭਾਵੇਂ ਕੁਛ ਵੀ ਹੈਗੇ ਆ, ਸਰੀ ਛੋੜ ਬੈਨਕੋਰ ਛੋੜ ਕਿਤੇ ਵੀ ਹੋਣ, ਕੋਈ ਤੁਹਾਡੀਆਂ ਆਪਣੀਆਂ ਖੁਦ ਦੀਆਂ ਡਿਊਟੀਆਂ ਵੀ ਬਣਦੀਆਂ ਨੇ। ਹੁਣ ਦੇਖੋ ਨਾ ਜਿੱਥੋਂ ਮਰਜ਼ੀ ਯੂ ਟਰਨ ਮਾਰ ਦਿਓ, ਜਿੱਥੋਂ ਮਰਜ਼ੀ ਯੂ ਟਰਨ ਮਾਰੀ ਜਾਂਦੇ ਨੇ। ਅੱਛਾ ਦੂਜੀ ਗੱਲ ਆ, ਮੇਰੇ ਫਾਦਰ ਸਾਹਿਬ ਹਮੇਸ਼ਾ ਕਹਿੰਦੇ ਹੁੰਦੇ ਸੀ ਵੀ ਤੁਸੀਂ ਜਾਣਾ ਵਾ, ਤੁਹਾਨੂੰ ਬੱਸ ਨੇ ਗੱਡੀ ਨੇ ਕਿਸੇ ਨੇ ਉਹਨੇ ਤੁਹਾਡੀ ਵੇਟ ਨੀ ਕਰਨੀ। ਅੱਜ ਤੇ ਮੂੰਹ ਧੋਂਦੇ ਉਦੋਂ ਦਾ ਭੱਜ ਪੈਂਦੇ ਆ। ਤੋ ਕਹਿਣ ਦਾ ਭਾਵ ਆ ਵੀ ਟਾਈਮ ਖੁੱਲਾ ਲੈ ਕੇ ਤੁਸੀਂ ਚੱਲੋ ਤੇ ਆਰਾਮ ਨਾਲ ਡਰਾਈਵਿੰਗ ਕਰੋ, ਉਹੀ ਡਰਾਈਵਿੰਗ ਆ, ਨਹੀਂ ਤੇ ਤੁਸੀਂ ਧੱਕਾਸ਼ਾਹੀ ਕਰਦੇ ਹੋ। ਟਿਕਟਾਂ ਮਿਲਦੀਆਂ ਨੇ, ਜਿਹੜੇ ਹੁਣ ਨਵੇਂ ਬੱਚੇ ਵੀਰਾਂ ਨੇ ਗੱਲਾਂ ਕਰ ਵੀ ਦਿੱਤੀ ਹੈਗੀ ਆ ਵੀ ਜਿਸ ਤਰ੍ਹਾਂ ਲਾਇਸੈਂਸ ਉੱਦਾਂ ਹੀ ਦੇ ਜਾਂਦੇ ਨੇ, ਪਰ ਤੁਹਾਡੀਆਂ ਖੁਦ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ। ਡਰਾਈਵਿੰਗ ਸਮੂਥ ਕਰੋ, ਵਧੀਆ ਕਰੋ, ਪਤਾ ਲੱਗੇ। ਹੁਣ ਮੈਂ 20 ਸਾਲ ਹੋ ਗਏ ਟਿਕਟ ਨਹੀਂ ਲਈ, ਰੋਜ਼ ਇਹਨਾਂ ਨਾਲ ਰੋਡ ਤੇ। ਬਿਲਕੁਲ ਠੀਕ, ਧਿਆਨ ਨਾਲ ਚਲਾਓ, ਤੁਹਾਡੀਆਂ ਜ਼ਿੰਮੇਵਾਰੀਆਂ ਨੇ, ਆਪ ਵੀ ਬਚੋ ਤੇ ਦੂਜੇ ਨੂੰ ਬਚਾਓ ਜੀ। ਥੈਂਕ ਯੂ। ਥੈਂਕ ਯੂ ਬਾਈ ਜੀ। ਸੁਖਦੇਵ ਸਿੰਘ ਵਿਰਕ ਜੀ, ਲਾਈਨ ਨੰਬਰ 2। ਗੱਲ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਈ ਜੀ। ਹਾਂਜੀ ਵੀਰੇ, ਇੱਥੇ ਤੇ ਖੈਰ ਇਹਦੇ ਚ ਹੀ ਆਪਣਾ ਆਪ ਵਿਚਾਰ ਰੱਖੋ ਬਸ। ਇਹ ਨਾ ਹੁਣ ਨਿੱਕੀ ਦੀ ਗੱਲ ਦੱਸਦਾ, ਇੱਥੇ ਕਿੰਨੀ ਮੰਡੀਰ ਹੈ ਜਿਹੜੀ ਸ਼ੀਸ਼ੇ ਕਾਲੇ ਕਰਕੇ ਡਰਾਈਵਰ ਪੈਸੇਂਜਰ ਵਾਲੇ ਸੀਟੇ ਬਾਈਲਾ ਵਾਲੇ ਕੋਈ ਚੈੱਕ ਨੀ ਕਰਦਾ, ਕੋਈ ਪੁਲਿਸ ਵਾਲਾ ਚੈੱਕ ਨੀ ਕਰਦਾ, ਅੱਧੇ ਪਚੱਧੇ ਲੰਮੇ ਪਏ ਹੁੰਦੇ ਨਿਆਣੇ ਗੱਡੀ ਚਲਾਉਂਦੇ ਜਦੋਂ। ਹਾਂ ਇੱਕ ਆ ਬੜੀ ਆਦਤ ਆ, ਸੀਟ ਕਿੱਥੇ ਸਿੱਟੀ ਹੁੰਦੀ ਆ, ਫਿਰ ਕੁੰਡੀ ਪਾਉਂਦੇ ਆ ਖੱਬੇ ਹੱਥ ਦੀ ਸਟੀਅਰਿੰਗ ਤੇ। ਹਾਂ ਪਤਾ ਨੀ ਲੱਗਦਾ ਦਿਸਦਾ ਕੀ ਉਹਨਾਂ ਤੇ ਚਲਾਉਂਦੇ ਕਿਵੇਂ, ਤੇ ਇੱਕ ਜਿਹੜੇ ਸ਼ੀਸ਼ਿਆਂ ਵਾਲੇ ਨੇ ਇਹਨਾਂ ਦਾ ਤਾਂ ਕੋਈ ਹੈ ਹੀ ਨੀ ਬਈ, ਕਾਨੂੰਨ ਹੈ ਕੋਈ? ਸਾਰੇ ਆਮ ਜਿੰਨੇ ਨਿਆਣੇ ਆ ਉਹ ਸਾਰੇ ਕਾਲੇ ਸ਼ੀਸ਼ੇ ਕਰਾ ਕੇ ਫਿਰਦੇ ਆ, ਪੈਸੇਂਜਰ ਸੀਟ ਡਰਾਈਵਰ ਸੀਟ ਵਾਲਾ, ਉਹਨਾਂ ਨੂੰ ਪੁੱਛਦੇ ਨੀ ਕੋਈ। ਬਾਕੀ ਇਹਨਾਂ ਦਾ ICBC ਵਾਲਿਆਂ ਦਾ ਵੀ ਸਰਿਆ ਪਿਆ, ਜਿਹੜੀ ਕੱਲ ਪਰਸੋਂ ਹੈਪਨ ਹੋਈ ਹੈ, ਦੋ ਦਿਨ ਪਹਿਲਾਂ ਵੀਰੇ, ਗਰਾਜ ਦੇ ਅੱਗੇ ਸਾਹਮਣੇ ਬੈਠੇ ਤਿੰਨ ਬਜ਼ੁਰਗਾਂ, ਉਹਨਾਂ ਦੇ ਵਿੱਚ ਲਿਆ ਕੇ ਉਹਨਾਂ ਦੀ ਗੱਡੀ ਖੜੀ ਡਰਾਈਵੇ ਤੇ, ਡਰਾਈਵੇ ਦੇ ਵਿੱਚ ਗੱਡੀ ਦੇ ਵਿੱਚ ਮਾਰਿਆ, ਤਿੰਨ ਵਡੇਰੇ ਇੱਕ ਭੈਣ ਜੀ ਤੇ ਦੋ ਭੈਣ ਜੀ ਤੇ ਇੱਕ ਭਾਅ ਜੀ ਬੈਠੇ ਉੱਥੇ, ਤੇ ਉਹਨਾਂ ਦੀਆਂ ਲਵੋ ਲਵਾਣ, ਨਾ ਥਰੂ ਰੋਡ ਕੁਛ ਵੀ ਨਹੀਂ ਹੈ, ਜਾਂ ਤੇ ਥਰੂ ਰੋਡ ਤਾਂ ਵੀ ਹੈ ਵੀ ਇੱਧਰ ਉੱਧਰ ਵੇਂਦਾ ਸੀ ਕੁਛ ਲੱਗ ਗਈ, ਉਹ ਤੇ ਉਹਨਾਂ ਦਾ ਡਰਾਈਵੇ ਸੀ, ਡਰਾਈਵੇ ਦੇ ਵਿੱਚ ਮਾਰੀ ਤੇ ICBC ਵਾਲੇ ਨੇ ਟਿਕਟ ਦੇ ਕੇ ਹੋ ਗਿਆ। ਚੱਕੋ, ਥੈਂਕ ਯੂ। ਲਖਵਿੰਦਰ ਗਿੱਲ ਜੀ, ਲਾਈਨ ਨੰਬਰ 3। ਸਤਿ ਸ੍ਰੀ ਅਕਾਲ ਬਾਈ ਜੀ। ਜੀ ਸਤਿ ਸ੍ਰੀ ਅਕਾਲ ਗਿੱਲ ਸਾਹਿਬ। ਬਾਈ ਮੈਂ ਗੱਲ ਦੱਸਣੀ ਸੀ, ਮੇਰੇ ਨਾਲ ਮੁੰਡਾ ਕੰਮ ਕਰਦਾ, ਕੱਲ ਉਹਨੇ ਵਾਈਟ ਰੌਕ ਗੱਡੀ ਪਾਰਕ ਕੀਤੀ ਤੇ ਜਦੋਂ ਵਾਪਸੀ ਆ ਕੇ ਕਾਰ ਚ ਬਹਿਣ ਲੱਗੇ ਤੇ ਉਹਦੇ ਨਾਲ ਦੇ ਮੁੰਡੇ ਦਾ ਮਾੜਾ ਜਿਹਾ ਹੱਥ ਕਿਹੜੀ ਆਪਣਾ ਵੱਜ ਜਾਂਦਾ ਤੇ ਉਹ ਕਿਸੇ ਦੀ ਕਾਰ ਚ ਵੱਜਿਆ, ਬੰਦਾ ਵਿੱਚ ਹੀ ਬੈਠਾ ਸੀ, ਕਹਿੰਦਾ ਦੈਟਸ ਓਕੇ ਵੀ ਗਾਂਹ ਨੂੰ ਧਿਆਨ ਰੱਖਿਓ। ਅੱਜ ਡੇਢ ਘੰਟਾ ICBC ਵਾਲਿਆਂ ਦਾ ਉਹਨੂੰ ਫੋਨ ਆਇਆ ਰਿਹਾ ਮੁੰਡੇ ਨੂੰ, ਉਹਦੀ ਉਹਦੀ ਇੰਸ਼ੋਰੈਂਸ ਪਲੇਟ ਤੋਂ ਉਹਦੇ ਦੱਸ ਪਈ ਜਾਂ ਕੁਛ ਵੀ ਆ, ਕਹਿੰਦਾ ਮੇਰੀ ਇਹਨਾਂ ਨੇ ਕਾਰ ਹਿੱਟ ਕੀਤੀ। ਚਲੋ ਜੀ, ਲਾ ਲਓ ਹਿਸਾਬ, ਤੁਸੀਂ ਇਹੋ ਜਿਹੇ ਹਾਲਾਤ ਬਣੇ ਹੋਏ ਆ। ਮੈਂ ਇੰਡੀਆ ਚ ਟੈਕਸੀ ਚਲਾਉਂਦਾ ਸੀਗਾ ਤੇ ਮੰਨ ਲਓ ਸਵਾਰੀਆਂ ਮੰਨ ਲਓ ਵਧੀਆ ਮੰਨ ਲਓ ਐਕਸਪੀਰੀਅੰਸ ਰਹਿੰਦਾ ਸੀ, ਲੋਕੀ ਪ੍ਰੈਫਰ ਕਰਦੇ ਸੀ ਵੀ ਇਹਨੂੰ ਹੀ ਗੱਲ ਜਾਣ। ਹਾਂਜੀ ਇਹੀ ਆ, ਸਾਡੇ ਮੇਰੇ ਫਰੈਂਡ ਦੀ ਭੈਣ ਦਿੱਲੀ ਵਿਆਹੀ ਗਈ ਪਿੰਡ ਤੋਂ ਤੇ
ਉਹਦੀ ਮਾਤਾ ਨੇ ਜਾਣਾ ਸੀ ਜਦੋਂ ਪਹਿਲੀ ਵਾਰੀ ਮਿਲਣ ਲੋ ਕਹਿੰਦਾ ਮੈਂ ਉਹ ਕਹਿੰਦੀ ਮੈਂ ਕਾਰ ਚ ਜਾ ਨੀ ਸਕਦੀ ਮੈਨੂੰ ਤੇਲ ਚੜਦਾ ਮੈਨੂੰ ਤਾਂ ਉਲਟੀਆਂ ਲੱਗ ਜਾਣਗੀਆਂ ਜਾਂ ਮੇਰਾ ਬੁਰਾ ਹਾਲ ਹੋ ਜੀ ਮੈਂ ਬੜਾ ਲੰਮਾ ਸਫ਼ਰ ਆ ਤੇ ਉਹਨੂੰ ਮੇਰੇ ਨਾਲ ਬੈਠੀ ਕਹਿੰਦੀ ਪਹਿਲੀ ਵਾਰੀ ਐਂ ਹੋਇਆ ਦਿੱਲੀ ਗਈ ਤੇ ਵਾਪਸ ਆਈ ਤੇ ਮੈਨੂੰ ਕੋਈ ਵੀ ਪ੍ਰੋਬਲਮ ਨੀ ਆਈ ਗੱਲ ਕਿ ਜਦੋਂ ਆਪਾਂ ਸਮੂਥ ਗੇਅਰ ਸ਼ਿਫਟਿੰਗ ਕਰਦੇ ਹਾਂ ਦੂਰੋਂ ਦੇਖ ਕੇ ਲਾਈਟਾਂ ਨੂੰ ਦੇਖ ਕੇ ਬ੍ਰੇਕ ਆਪਾਂ ਹੌਲੀ ਹੌਲੀ ਮਾਰਨੇ ਸ਼ੁਰੂ ਕਰ ਦਿੰਦੇ ਹਾਂ ਤਾਂ ਸਵਾਰੀਆਂ ਨੂੰ ਵੀ ਉਹਦੇ ਚ ਤਕਲੀਫ਼ ਨੀ ਹੁੰਦੀ ਕੋਈ ਜਦੋਂ ਆਪਾਂ ਯਕਦਮ ਗੱਡੀ ਦਵਲਣੀ ਯਕਦਮ ਰੋਕਣੀ ਤੇ ਉਹਨਾਂ ਨੇ ਤਾਂ ਛਾਲੀਆਂ ਮਾਰਨੀਆਂ ਜੀ ਬਿਲਕੁਲ ਥੈਂਕ ਯੂ ਅਮਰੀਕ ਸਿੰਘ ਜੀ ਲਾਈਨ ਨੰਬਰ 4 ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਭਾਈ ਟੈਕਸੀ ਵੀ ਚਲਾਈ ਆ ਤੇ ਹੁਣ ਲੋਕਲ ਟਰੱਕ ਚਲਾਉਂਦੇ ਹਾਂ ਤੇ ਸਵੇਰ ਨੂੰ ਤਾਂ ਸ਼ੌਂਕੀਏ ਤੌਰ ਤੇ ਸਟਾਰਟ ਕਰੀ ਦੀ ਆ ਕੰਮ ਤੇ ਬੜਾ ਸ਼ੌਂਕ ਹੁੰਦਾ ਜੀ ਭਾਈ ਸਟਾਰਟ ਕਰੀਏ ਚਲਾ ਕੇ ਕੰਮ ਹਨਾ ਤੇ ਸ਼ਾਮ ਨੂੰ ਜਦੋਂ ਇੱਧਰ ਸਰੀ ਪਾਰਲੀਮੈਂਟ ਸੈਂਟਰ ਦੇ ਕੋਲ ਆਈਦਾ ਤੇ ਜੀ ਮਨ ਮਦਾਨ ਵਾਲਾ ਕੰਮ ਹੋਇਆ ਜੀ ਹੁੰਦਾ ਜੀ ਜਿੱਦਾਂ ਤੀਜੀ ਵਰਲਡ ਵਾਰ ਨੀ ਹੁੰਦੀ ਜੀ ਉਹ ਹੁੰਦੀ ਹੈ ਜੀ ਮੈਂ ਦੱਸਦਾ ਸਾਹਮਣੇ ਇੱਕ ਜੈਂਟਲਮੈਨ ਗ੍ਰੇ ਪਿਕਅਪ ਟਰੱਕ ਜੀ ਮੈਨੂੰ ਨੀ ਪਤਾ ਸੀ ਉਹਨਾਂ ਦੀ ਡਾਟਰ ਵੀ ਨਾਲ ਬੈਠੀ ਹੈ ਮੈਂ ਸਪੇਸ ਛੱਡੀ ਉਹ ਸੀਗੀ ਜੀ ਉਹ ਰਾਈਟ ਲੈਨ ਚੋਂ ਆਏ ਮੈਨੂੰ ਪੂਰੇ ਟਰੱਕ ਦੀ ਸਪੇਸ ਨੀ ਸੀਗੀ ਮੈਂ ਕਿਹਾ ਪੈਡੈਸਟ੍ਰੀਅਨ ਬਾਕਸ ਕਾਹਨੂੰ ਬਲੋਕ ਕਰਨਾ ਹੈ ਤੇ ਮੈਂ ਛੱਡੀ ਹੋਈ ਸੀਗੀ ਜੀ ਉਹਨੇ ਜਿੰਨੀ ਕੁ ਸਪੇਸ ਸੀਗੀ ਅੱਧੇ ਟਰੱਕ ਦੀ ਉਹਨੇ ਉੱਥੇ ਲਿਆ ਕੇ ਖੜੇ ਕਰਤੇ ਹਨਾ ਤੇ ਮੈਂ ਦੇਖਾਂ ਜੀ ਮੈਂ ਉਹਨੂੰ ਮਾਰੇ ਫੋਨ ਕੀਤਾ ਵੀ ਬਾਈ ਮੇਰਾ ਸਪੇਸ ਬਣਿਆ ਸੀਗਾ ਵੀ ਮੈਨੂੰ ਲੰਘ ਲਾ ਮਿਲ ਤਾਂ ਅੱਧਾ ਘੰਟਾ ਹੋ ਗਿਆ ਖੜੇ ਨੂੰ ਉਹਨੇ ਮੈਨੂੰ ਨਾ ਬੜੇ ਚਲਾਕੀ ਨਾਲ ਆਪਣੀ ਵਿੰਡੋ ਖੋਲ ਕੇ ਇਧਰਲੀ ਮਿਡਲ ਫਿੰਗਰ ਦਿਖਾਈ ਉਂਗਲ ਅੱਧਾ ਪੰਜਾਬੀ ਬਹੁਤ ਦਿਖਾਉਂਦੇ ਨੇ ਬਹੁਤ ਦਿਖਾਉਂਦੇ ਨਾਲ ਡਾਕਟਰ ਬੈਠੀ ਸੀਗੀ ਫਿਰ ਮੈਂ ਦੋਨੇ ਦਿਖਾਤੀਆਂ ਜੀ ਬੈਠੇ ਨੇ ਪਰ ਜਦੋਂ ਉਹਨੂੰ ਟਰਨ ਲਈ ਮੈਨੂੰ ਮੈਨੂੰ ਉਹਦੀ ਡਾਕਟਰ ਦਾ ਫੇਸ ਦਿੱਤਾ ਜੀ ਪਰ ਮੈਨੂੰ ਆਪਣੇ ਆਪ ਨੂੰ ਬਹੁਤ ਗਿਲਟੀ ਫੀਲ ਹੋਇਆ ਕਿ ਮੈਂ ਇਹਨੂੰ ਏਦਾਂ ਕਰਨਾ ਹੀ ਚਾਹੀਦਾ ਇੱਕ ਗੱਲ ਹੋਰ ਕਰਨੀ ਜੀ ਜਿਹੜੇ ਨਾ ਆਪਣੇ ਸ਼ੌਂਕ ਪਗਾਉਣ ਲਈ ਵੱਡੇ ਪਿੱਕੇ ਲੇਡੀਜ਼ ਨੂੰ ਲੈ ਜਾਂਦੇ ਮੈਂ ਕੋਸਟਕੋ ਚ ਇੱਕ ਦਿਨ ਪਾਰਕਿੰਗ ਲਾਉਣ ਦੇ ਲੇਡੀ ਨੂੰ ਦੋ ਗੱਡੀਆਂ ਛਿਲਦੀਆਂ ਦੇਖੀਆਂ ਨਾ ਉਹਨਾਂ ਨੂੰ ਆਪਣੀ ਵਾਈਫ ਨੂੰ ਨਾਲ ਲੈ ਕੇ ਜਾਇਆ ਕਿ ਉਹਨੂੰ ਪੁੱਛਿਆ ਕਰੋ ਕਿਹੜੀ ਗੱਡੀ ਚਲਾਉਣ ਚ ਤੂੰ ਕੰਫਰਟ ਆ ਤੈਨੂੰ ਉਹ ਲੈ ਕੇ ਦਈਏ ਕਿਉਂਕਿ ਆਪ ਤਾਂ ਕੋਈ ਸੰਡੇ ਚਲਾਉਣੀ ਹੁੰਦੀ ਆ 4-5 ਸੌ ਦੀ ਵੈਨ ਤੁਸੀਂ 6 ਦਿਨ ਚਲਾਉਣੀ ਆ ਕੰਮ ਤੇ ਤੇ ਪਿੱਕਾ ਲਿਆ ਉਹ ਜਿਹੜਾ ਤੁਸੀਂ ਸੰਡੇ ਚਲਾਉਣਾ ਹੈ ਮੰਨ ਲਓ ਰਿਸ਼ਤੇਦਾਰੀ ਤੇ ਰੋਹ ਬਣੇ ਪਰ ਆਪਣੀ ਵਾਈਫ ਨੂੰ ਪੁੱਛਿਆ ਕਰੋ ਤੁਸੀਂ ਕਿਹੜੀ ਚੀਜ਼ ਚ ਕੰਫਰਟ ਆ ਕਿਹੜੀ ਗੱਡੀ ਤੁਹਾਨੂੰ ਵਧੀਆ ਲੱਗਦੀ ਹੈ ਪਾਰਕਿੰਗ ਲਾਉਣੀ ਆਸਾਨੀ ਨਾਲ ਆ ਉਹ ਲੈ ਕੇ ਦਿਆ ਕਰੋ ਐਵੇਂ ਨਾ ਆਪਣੇ ਪਿੱਕੇ ਮਤਲਬ ਲੇਡੀਜ਼ ਨੂੰ ਫੜਾ ਦੇਗਾ ਵਿਚਾਰੀ ਕਹਿੰਦਾ ਨੈਕ ਇੱਧਰ ਨੂੰ ਕਦੇ ਕਰੇ ਉੱਧਰ ਮੈਂ ਦੇਖ ਤਾਂ ਲਿਆ ਉਹ ਮੇਰੇ ਮੋਢੇ ਇਹ ਆਪਦੇ ਭਾਜੀ ਦੱਸਦੇ ਹੋ ਨਾ ਭਾਈ ਮੈਂ ਕਿਹਾ ਦੋ ਗੱਡੀਆਂ ਚੱਲੀਆਂ ਮੈਂ ਕਿਹਾ ਦੱਸਣਾ ਮੈਨੂੰ ਨੀ ਪਤਾ ਮੇਰੀ ਕਿਹੜਾ ਭੂਆ ਦੀਆਂ ਗੱਡੀਆਂ ਛਿਲਤੀਆਂ ਹੁਣ ਲੋਕਲ ਵਾਲੀ ਗੱਲ ਹੋਣੀ ਆ ਵੀ ਜਿਹੜਾ ਚੜ ਗਿਆ ਜਿਹੜਾ ਰਹਿ ਗਿਆ ਜਸਕਰਨ ਜੀ ਲਾਈਨ ਨੰਬਰ 5 ਸਤਿ ਸ੍ਰੀ ਅਕਾਲ ਭਾਈ ਜੀ ਤਮਾਸ਼ਾ ਤਾਂ ਦੇਖਣ ਵਾਲਾ ਹੁੰਦਾ ਸਰੀ ਦੇ ਵਿੱਚ ਤਾਂ ਹੁਣ ਹੋਣਾ ਬਾਕੀ ਰੋਡ ਤੇ ਵੀ ਜੋ ਕੁਛ ਹੁੰਦਾ ਜਿੱਦਾਂ ਤੁਸੀਂ ਕਹਿੰਦੇ ਨੇ ਜਿਹੜਾ 91 ਹੈ ਨਾ ਇਹ ਸਦਾ ਬਲੋਕ ਰਹਿੰਦਾ ਇਲੈਕਟ੍ਰੀ ਵਾਈਜ਼ ਬਲੋਕ ਹੀ ਰਹਿੰਦਾ ਦੋਨਾਂ ਪਾਸਿਆਂ ਨੂੰ ਤੇ ਜਿਹੜਾ ਉਂਗਲ ਵਾਲਾ ਰਿਵਾਜ ਇਹ ਸਾਡੇ ਬਹੁਤ ਹੋ ਗਿਆ ਹੁਣ ਪਤਾ ਨੀ ਕੀ ਚੱਕਰ ਆ ਗਲਤੀ ਕਰਕੇ ਫਿਰ ਅਗਲੇ ਨੂੰ ਉਂਗਲ ਕੱਢ ਕੇ ਦਿਖਾ ਦਿੰਦੇ ਬਾਈ ਹੁਣ ਟਰੱਕ ਚਲਾਉਂਦੇ ਆ ਆਪਾਂ ਨੂੰ ਪਤਾ ਵੀ ਕਿਸੇ ਦਾ ਡਰਾਈਵ ਹੋਵੇ ਰੋਡ ਤੇ ਵੀ ਇਹ ਵੀ ਬਲੋਕ ਨੀ ਕਰਨਾ ਹੈਗਾ ਸਿਰਫ ਮੌਲ ਨੂੰ ਵੀ ਜਾਂਦਾ ਤੇ ਅਗਲੇ ਸ਼ੋਪ ਨੂੰ ਜਾਂਦਾ ਛੱਡਣੀ ਹੈਗਾ ਉਹ ਮੋਹਰੇ ਹੋਣਗੇ ਜੇ ਹਾਰਨ ਮਾਰਦੇ ਬਾਈ ਫਿਰ ਉਂਗਲ ਕੱਢਦੇ ਆ ਉਂਗਲ ਕੱਢ ਕੇ ਫਿਰ ਦਿਖਾਲਦੇ ਆ ਵੀ ਸਾਨੂੰ ਪਤਾ ਮੈਂ ਕਿਹਾ ਪਤਾ ਨੀ ਉਂਗਲ ਦੁਖਦੀ ਆ ਸਾਨੂੰ ਕੀ ਚੱਕਰ ਆ ਵੈਸਟਰਾਈਜ਼ ਹੋ ਗਈ ਹੋਰ ਗੱਲ ਕਰਨੀ ਸੀਗੀ ਤੁਹਾਡੇ ਨਾਲ ਜਿਹੜੀ ਕਾਲੇ ਸ਼ੀਸ਼ੇ ਵਾਲੀ ਇਹ ਜ਼ਰੂਰ ਪ੍ਰੀਖ ਨਾਲ ਗੱਲ ਕਰਿਓ ਵੀ ਹੁਣ ਡਰਾਈਵਿੰਗ ਆਪਣੇ ਜਿਹੜੇ ਵਿੰਡੋ ਵਾਲੇ ਉਹ ਵੀ ਇੰਨੇ ਕੁ ਕਾਲੇ ਸ਼ੀਸ਼ੇ ਆ ਉਹ ਪਤਾ ਹੀ ਨੀ ਲੱਗਦਾ ਵੀ ਬੰਦਾ ਇਹ ਹੋ ਜਾਣਾ ਕੰਮ ਇਹ ਹੋ ਜਾਣਾ ਜੀ ਹੋ ਜਾਣਾ ਕੰਮ ਇਹ ਤਿਆਰੀ 'ਚ ਹੈ ਪ੍ਰਦੀਪ ਜੀ ਲਾਈਨ ਨੰਬਰ 6 ਹੈਲੋ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਮੈਨੂੰ ਇੱਥੇ ਰਹਿੰਦੇ ਨੂੰ ਹੋ ਗਏ 17-18 ਸਾਲ ਅੱਛਾ ਜੀ ਮੈਂ ਲਾਇਸੈਂਸ ਲਿੱਤਾ ਮੇਰੇ ਕੋਲ ਵੀ ਇੰਡੀਆ ਲਾਇਸੈਂਸ ਸੀ ਉਹਨਾਂ ਨੇ ਮੇਰਾ ਲਾਇਸੈਂਸ ਨਾ ਅਪਰੂਵ ਵੀ ਦਿੱਤਾ ਮੈਨੂੰ ਕਹਿੰਦੇ ਤੇਰਾ ਲਾਇਸੈਂਸ ਨਹੀਂ ਅਪਰੂਵ ਕਰਦੇ ਤੂੰ ਮਤਲਬ ਕਿ ਮੈਨੂੰ ਐਲ ਤੋਂ ਲੈਣਾ ਪਿਆ ਐਲ ਐਲ ਐਸ ਟੀ ਫਿਰ ਐਨ ਐਲ ਐਸ ਟੀ ਸਾਰਿਆਂ ਨੇ ਇਸ ਤਰ੍ਹਾਂ ਹੀ ਕੀਤਾ ਜੀ ਸਾਰਿਆਂ ਨੇ ਇਸ ਤਰ੍ਹਾਂ ਹੀ ਕੀਤਾ ਅੱਜ ਦੀ ਡੇਟ ਦੇ ਵਿੱਚ ਮੈਂ ਹੁਣ ਉਬਰ ਚਲਾਉਂਦਾ ਹੈਗਾ ਪਾਰਟ ਟਾਈਮ ਮੈਂ ਦੇਖਿਆ ਹੈਗਾ ਵੀ ਉਬਰ ਦੇ ਵਿੱਚ 20-20 ਸਾਲ ਦੇ ਜਵਾਕ ਉਬਰ ਟਿਕਟ ਚਲਾਉਣੀ ਨਹੀਂ ਆਉਂਦੀ ਉਹਨਾਂ ਗੱਡੀ ICVC ਨੇ ਆਪਣਾ ਪੱਲਾ ਝਾੜਤਾ ਜੇ ਕੋਈ ਇਸ ਨੂੰ ਮਾਰ ਦੂ ਮਰ ਜੂ ਜਿਹੜਾ ਕੁਛ ਹੈ ਨੀ ਗਾ ਇੰਜਰੀ ਕਲੇਮ ਕਰ ਨੀ ਸਕਦਾ ਬੰਦਾ ਰਾਈਟ ਸੋ ਇਸ ਕਰਕੇ ਮੈਨੂੰ ਲੱਗਦਾ ਹੈਗਾ ICVC ਨੇ ਹੁਣ ਮਤਲਬ ਕਿ ਜੋ ਹੁੰਦਾ ਹੋ ਜਾਂਦਾ ਉਹ ਡੇਢ ਲਾਈਸੈਂਸ ਖੜਾ ਬਿਲਕੁਲ ਜੀ ਹਾਕਮ ਸਿੰਘ ਹਾਂਸ ਜੀ ਲਾਈਨ ਨੰਬਰ 1 ਬਾਈ ਜੀ ਟਾਈਮ ਥੋੜਾ ਰਹਿ ਗਿਆ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਨੂੰ ਵਟਸਐਪ ਤੇ ਪਿਕਚਰ ਭੇਜੀ ਹੈ ਇੱਕ ਭੱਦਰ ਪੁਰਸ਼ਾਂ ਨੂੰ ਤੁਸੀਂ ਜਾਣਦੇ ਹੋ ਕੋਈ ਨਾ ਕਹਿੰਦੇ ਆ ਉਹਨਾਂ ਨੂੰ ਸੁਨੇਹਾ ਦਿੰਦੇ ਆ ਦਾੜੀ ਕੇਸ ਜਿਨ੍ਹਾਂ ਦੇ ਰੱਖੇ ਨੇ ਦੋ ਬੰਦੇ ਨੀ ਬਹਿੰਦੇ ਮੋਟਰਸਾਈਕਲਾਂ ਤੇ ਖਿਆਲ ਰੱਖੋ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਚੰਗਾ ਨੀ ਲੱਗਦਾ
ਗੁਰਜੀਤ ਸਿੰਘ ਗਿੱਲ ਜੀ ਲਾਈਨ ਨੰਬਰ 2 ਸਤਿ ਸ਼੍ਰੀ ਅਕਾਲ ਬਾਈ ਜੀ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਮੈਂ ਨਾ ਹੁਣੇ ਮੂਵ ਹੈ ਇੱਥੇ ਸਕਾਟ ਰੋਡ ਤੇ 90 ਦੇ ਤੇ ਅਪਾਰਟਮੈਂਟ ਲਈ ਆ ਅਸੀਂ ਨਾ ਸ਼ਾਮ ਨੂੰ 9 ਵਜੇ ਬੈਠੇ ਸੀ ਤਾਂ ਉੱਪਰ ਮੈਂ ਤੇ ਮੇਰੀ ਵਾਈਫ ਤੇ ਕੱਲ ਦੀ ਗੱਲ ਆ ਸ਼ਾਮ ਦੀ 9 ਵਜੇ ਦੀ ਤੇ ਗੱਡੀ ਓਪਨ ਆ ਸਿੱਧੂ ਮੂਸੇ ਵਾਲੇ ਦੇ ਗਾਣੇ ਲਾਏ ਹੋਏ ਉਹਨੇ ਬਾਈ ਜੇ ਉਹ ਗੱਡੀ ਤੇ ਲਾਈਟ ਗ੍ਰੀਨ ਹੋਈ ਉਹਨੇ ਗੱਡੀ ਕੱਢੀ ਚੱਲ ਕੇ ਚੀਕਾਂ ਕਢਾ ਦੀਆਂ ਗੱਡੀ ਦੀਆਂ ਤੇ 2 ਸਕਿੰਟ ਦੇ ਵਿੱਚ ਹੀ 90 ਤੋਂ 99 ਤੇ ਪਹੁੰਚ ਗਈ ਗੱਡੀ ਬਸ ਐਵੇਂ ਹੀ ਆ ਹੁਣ ਤਾਂ ਰੱਬ ਹੀ ਰੱਖਾ ਗੁਰਿੰਦਰ ਸਿੰਘ ਜੀ ਲਾਈਨ ਨੰਬਰ 3 ਸਤਿ ਸ਼੍ਰੀ ਅਕਾਲ ਗੱਲ ਸਾਹਿਬ ਜੀ ਸਤਿ ਸ਼੍ਰੀ ਅਕਾਲ ਹਾਂਜੀ ਇੱਕ ਤਾਂ ਜਿਹੜਾ ਆਪਣੇ ਫ੍ਰੀ ਜਿਹੜਾ ਹੈਗਾ ਨੌਲੇਜ ਜਿਹੜੇ ਬੰਦੇ ਕੋਲ ਇੰਟਰਨੈਸ਼ਨਲ ਲਾਇਸੈਂਸ ਆ ਜਿਵੇਂ ICBC ਦਾ ਹੈਗਾ ਉਹ ਤੇ ਜਾ ਕੇ ਕਰ ਲੈਣ ਪ੍ਰੈਕਟਿਸ ਰਾਈ ਪੰਜਾਬੀ ਚ ਵੀ ਹੈਗਾ ਉਹ ਗੂਗਲ ਕਰਕੇ ਤੇ ਦੂਜੀ ਗੱਲ ਜਿਹੜੇ ਕਾਲੇ ਸ਼ੀਸ਼ੇ ਕੀਤੇ ਕਰੀ ਫਿਰਦੇ ਇਹਨਾਂ ਦਾ ਵੀ ਕੁਛ ਕਰੋ ਇਹ ਤਾਂ ਹੋ ਜਾਣਾ ਜੀ ਪੁਲਿਸ ਕਰੈਕ ਡਾਊਨ ਕਰੇਗੀ 13 ਤੋਂ ਬਾਅਦ ਹੁਣੇ ਮੈਂ ਕਹਿ ਰਿਹਾ ਕਿ ਟਿਕਟਾਂ ਤੋਂ ਪਹਿਲਾਂ ਇਹਨਾਂ ਨੂੰ ਕਰ ਲਓ ਸਾਫ਼ ਚੰਗੇ ਰਹੋਗੇ ਗੁਰਮੀਤ ਸਿੰਘ ਜੀ ਲਾਈਨ ਨੰਬਰ 4 ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਜੀ ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਮੈਂ ਨਾ ਇੱਕ ਹੀ ਗੱਲ ਦੱਸਣੀ ਸੀਗੀ ਸਟੋਪ ਸਾਈਨ ਦਾ ਜਿਹੜਾ ਹੁੰਦਾ ਨਾ 4-way ਸਟੋਪ ਸਾਈਨ ਆਪਾਂ ਕੀ ਕਰਦੇ ਆ 99% ਲੋਕ ਕੀ ਕਰਦੇ ਆ ਇਕੱਠੇ ਤੋਰਦੇ ਆਪਦਾ ਟਾਈਮ ਦੇਖਦੇ ਆ ਰੁਕ ਗਏ ਭਾਵੇਂ ਉਧਰੋਂ ਗੱਡੀ ਆਉਂਦੀ ਆ ਉਹ ਗੱਡੀ ਨੂੰ ਧਿਆਨ ਨਹੀਂ ਕਰਦੇ 4-way ਦਾ ਮਤਲਬ ਇਹ ਹੁੰਦਾ ਤੁਸੀਂ ਵੇਟ ਕਰਨੀ ਹੈ ਭਾਵੇਂ ਤੁਹਾਡੀ ਪਹਿਲ ਹੈ ਤੁਸੀਂ ਵੇਟ ਕਰਨੀ ਹੈ ਅਗਲੀ ਗੱਡੀ ਰੁਕਣ ਦੀ ਜ਼ਿਆਦਾਤਰ ਰੀਜ਼ਨ ਉਹਦਾ ਇਹੀ ਹੁੰਦਾ ਵੀ ਆਪਾਂ ਸਾਡਾ 3 ਸਕਿੰਟ ਹੋਏ ਅਸੀਂ ਮੂਵ ਕਰ ਲਈਏ ਕਈ ਵਾਰੀ ਅਗਲੇ ਦਾ ਧਿਆਨ ਨਹੀਂ ਹੁੰਦਾ ਬਿਲਕੁਲ ਜੀ ਬਚਾਓ ਵਿੱਚ ਬਚਾਓ ਹੈ ਮੋਹਿਤ ਵਰਮਾ ਜੀ ਨਾਲ ਵੀ ਗੱਲ ਕਰ ਲਈਏ ਹਾਂਜੀ ਵਰਮਾ ਜੀ 30 ਸੈਕਿੰਡ ਨੇ ਪਲੀਜ਼ ਮੈਂ ਉੱਪਰ ਜਾ ਰਿਹਾ ਟਾਈਮ ਤੋਂ ਹਾਂਜੀ ਗਿੱਲ ਸਾਹਿਬ ਜੀ ਥੈਂਕ ਯੂ ਸੋ ਮਚ ਜੀ ਇੱਕ ਥੋੜਾ ਜਿਹਾ ਲੋਕਾਂ ਨੂੰ ਅਵੇਅਰ ਕਰੋ ਜੀ ਲੋਡਿੰਗ ਜ਼ੋਨ ਤੇ ਕਮਰਸ਼ੀਅਲ ਲੋਡਿੰਗ ਜ਼ੋਨ ਦੇ ਵਿੱਚ ਆਪਣੇ ਟੈਕਸੀ ਵਾਲੇ ਵੀ ਬਹੁਤ ਲਾਉਂਦੇ ਆ ਉੱਥੇ ਆਪਣਾ ਨਾਲੇ ਡਿਲੀਵਰੀ ਵਾਲਾਂ ਨੂੰ ਬੜੀ ਪ੍ਰੋਬਲਮ ਆਉਂਦੀ ਹੈ ਪਾਰਕਿੰਗ ਨਹੀਂ ਮਿਲਦੀ ਤੇ ਫਿਰ ਬਾਇਲਾ ਵਾਲੇ ਟਿਕਟਾਂ ਦੇ ਦਿੰਦਾ ਜੀ ਜਦੋਂ ਲੋਡਿੰਗ ਜ਼ੋਨ ਕਮਰਸ਼ੀਅਲ ਲੋਡਿੰਗ ਜ਼ੋਨ ਤੇ ਡਿੱਕਲ ਮਿਲਦਾ ਜੀ ਉਸ ਤੋਂ ਬਿਨਾਂ ਉਸੇ ਲਾ ਨਹੀਂ ਸਕਦਾ ਉੱਥੇ ਪਾਰਕਿੰਗ ਤੇ ਨਾ ਠੀਕ ਹੈ ਜੀ ਪਾਰਕਿੰਗ ਦਾ ਇੱਕ ਸ਼ੋ ਰਹਿ ਗਿਆ ਇੱਕ ਦਿਨ ਤੇ ਇੱਕ ਫੋਨ ਤੇ ਡਰਾਈਵਿੰਗ ਇਹਦਾ ਰਹਿ ਗਿਆ ਸ਼ੋ ਲਓ ਜੀ ਖਿਆਲ ਰੱਖੋ ਬਚਾਓ ਵਿੱਚ ਇਹ ਬਚਾਓ ਹੈ ਦੂਜੇ ਨੂੰ ਰਾਈਟ ਆਫ ਵੇ ਤੁਹਾਡਾ ਹੋਇਆ ਦੂਜੇ ਨੂੰ ਦੇ ਦਿਓ ਸਮਾਂ 2 ਸੈਕਿੰਡ ਦਾ ਸਮਾਂ ਬਸ ਇਦੋਂ ਵੱਧ ਸਮਾਂ ਨਹੀਂ ਰੱਬ ਰੱਖ